YouTube ਚੈਨਲ C5 ਪੰਥ ਖਾਲਸਾ ਤੋਂ ਮੈਂ ਤੁਹਾਡਾ ਆਪਣਾ ਤਿੰਦਰਪਾਲ ਸਿੰਘ ਸਮੂਹ ਦਰਸ਼ਕਾਂ ਦਾ ਸਵਾਗਤ ਕਰਦਾ। YouTube ਚੈਨਲ C5 ਪੰਥ ਖਾਲਸਾ ਹਮੇਸ਼ਾ ਤੁਹਾਡੇ ਨਾਲ ਉਹ ਵਿਸ਼ਾ ਲੈ ਕੇ ਆਉਂਦਾ, ਬੜੇ ਰਿਸਰਚ ਕਰਨ ਤੋਂ ਬਾਅਦ, ਡੂੰਘੀ ਖੋਜ ਪੜਤਾਲ ਕਰਨ ਤੋਂ ਬਾਅਦ ਉਹਨਾਂ ਵਿਸ਼ਿਆਂ ਨੂੰ ਛੇੜਿਆ ਜਾਂਦਾ ਜਿਹੜੇ ਵਿਸ਼ਾ ਕੌਮ ਦੀ ਆਉਣ ਵਾਲੀ ਪਨੀਰੀ ਲਈ, ਆਉਣ ਵਾਲੇ ਭਵਿੱਖ ਲਈ ਅਤੇ ਵਰਤਮਾਨ ਵਿੱਚ ਸਟੈਂਡ ਲੈ ਕੇ ਭਵਿੱਖ ਦਾ ਨਿਰਮਾਣ ਕਰਨ ਵਾਸਤੇ ਬਹੁਤ ਜ਼ਰੂਰੀ ਹੁੰਦੇ ਨੇ। ਅਜਿਹਾ ਹੀ ਇੱਕ ਵਿਸ਼ਾ ਤਿਆਰ ਕੀਤਾ ਗਿਆ ਸਰਦਾਰ ਇੰਦਰਜੀਤ ਸਿੰਘ ਜੀ ਵੱਲੋਂ। ਮੈਂ ਵਿਸ਼ੇ ਨਾਲ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਾਂਗਾ। ਆਓ ਪਹਿਲਾਂ ਸਟੂਡੀਓ ਵਿੱਚ ਸਰਦਾਰ ਇੰਦਰਜੀਤ ਸਿੰਘ ਜੀ ਦਾ ਸਵਾਗਤ ਕਰੀਏ। ਸਰਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ, ਤੁਸੀਂ ਬੜੀ ਮਿਹਨਤ ਕੀਤੀ ਹੈ ਸਾਡੀ ਰਿਕੁਐਸਟ 'ਤੇ, ਤੁਸੀਂ ਬਹੁਤ ਲੰਬੀ ਖੋਜ ਕੀਤੀ, ਇਸ ਲਈ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ। ਅਤੇ ਅੱਜ ਦਰਸ਼ਕੋ ਵਿਸ਼ਾ ਹੈਗਾ ਸਬਵਰਜਨ। ਸਬਵਰਜਨ ਹੁੰਦਾ ਕੀ ਹੈ, ਇਸ ਨੂੰ ਮੈਂ ਸਿਰਫ ਦੋ ਲਾਈਨਾਂ ਵਿੱਚ ਦੱਸਣ ਤੋਂ ਬਾਅਦ ਅੱਜ ਤੁਹਾਡੇ ਵਿਚਕਾਰ ਮੈਂ ਬਹੁਤ ਘੱਟ ਆਵਾਂਗਾ, ਕਿਉਂਕਿ ਇਹ ਵਿਸ਼ਾ ਬੜਾ ਲੰਬਾ ਵਿਸ਼ਾ ਹੈ। ਅਸੀਂ ਕੋਸ਼ਿਸ਼ ਕਰਾਂਗੇ 35-40 ਮਿੰਟ ਦੀ ਵੀਡੀਓ 'ਚ ਤੁਹਾਡੇ ਨਾਲ ਕਵਰ ਕਰ ਲਈਏ। ਅਤੇ ਮੇਰੀ ਇੱਕ ਰਿਕੁਐਸਟ ਤੁਹਾਨੂੰ ਜ਼ਰੂਰ ਹੈ, ਆਰੰਭ ਤੋਂ ਅਖੀਰ ਤੱਕ ਵੀਡੀਓ ਪੂਰੀ ਸੁਣਿਆ ਜੇ, ਵਿੱਚੋਂ ਵਿੱਚੋਂ ਨਾ ਸੁਣਿਆ ਜੇ, ਕੱਟ ਨਾ ਮਾਰਿਆ ਜੇ, ਇਹ ਨਾ ਸੋਚਿਆ ਜੇ ਕਿ ਲੰਬੀ ਵੀਡੀਓ ਹੈਗੀ ਹੈ। ਘੱਟੋ ਘੱਟ ਨਿਰਮਾਣਕਾਰੀ ਬਣਨ ਵਾਸਤੇ ਤੁਹਾਨੂੰ ਲੰਬੀਆਂ ਵੀਡੀਓ ਸੁਣਨ ਦੀ ਆਦਤ ਪਾ ਲੈਣੀ ਚਾਹੀਦੀ ਹੈ। ਜਾਗਰਤੀ ਅਤੇ ਪੁਨਰ ਜਾਗਰਤੀ ਤੋਂ ਇਲਾਵਾ ਨਿਰਮਾਣਕਾਰੀ ਪਹੁੰਚ ਅਤੇ ਲੀਡਰਸ਼ਿਪ ਤਾਂ ਹੀ ਬਣੇਗੀ ਜੇ ਅਸੀਂ ਵਿਚਾਰਾਂ ਨੂੰ, ਸੰਵਾਦ ਨੂੰ ਸੰਪੂਰਨ ਰੂਪ ਵਿੱਚ ਸੁਣਿਆ ਕਰਾਂਗੇ। ਅਤੇ ਸਬਵਰਜਨ ਹੈ ਕੀ? ਸਬਵਰਜਨ ਨੂੰ ਜੇ ਅਸੀਂ ਹੋਰਾਂ ਡਿਕਸ਼ਨਰੀਆਂ ਦੇ ਹਿਸਾਬ ਨਾਲ ਡਿਫਾਈਨ ਕਰੀਏ ਤਾਂ ਕੁਛ ਅਰਥ ਵੱਖਰੇ ਵੱਖਰੇ ਨਿਕਲਦੇ ਨੇ, ਪਰ ਜੋ ਸਮੁੱਚੀ ਭਾਵਨਾ ਲੈ ਕੇ ਅਗਰ ਅਸੀਂ ਕਰੀਏ ਤਾਂ ਉਹ ਉਸਦੇ ਅਰਥ ਨਿਕਲਦੇ ਜੇ ਵਿਨਾਸ਼ਕਾਰੀ ਸੋਚ ਨੂੰ ਕਿਸੇ ਕੌਮ ਦੇ ਦਿਮਾਗ ਵਿੱਚ ਅਤੇ ਉਸਦੀ ਕੌਮੀਅਤਾਂ ਦੇ ਲੋਕਾਂ ਵਿੱਚ ਭਰ ਦੇਣਾ ਅਤੇ ਭਰ ਕੇ ਉਹਨਾਂ ਵਿੱਚ ਆਪਸੀ ਵਿਘਟਨਕਾਰੀ ਤਾਕਤਾਂ, ਤੋੜ ਫੋੜ ਵਾਲੀਆਂ ਤਾਕਤਾਂ ਪੈਦਾ ਕਰ ਦੇਣਾ ਅਤੇ ਉਹਨਾਂ ਨੂੰ ਆਪਸ ਵਿੱਚ ਹੀ ਲੜਾ ਕੇ ਖਤਮ ਕਰਾ ਦੇਣਾ। ਇਹ ਸਬਵਰਜਨ ਦੀ ਨੀਤੀ ਜਿਹੜੀ ਸੀ, ਇਸਦੇ ਜੇ ਦੁਨੀਆ ਵਿੱਚ ਮਾਸਟਰ ਮੰਨੇ ਜਾਂਦੇ ਨੇ ਉਹਨਾਂ ਵਿੱਚੋਂ ਇੱਕ ਯੂਰੀ ਬੈਜ਼ਮੇਨੋਵ, KGB ਦਾ ਸਬਵਰਜਨ ਮਾਡਲ ਲੈ ਕੇ ਪੂਰੀ ਦੁਨੀਆ ਵਿੱਚ ਵੀ ਗਏ ਅਤੇ ਉਹ ਇੰਡੀਆ ਵਿੱਚ ਵੀ ਆਏ ਅਤੇ ਉਹ ਸਬਵਰਜਨ ਮਾਡਲ ਪੰਜਾਬ 'ਤੇ ਵੀ ਉਹਨਾਂ ਨੇ ਕਮਿਊਨਿਸਟ ਵਿਚਾਰਧਾਰਾ ਰਾਹੀਂ ਲਾਗੂ ਕੀਤਾ। ਬੜੀ ਗੰਭੀਰ ਪੋਜੀਸ਼ਨ ਜੇ ਹੈ, ਸ਼ਾਇਦ ਕਿਸੇ ਵੀ ਪੰਜਾਬੀ ਚੈਨਲ 'ਤੇ ਇਹ ਪਹਿਲੀ ਵਾਰੀ ਚਰਚਾ ਹੋ ਰਹੀ ਹੈ ਅਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਿੰਨੀਆਂ ਚਰਚਾਵਾਂ ਅਸੀਂ ਕਰਦੇ ਹਾਂ ਉਹਨਾਂ ਨੂੰ ਫਿਰ ਹੋਰ ਚੈਨਲ ਵੀ ਅੱਗੇ ਤੋਰਦੇ ਨੇ ਅਤੇ ਗੱਲ ਫੈਲਦੀ ਹੈ। ਅਤੇ ਇਸ ਸਬਵਰਜਨ ਨੀਤੀ 'ਤੇ ਅਤੇ ਯੂਰੀ ਬੈਜ਼ਮੇਨੋਵ ਦੇ KGB ਮਾਡਲ 'ਤੇ ਸਰਦਾਰ ਇੰਦਰਜੀਤ ਸਿੰਘ ਜੀ ਨੇ ਬਹੁਤ ਲੰਬੀ ਖੋਜ ਕੀਤੀ ਹੈ। ਤੁਹਾਡੇ ਨਾਲ ਲਗਭਗ ਅਸੀਂ 24 ਸਲਾਈਡਾਂ ਰਾਹੀਂ ਗੱਲ ਕਰਾਂਗੇ ਅਤੇ ਸਰਦਾਰ ਇੰਦਰਜੀਤ ਸਿੰਘ ਜੀ ਨੂੰ ਇਨਵਾਈਟ ਕਰਦੇ ਹਾਂ। ਸਰਦਾਰ ਇੰਦਰਜੀਤ ਸਿੰਘ ਜੀ, ਇਹ ਸਬਵਰਜਨ 'ਤੇ ਸਮੁੱਚੀ ਗੱਲ ਕੀ ਹੈਗੀ ਹੈ ਅਤੇ ਇਸਦਾ ਕੀ ਪ੍ਰਭਾਵ ਪੈ ਗਿਆ ਸਾਡੇ 'ਤੇ? ਕੌਮਨਿਸਟ ਜੀ ਜਾਂ ਕੌਮਨਿਸਟ ਜੀ, ਤੇ ਇਹਨਾਂ ਕੌਮਨਿਸਟਾਂ ਨੇ ਵੈਸੇ ਤਾਂ ਸਾਰੀ ਦੁਨੀਆ ਦੇ ਵਿੱਚ ਹੀ ਵਿਨਾਸ਼ਕਾਰੀ ਕੰਮ ਕੀਤੇ ਨੇ, ਪਰ ਅੱਜ ਦਾ ਜਿਹੜਾ ਸੰਦਰਭ ਅਸੀਂ ਲੈ ਕੇ ਆਵਾਂਗੇ ਉਸਦਾ ਇੱਕ ਜਨਰਲ ਪਰਪਸ ਵੀ ਹੋਊਗਾ ਤੇ ਉਸਨੂੰ ਸਿੱਖਾਂ ਦੇ ਅੰਦਰ ਤੇ ਪੰਜਾਬ ਦੇ ਅੰਦਰ ਇਹਨਾਂ ਨੇ ਕੀ ਬਰਬਾਦੀ ਕੀਤੀ ਆ,
ਅਸੀਂ ਉਸ ਵਿਸ਼ੇ ਨੂੰ ਟੱਚ ਕਰਾਂਗੇ। ਇਸ ਨੂੰ ਦੁਨੀਆ ਦੇ ਅੱਗੇ ਸਭ ਤੋਂ ਪਹਿਲਾਂ ਰੱਖਿਆ ਸੀਗਾ ਜੂਰੀ ਬੈਜਮੇਨੋਵ ਹੋਣਾ ਨੇ। ਜੂਰੀ ਬੈਜਮੇਨੋਵ ਜਿਹੜੇ ਨੇ ਉਹ KGB, ਜਦੋਂ ਕਿ ਸੋਵੀਅਤ ਯੂਨੀਅਨ, ਜਦੋਂ ਰੂਸ ਟੁੱਟਿਆ ਨਹੀਂ ਸੀ ਤਾਂ ਉਹਨਾਂ ਦੀ ਇੱਕ ਯੂਨੀਅਨ ਸੀ ਜਿਹਨੂੰ ਸੋਵੀਅਤ ਯੂਨੀਅਨ ਕਿਹਾ ਜਾਂਦਾ ਸੀ। ਉਸ ਸੋਵੀਅਤ ਯੂਨੀਅਨ ਦੇ ਜਿਹੜੇ ਖੁਫੀਆ ਏਜੰਸੀ ਸੀ, ਉਹਨਾਂ ਦੀ ਜਿਹੜੀ ਇੰਟੈਲੀਜੈਂਸ ਸੀਕਰੇਟ ਏਜੰਸੀ ਸੀ ਜਿਸ ਦਾ ਨਾਮ ਸੀ KGB, ਯੂਰੀ ਬੈਜਮੇਨੋਵ ਉਸ KGB ਦੇ ਇੱਕ ਪ੍ਰਮੁੱਖ ਲੀਡਰ ਸਨ, ਭਾਰਤ ਦੇ ਵਿੱਚੋਂ ਤੈਨਾਤ ਸਨ। ਉਹ ਭਾਰਤ ਤੋਂ ਡਿਫੈਕਟ ਹੋ ਕੇ ਗਏ ਸਨ ਅਮਰੀਕਾ। ਅਮਰੀਕਾ ਜਾ ਕੇ ਉਹਨਾਂ ਨੇ ਇਸ ਚੀਜ਼ ਦਾ ਖੁਲਾਸਾ ਕੀਤਾ ਸੀ, ਇਸ ਚੀਜ਼ ਨੂੰ ਐਕਸਪੋਜ਼ ਕੀਤਾ ਸੀ, ਇਸ ਦਾ ਪਰਦਾਫਾਸ਼ ਕੀਤਾ ਸੀ ਕਿ ਇਹ ਕੌਮਨਿਸਟ ਕਿਵੇਂ ਸੰਸਾਰ ਦੇ ਸਿਸਟਮ ਨੂੰ, ਸੰਸਾਰ ਦੇ ਸਮਾਜਿਕ ਸਿਸਟਮ ਨੂੰ, ਕੌਮੀਅਤਾਂ ਨੂੰ ਬਰਬਾਦ ਕਿਵੇਂ ਕਰਦੇ ਨੇ। ਅੱਜ ਆਪਾਂ ਜੂਰੀ ਬੈਜਮੇਨੋਵ ਦੇ ਕੀਤੇ ਇਸ ਵਿਸਥਾਰ ਪੂਰਵਕ ਐਕਸਪੋਜ਼ਰ ਨੂੰ, ਜੋ ਉਹਨਾਂ ਨੇ ਐਕਸਪੋਜ਼ ਕੀਤੇ ਸੀ, ਜੋ ਉਹਨਾਂ ਨੇ ਦੁਨੀਆ ਦੇ ਸਾਹਮਣੇ ਰੱਖਿਆ ਸੀ, ਉਸ ਦੇ ਉੱਤੇ ਚਰਚਾ ਕਰਾਂਗੇ ਜੀ। ਬਹੁਤ ਵਧੀਆ ਜੀ। ਦਰਸ਼ਕੋ, ਗੱਲ ਇੱਕ ਬੜੀ ਵੱਡੀ ਨਵੀਂ ਆਈ ਹੈ, ਨਵਾਂ ਸ਼ਬਦ ਦਿੱਤਾ ਸਰਦਾਰ ਇੰਦਰਜੀਤ ਸਿੰਘ ਜੀ ਨੇ, ਕਮਿਊਨਿਸਟ ਨਹੀਂ ਕੌਮਨਿਸਟ ਕਰਨ ਵਾਲੇ, ਕੌਮ ਕੌਮ ਨੂੰ ਨਸ਼ਟ ਕਰਨ ਵਾਲੇ, ਨੋ ਕੌਮ ਨੂੰ ਨਸ਼ਟ ਕਰਨ ਵਾਲੇ। ਤੇ ਉਹ ਕੌਮ ਨੂੰ ਨਸ਼ਟ ਕਰਨ ਦੇ ਆਰੰਭਤਾਈ ਚ ਕੌਮ ਨੂੰ ਭ੍ਰਸ਼ਟ ਕਰਕੇ ਨਸ਼ਟ ਕਰ ਦੇਣਾ। ਭ੍ਰਸ਼ਟਤਾ ਦਿਮਾਗ ਦੀ ਵੀ, ਵਿਚਾਰਧਾਰਾ ਦੀ ਵੀ, ਸਮਾਜ ਦੀ ਵੀ, ਸੋਚ ਦੀ ਵੀ, ਪਹੁੰਚ ਦੀ ਵੀ, ਕ੍ਰਾਂਤੀ ਦੀ ਵੀ, ਅੰਦੋਲਨ ਦੀ ਵੀ, ਰਾਜਨੀਤੀ ਦੀ ਵੀ, ਵਿਦਿਆ ਦੀ ਵੀ, ਤੇ ਧਰਮ ਦੀ ਵੀ, ਆਰਥਿਕਤਾ ਦੀ ਵੀ, ਤੇ ਨਿੱਜਤਾ ਦੀ ਵੀ, ਨਿੱਜੀ ਵੀ, ਆਹ ਸਾਰੀਆਂ ਚੀਜ਼ਾਂ ਕਵਰ ਹੋਣਗੀਆਂ। ਬੜੇ ਧਿਆਨ ਨਾਲ ਸੁਣਿਆ ਜੀ ਜੀ ਸਰਦਾਰ ਇੰਦਰਜੀਤ ਸਿੰਘ ਜੀ, ਇਹਦੇ ਗੁਰ ਕੀ ਨੇ, ਇਹਦੇ ਆਰੰਭਤਾ ਕੀ ਆ ਫਿਰ? ਅੱਜ ਦੀ ਆਪਾਂ ਸਾਰੀ ਜਿਹੜੀ ਵਿਚਾਰ ਚਰਚਾ ਹੈ ਉਹ ਸ਼ੇਅਰ ਕਰਾਂਗੇ, ਸਕਰੀਨ ਸ਼ੇਅਰ। ਮੇਰੇ ਕੋਲੇ ਕੁਝ ਸਲਾਈਡਸ ਬਣੀਆਂ ਨੇ, ਉਹ ਸਲਾਈਡ ਦੇ ਜ਼ਰੀਏ ਆਪਾਂ ਚੱਲਾਂਗੇ ਤੇ ਮੈਂ ਸਕਰੀਨ ਸ਼ੇਅਰ ਕਰਨ ਲੱਗਿਆ ਤੁਹਾਡੇ ਨਾਲ। ਤੋਂ ਸਬਵਰਜਨ ਪ੍ਰੋਸੈਸ ਨੂੰ ਜੂਰੀ ਬੈਜਮੇਨੋਵ, ਜਿਹੜੇ ਕਿ KGB ਦੇ ਮੰਦੇ ਸੀ, ਉਹਨਾਂ ਨੇ ਐਕਸਪੋਜ਼ ਕੀਤਾ ਸੀ, ਉਹਨਾਂ ਨੇ ਦੁਨੀਆ ਦੇ ਸਾਹਮਣੇ ਰੱਖਿਆ ਸੀ ਕਿ KGB ਕਰਦੀ ਕੀ ਆ, ਇਹ ਕਾਮਰੇਡ, ਇਹ ਕੌਮਨਿਸਟ ਕਿਵੇਂ ਦੁਨੀਆ ਨੂੰ ਬਰਬਾਦ ਕਰਦੇ ਨੇ। ਤੇ ਸਭ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਤੁਹਾਨੂੰ ਜੂਰੀ ਬੈਜਮੇਨੋਵ ਬਾਰੇ ਦੱਸ ਦਈਏ। ਉਹਨਾਂ ਦਾ ਜਨਮ 1939 ਚ ਹੋਇਆ ਸੀ ਤੇ 1993 ਦੇ ਵਿੱਚ ਕੈਨੇਡਾ ਚ ਉਹਨਾਂ ਦੀ ਡੈਥ ਹੋਈ ਸੀ। ਜੀ ਉਹ KGB, ਸੋਵੀਅਤ ਯੂਨੀਅਨ ਦੀ ਜਿਹੜੀ ਖੁਫੀਆ ਏਜੰਸੀ ਸੀ, ਉਸ ਦੇ ਅਫਸਰ ਸੀ। ਉਹ ਜੀ ਭਾਰਤ ਦੇ ਵਿੱਚ ਤੈਨਾਤ ਸੀ 1970 ਦੇ ਵਿੱਚ, ਜੀ ਜਿੱਥੋਂ ਉਹ ਡਿਫੈਕਟ ਕਰਕੇ, ਮਤਲਬ ਬਗਾਵਤ ਕਰਕੇ ਇੱਥੋਂ ਆਪਣੇ ਚਲੇ ਗਏ ਸੀ। ਉਹਨਾਂ ਦੇ ਫਾਦਰ, ਉਹ ਇੱਕ ਅਲੀਟ ਫੈਮਿਲੀ ਨੂੰ ਬਿਲੋਂਗ ਕਰਦੇ ਸੀ, ਉਹਨਾਂ ਜੀ ਦੇ ਫਾਦਰ ਵੀ ਵੱਡੇ ਅਫਸਰ ਸੀਗੇ ਸੋਵੀਅਤ ਯੂਨੀਅਨ ਦੀ ਆਰਮੀ ਦੇ ਵਿੱਚ। ਇਸ ਕਰਕੇ ਉਹਨਾਂ ਦੀ ਐਜੂਕੇਸ਼ਨ ਬੜੇ ਚੰਗੇ, ਬੜੇ ਕਾਬਲ ਸਕੂਲਾਂ ਦੇ ਵਿੱਚ ਹੋਈ। ਤੇ ਸ਼ੁਰੂ ਦੇ ਵਿੱਚ ਉਹਨਾਂ ਨੂੰ ਨਵਸਤੀ ਪ੍ਰੈਸ ਏਜੰਸੀ, ਨਵੋ ਅਸਤੀ ਪ੍ਰੈਸ ਏਜੰਸੀ ਦੇ ਵਿੱਚ ਲਾਇਆ ਗਿਆ, ਜਿੱਥੇ 75% ਉਹਨਾਂ ਦਾ ਕੰਮ ਸੀਗਾ KGB ਲਈ ਕੰਮ ਕਰਨਾ, ਤੇ ਦੂਜਾ ਸੀਗਾ ਇੱਕ ਫ੍ਰੀ ਅਲਾਇੰਸਰ ਦੇ ਤੌਰ ਤੇ ਮੀਡੀਆ ਦੇ ਵਿੱਚ ਸੋਵੀਅਤ ਯੂਨੀਅਨ ਦਾ ਪ੍ਰਚਾਰ ਕਰਨਾ। ਸੋ ਉਹਨਾਂ ਨੇ, ਮਤਲਬ ਜਦੋਂ ਉਹ ਪ੍ਰਚਾਰ ਕਰਦੇ ਸੀਗੇ, ਜਿਹੜੀ ਨਵੋਸਤੀ ਪ੍ਰੈਸ ਏਜੰਸੀ ਸੀਗੀ, ਉਹਦੇ ਵਿੱਚ ਪ੍ਰੋਪੋਗੰਡਾ ਮਟੀਰੀਅਲ, ਜਿਹੜਾ ਤੁਸੀਂ ਨੋਟ ਕੀਤਾ ਹੋਣਾ ਕਿ ਸਾਡੇ ਪੰਜਾਬ ਦੇ ਵਿੱਚ ਵੀ ਆਉਂਦਾ ਰਿਹਾ ਬਹੁਤ ਜ਼ਿਆਦਾ, ਬੜੇ ਸ਼ਾਨਦਾਰ ਪੇਪਰਾਂ ਦੇ ਉੱਤੇ ਸੋਵੀਅਤ ਯੂਨੀਅਨ ਦੇ ਰਸਾਲੇ ਆਉਂਦੇ ਰਹੇ ਨੇ।
ਬਿਲਕੁਲ ਜੀ, ਇਹ ਸਭ ਤੋਂ ਪਹਿਲਾਂ ਇਹਨਾਂ ਨੇ ਗਲੇਸਡ ਪੇਪਰ ਚਮਕਦਾ ਹੋਇਆ ਫੋਰ ਕਲਰ ਫੋਟੋਗ੍ਰਾਫ ਸੀ ਜੋ ਉਹ ਜਿਹਾ ਇੰਡੀਆ ਹੀ ਚੱਲੇ, ਇੰਡੀਆ ਟੂਡੇ ਵੀ ਨਹੀਂ ਸੀ ਛਪਦਾ ਜਿੰਨਾ ਵਧੀਆ ਛਾਪ ਕੇ ਭੇਜਦੇ ਸੀ। ਬਿਲਕੁਲ ਜੀ, ਉਹ ਪ੍ਰੋਪੋਗੰਡਾ ਜਿਹੜਾ ਮਟੀਰੀਅਲ ਸੀ ਉਹ ਇੰਡੀਆ ਦੇ ਵਿੱਚ ਤਿਆਰ ਕਰਦੇ ਸੀਗੇ 1970 1960ਵੇਂ ਦਹਾਕੇ ਦੇ ਅਖੀਰ 'ਚ ਅਤੇ 70 ਵਿੱਚ, ਅਤੇ ਜਿਹੜੀਆਂ ਕੰਟਰੀਆਂ ਦੇ ਵਿੱਚ ਇਹਨਾਂ ਨੇ ਕੈਮਿਊਨਿਜ਼ਮ ਦਾ ਪ੍ਰਚਾਰ ਕਰਨਾ ਸੀ ਜਾਂ ਜਿਹੜੀਆਂ ਕੰਟਰੀਆਂ ਨੂੰ ਇਹਨਾਂ ਨੇ ਬਰਬਾਦ ਕਰਨਾ ਸੀ ਉਹਨਾਂ ਕੰਟਰੀਆਂ ਦੇ ਵਿੱਚ ਉਹ ਟਾਰਗੇਟ ਕੀਤਾ ਜਾਂਦਾ ਸੀ, ਔਰ ਖਾਸ ਤੌਰ ਦੇ ਉੱਤੇ ਸਪੈਸੀਫਿਕਲੀ ਪੰਜਾਬੀ ਦੇ ਵਿੱਚ ਇਹਨਾਂ ਦਾ ਉਹ ਮੈਗਜ਼ੀਨ ਆਉਂਦਾ ਹੁੰਦਾ ਸੀ। ਜੀ ਰਿਸਰਚ ਐਂਡ ਕਾਊਂਟਰ ਪ੍ਰੋਪੋਗੰਡਾ ਦੇ ਉਹ ਚੀਫ ਵੀ ਰਹੇ, ਤੇ ਫਿਰ ਉਹ 1970 ਦੇ ਵਿੱਚ ਹੀ ਡਿਫੈਕਟ ਕਰ ਗਏ ਸੀ ਕੈਨੇਡਾ ਦੇ ਵਿੱਚ। ਉਹ ਡਿਫੈਕਟ ਕੀਤਾ ਸੀ ਉਹਨਾਂ ਨੇ ਜਦੋਂ ਬਗਾਵਤ ਕਰਕੇ ਗਏ ਸੀ, ਤਾਂ ਉਸ ਟਾਈਮ ਜਿਹੜੇ ਹਿੱਪੀ ਸੀਗੇ ਹਰੇ ਰਾਮਾ ਹਰੇ ਕ੍ਰਿਸ਼ਨਾ ਇੱਕ ਗਰੁੱਪ ਹੁੰਦਾ ਸੀ, ਤੁਸੀਂ ਚੰਗੀ ਹਾਂਜੀ ਭਲੀ ਬਿਲਕੁਲ ਭਾਂਤੀ ਜਾਣਦੇ ਹੋਵੋਗੇ ਉਸਨੂੰ, ਉਸ ਦੇ ਵਿੱਚ ਇਹ ਹਿੱਪੀ ਬਣ ਕੇ ਨਿਕਲੇ ਸੀ ਤਾਂ ਕਿ ਧੋਖਾ ਦੇ ਸਕੇ KGB ਨੂੰ, ਧੋਖਾ ਦੇ ਕੇ ਚਲੇ ਗਏ ਸੀ ਤੇ ਉਹਨਾਂ ਨੂੰ ਬਹੁਤ ਦੇਰ ਪਤਾ ਨਹੀਂ ਸੀ ਲੱਗਿਆ। ਅਮਰੀਕਾ ਗਏ ਸੀ ਕਿ CIA ਜਿਹੜੀ ਕਿ ਅਮਰੀਕਾ ਦੀ ਏਜੰਸੀ ਨਾਲ ਪਹਿਲਾਂ ਇਹਨਾਂ ਦਾ ਰਾਬਤਾ ਸੀ, ਤੇ ਉਸ ਤੋਂ ਬਾਅਦ ਇਹ ਚਲੇ ਗਏ ਸੀ ਕੈਨੇਡਾ ਦੇ ਵਿੱਚ, ਤੇ ਕੈਨੇਡੀਅਨ ਬ੍ਰੌਡਕਾਸਟਿੰਗ ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਵਿੱਚ ਇਹ ਅਨਾਊਂਸਰ ਦੇ ਤੌਰ ਤੇ ਕੰਮ ਕਰਦੇ ਰਹੇ। ਜਦੋਂ ਰੇਡੀਓ ਕੈਨੇਡਾ ਇੱਕ ਉੱਦਾਂ ਦਾ ਹੀ ਅਦਾਰਾ ਹੈਗਾ ਜਿਵੇਂ ਅਮਰੀਕਾ ਦਾ ਵੌਇਸ ਆਫ ਅਮਰੀਕਾ ਜਾਂ ਇੰਗਲੈਂਡ ਦਾ ਜਾਂ ਬ੍ਰਿਟਿਸ਼ ਦਾ BBC ਆ। ਸੋ ਫਿਰ 1984 ਦੇ ਵਿੱਚ ਇਹਨਾਂ ਨੇ ਇਸ ਚੀਜ਼ ਦਾ ਭਾਂਡਾ ਫੋੜਿਆ ਕਿ ਸਵਰਜਨ ਕੀ ਆ ਤੇ ਇਹ ਕਿਵੇਂ ਪਲੇ ਕੀਤਾ ਜਾ ਰਿਹਾ। ਇਹਨਾਂ ਨੇ ਅਮਰੀਕਾ ਨੂੰ ਦੱਸੀ ਸੀ ਉਹ ਗੱਲ, ਪਰ ਉਹ ਸਾਰੀ ਦੁਨੀਆ ਦੇ ਵਿੱਚ, ਕਿਉਂਕਿ ਇਹ ਰਹੇ ਭਾਰਤ ਦੇ ਵਿੱਚ ਵੀ, ਸੋ ਭਾਰਤ ਦੇ ਵਿੱਚ ਵੀ ਉਹ ਚੀਜ਼ਾਂ ਲਾਗੂ ਹੁੰਦੀਆਂ ਸੀ। 1984 ਦੇ ਵਿੱਚ ਇਹਨਾਂ ਨੇ ਇੱਕ ਆਰਟੀਕਲ ਲਿਖਿਆ ਲਵ ਲੈਟਰ ਟੂ ਅਮੈਰੀਕਾ, ਤੇ ਇਹਨਾਂ ਨੇ ਆਪਣਾ ਨਾਮ ਜੂਰੀ ਬੈਜਮੈਨ ਤੋਂ ਬਦਲ ਕੇ ਟੋਮਸ ਸ਼ੂਮੈਨ ਰੱਖ ਲਿਆ ਤਾਂ ਕਿ ਧੋਖਾ ਦੇ ਸਕਣ, KGB ਨੂੰ ਪਤਾ ਨਾ ਲੱਗੇ ਬੰਦਾ ਕੌਣ ਆ। ਤੇ ਉਦੋਂ ਇਹਨਾਂ ਨੇ ਸਬਵਰਸ਼ਨ ਪ੍ਰੋਸੈਸ ਦੀ ਸਬਵਰਸ਼ਨ ਐਕਸਪਲੇਨ ਕੀਤਾ ਲੋਕਾਂ ਨੂੰ, ਆਮ ਲੋਕਾਂ ਦੇ ਸਾਹਮਣੇ, ਅਮਰੀਕਨ ਲੋਕਾਂ ਦੇ ਸਾਹਮਣੇ, ਅਮਰੀਕਨ ਪੋਲੀਟੀਸ਼ੀਅਨਾਂ ਦੇ ਸਾਹਮਣੇ ਇਸ ਚੀਜ਼ ਦਾ ਭਾਂਡਾ ਫੋੜਿਆ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਬਵਰਜਨ ਹੈ ਕੀ। ਸੋ ਵਟ ਇਜ਼ ਸਬਵਰਜਨ? ਬੇਸਿਕਲੀ ਇਹ ਇੱਕ ਪ੍ਰੋਸੈਸ ਆ, ਇੱਕ ਪ੍ਰਕਿਰਿਆ ਜਿਸ ਦੇ ਨਾਲ ਕਿਸੇ ਵੀ ਸਮਾਜ ਦਾ ਧਰਮ, ਉੱਥੋਂ ਦੀ ਗੌਰਮੈਂਟ ਸਿਸਟਮ, ਉੱਥੋਂ ਦਾ ਪੋਲੀਟੀਕਲ ਸਿਸਟਮ ਤੇ ਉੱਥੋਂ ਦੀ ਇਕਨੋਮਿਕਲ ਸਿਸਟਮ ਨੂੰ ਖਤਮ ਕਰ ਦਿੱਤਾ ਜਾਂਦਾ। ਧਿਆਨ ਦਿਆ ਜੇ ਧਰਮ, ਗੌਰਮੈਂਟ ਸਿਸਟਮ, ਪੋਲੀਟੀਕਲ ਸਿਸਟਮ, ਇਕਨੋਮਿਕਲ ਸਿਸਟਮ, ਤੇ ਜਦੋਂ ਅਸੀਂ ਕਹਿੰਦੇ ਹਾਂ ਕਿ KGB ਜਿਹੜੀ ਆ ਇਹ ਖੁਫੀਆ ਏਜੰਸੀ ਸੀ, ਸੋ ਇਸ ਦਾ ਵੀ ਭਾਂਡਾ ਉਹਨਾਂ ਨੇ ਫੋਟਿਆ। ਜੂਰੀ ਬੈਜਮੈਨੋਵ ਕਹਿੰਦੇ ਨੇ ਕਿ KGB ਜਿਹੜੀ ਸੀ ਉਹ ਸਿਰਫ 10 ਤੋਂ 15% ਜਿਹੜੇ ਉਸਦੇ ਰਿਸੋਰਸਿਸ ਸੀ ਉਹ ਜਸੂਸੀ ਤੇ ਖਰਚ ਕਰਦੀ ਸੀ, ਜਸੂਸੀ ਤੇ ਸਪੈਂਡ ਕਰਦੀ ਸੀ, 85% ਆਪਣੇ ਰਿਸੋਰਸਿਸ ਉਹ ਸਬਵਰਜਨ ਦੇ ਉੱਤੇ ਲਾਉਂਦੇ ਸੀ। ਧਿਆਨ ਦਿਓ ਜੇ ਗੱਲ, ਬੜੀ ਇੰਪੋਰਟੈਂਟ ਗੱਲ ਆ। ਬਹੁਤ ਦਰਸ਼ਕੋ, ਇੱਕ ਮਿੰਟ ਮੈਂ ਤੁਹਾਨੂੰ ਰੋਕਣਾ ਚਾਹੂੰਗਾ ਇਸ ਚੀਜ਼ ਤੇ, ਬਹੁਤ ਤੀਬਰ ਧਿਆਨ ਦੀ ਵੀ ਲੋੜ ਆ, ਕੰਸਨਟ੍ਰੇਟ ਕਰਨ ਦੀ ਵੀ ਲੋੜ ਆ। ਹਾਈਲਾਈਟ ਕਰ ਰਹੇ ਨੇ ਸਰਦਾਰ ਇੰਦਰਜੀਤ ਸਿੰਘ ਜੀ, KGB ਜਿਹਨੂੰ ਖੁਫੀਆ ਏਜੰਸੀ ਦੁਨੀਆ ਭਰ ਹੀ ਸਮਝਿਆ ਜਾਂਦਾ ਸੀ, 1984 ਵਿੱਚ ਲਵ ਲੈਟਰ ਟੂ ਅਮਰੀਕਾ ਵਿੱਚ ਆਪਣਾ ਨਾਂ ਬਦਲ ਕੇ ਟੋਮਸ
ਸ਼ੁਮਨ ਦੇ ਨਾਂ ਤੇ ਉਹਨਾਂ ਨੇ ਇਸ ਚੀਜ਼ ਦਾ ਪ੍ਰਗਟਾਵਾ ਪਹਿਲੀ ਵਾਰੀ ਦੁਨੀਆ 'ਚ ਕੀਤਾ ਕਿ KGB ਸਿਰਫ ਖੁਫੀਆ ਤੰਤਰ 'ਤੇ ਤਾਂ ਆਪਣਾ 10-15% ਖਰਚਦੀ ਹੈ, 85% ਸਭ ਵਰਜਨ 'ਤੇ ਖਰਚਦੀ ਹੈ, ਅਤੇ ਇਹ 85% ਪੈਸਾ ਉਹ ਜਿਸ ਵੇਲੇ ਇੰਡੀਆ ਹੀ ਸੀ ਉਦੋਂ ਪੰਜਾਬ ਵਿੱਚ ਖਰਚਦੇ ਰਹੇ, ਅਤੇ ਇੱਥੋਂ ਹੀ ਉਹ ਆਪਣਾ ਹਰੇ ਰਾਮਾ ਹਰੇ ਕ੍ਰਿਸ਼ਨਾ ਵਾਲੀ ਲਹਿਰ 'ਚ ਹਿੱਪੀ ਬਣ ਕੇ ਇੱਥੋਂ ਬਾਹਰ ਨਿਕਲੇ ਸੀ, ਅਤੇ ਉਦੋਂ ਤੋਂ ਉਹਨਾਂ ਨੇ KGB ਤੋਂ ਆਪਣਾ ਨਾਤਾ ਤੋੜਨ ਦੀ ਕੋਸ਼ਿਸ਼ ਕੀਤੀ ਜੀ। ਸੋ ਤੁਸੀਂ ਧਿਆਨ ਦੇਖੋ ਕਿ ਉਹ ਕੰਮ ਕਿਹਦੇ ਕਰਦੇ ਸੀ, ਤੁਹਾਡਾ ਧਰਮ ਬਰਬਾਦ ਕਰਨਾ, ਤੁਹਾਡਾ ਗਵਰਨਮੈਂਟਲ ਸਿਸਟਮ ਖਰਾਬ ਕਰਨਾ, ਤੁਹਾਡਾ ਪੋਲੀਟੀਕਲ ਸਿਸਟਮ ਖਰਾਬ ਕਰਨਾ, ਤੁਹਾਡੀ ਆਰਥਿਕ ਹਾਲਤ ਖਰਾਬ ਕਰਨੀ। ਇਹ ਚਾਰ ਪੜਾਅ ਨੇ ਸਵਰਜਨ ਦੇ ਜਿਹੜੇ ਕਿ ਆਪਾਂ ਹੁਣ ਅੱਗੇ ਡਿਸਕਸ ਕਰਦੇ ਹਾਂ ਜੀ। ਸੋ ਇਹ ਜਿਹੜੇ ਚਾਰ ਪੜਾਅ ਨੇ, ਚਾਰ ਸਟੈਪ ਨੇ ਸਵਰਜਨ ਦੇ, ਉਹ ਹੈਗਾ ਡੀਮੋਰਲਾਈਜੇਸ਼ਨ, ਡੀਸਟੇਬਲਾਈਜੇਸ਼ਨ, ਕ੍ਰਾਈਸਿਸ, ਨਾਰਮਲਾਈਜੇਸ਼ਨ, ਨਾਰਮਲਾਈਜੇਸ਼ਨ। ਸੋ ਇੱਥੇ ਮੈਂ ਥੋੜ੍ਹੀ ਜਿਹੀ ਤੁਹਾਡੇ ਔਰ ਦਰਸ਼ਕਾਂ ਨੂੰ ਹੋਰ ਥੋੜ੍ਹੀ ਦੱਸਣ ਲਈ ਕਿ ਦੇਖੋ ਚਾਰ ਏਰੀਆ 'ਚ ਉਹਨਾਂ ਨੇ ਕੰਮ ਕਰਨਾ, ਰਿਲੀਜਨ, ਗੌਰਮੈਂਟ ਸਿਸਟਮ, ਪੋਲੀਟੀਕਲ ਸਿਸਟਮ, ਇਕਨੋਮਿਕ ਸਿਸਟਮ। ਉਹ ਚਾਰ ਏਰੀਆ 'ਚ ਹੀ ਜਿਹੜੇ ਚਾਰ ਕੰਮ ਕਰਨੇ ਨੇ ਪ੍ਰਤੀ ਏਰੀਏ, ਇਹ ਦੱਸ ਰਹੇ ਨੇ ਸਰਦਾਰ ਇੰਦਰਜੀਤ ਸਿੰਘ ਜੀ। ਜਿਵੇਂ ਹੁਣ ਰਿਲੀਜਨ 'ਚ ਪ੍ਰਤੀ ਏਰੀਆ ਇਹ ਚਾਰ ਕੰਮ ਕਰਨੇ ਨੇ, ਇਹੀ ਚਾਰ ਕੰਮ ਗੌਰਮੈਂਟ ਸਿਸਟਮ ਵਿੱਚ ਕਰਨੇ ਨੇ ਜਿਹੜੇ ਤੁਹਾਡੇ ਸਾਹਮਣੇ ਸਕਰੀਨ 'ਤੇ ਨੇ, ਡਿਮੋਰਲਾਈਜੇਸ਼ਨ, ਡਿਸਟੈਬਿਲਾਈਜੇਸ਼ਨ, ਕ੍ਰਾਈਸਿਸ, ਨਾਰਮਲਾਈਜੇਸ਼ਨ, ਔਰ ਇਹੀ ਇਕਨੋਮਿਕ ਸਿਸਟਮ ਵਿੱਚ ਵੀ ਅਤੇ ਇਹੀ ਪੋਲੀਟੀਕਲ ਸਿਸਟਮ ਵਿੱਚ ਕਰਨੇ ਨੇ, ਇਹ ਕਹਿ ਰਹੇ ਨੇ ਸਰਦਾਰ ਇੰਦਰਜੀਤ ਸਿੰਘ ਜੀ। ਜੀ ਜੀ ਸਰਦਾਰ ਸਾਹਿਬ। ਸੋ ਫਿਰ ਅੱਗੇ ਉਹਨਾਂ ਨੇ ਦੱਸਿਆ ਕਿ ਜਦੋਂ ਇਹ ਚਾਰ ਪੜਾਅ ਪੂਰੇ ਹੋ ਜਾਣ, ਉਹ ਕੌਮ ਖਤਮ, ਉਹ ਸਮਾਜ ਖਤਮ, ਉਹ ਦੇਸ਼ ਖਤਮ ਜੀ। ਤੇ ਇਸ ਦੀ ਉਹ ਕਹਿੰਦੇ ਨੇ ਸ਼ੁਰੂਆਤ ਕਿੱਥੋਂ ਹੁੰਦੀ ਆ? ਇੱਕ ਬਹੁਤ ਹੀ ਫੇਮਸ ਜਰਨੈਲ ਹੋਏ ਨੇ, ਫਿਲਾਸਫਰ ਕਮ ਜਰਨੈਲ, ਜਿਨ੍ਹਾਂ ਨੂੰ ਕਿਹਾ ਜਾਂਦਾ ਸਨ ਸੂ ਜੀ। ਬਿਲਕੁਲ, ਸਨ ਸੂ ਜਿਹੜੇ ਸੀ ਉਹਨਾਂ ਦਾ ਸੰਬੰਧ ਚੀਨ ਦੇ ਨਾਲ ਸੀ, ਤੇ ਆਰਟ ਆਫ ਵਾਰ ਤੁਸੀਂ ਉਹਨਾਂ ਦੀ ਬੜੀ ਪ੍ਰਸਿੱਧ ਕਿਤਾਬ ਆ, ਜਿਸ ਦੇ ਉੱਤੇ ਵੱਡੇ ਵੱਡੇ ਵਿਦਵਾਨ, ਵੱਡੀਆਂ ਵੱਡੀਆਂ ਸੰਸਾਰ ਜਿਹੜੇ ਨੇ ਉਹ ਕੰਮ ਕਰਦੇ ਨੇ। ਇਹ ਕੰਮ, ਸਵਰਜਨ ਦਾ ਕੰਮ ਜਿਹੜਾ ਸੀ, ਇਹ ਸਭ ਤੋਂ ਪਹਿਲਾਂ ਚਾਈਨਾ ਦੇ ਫਿਲਾਸਫਰ ਸਨ ਸੂ ਨੇ ਕੀਤਾ ਸੀ, ਜਿਸ ਦਾ ਸਿੱਧਾ ਸਿੱਧਾ ਮਤਲਬ ਇਹ ਸੀ ਕਿ ਕਿਸੇ ਵੀ ਸਮਾਜ ਨੂੰ, ਉਹ ਸਨ ਸੂ ਇਹ ਕਹਿੰਦੇ ਨੇ ਕਿ ਜਦੋਂ ਤੁਸੀਂ ਸਿੱਧਮ ਸਿੱਧੀ ਲੜਾਈ ਲੜੀ, ਤੁਸੀਂ ਮੰਨ ਲਓ ਆਪਣੇ ਐਨੀਮੀ ਨੂੰ, ਆਪਣੇ ਦੁਸ਼ਮਣ ਨੂੰ ਹਰਾਤਾ, ਪਰ ਜਦੋਂ ਤੁਸੀਂ ਉਹਦੇ ਨਾਲ ਲੜਾਈ ਲੜਦੇ ਹੋ, ਕੁਛ ਤੁਹਾਡਾ ਵੀ ਨੁਕਸਾਨ ਹੁੰਦਾ, ਕੁਛ ਉਹਦਾ ਵੀ ਹੁੰਦਾ, ਪਰ ਅਸਲੀ ਜਿੱਤ ਉਹ ਆ ਕਿ ਤੁਹਾਡੀ ਗੋਲੀ ਬਿਨਾਂ ਚੱਲੇ ਤੇ ਦੁਸ਼ਮਣ ਖਤਮ ਹੋ ਜਾਵੇ। ਬਿਲਕੁਲ, ਸਿੱਖਾਂ ਦੇ ਉੱਤੇ ਕੋਈ ਗੋਲੀ ਨਹੀਂ ਚਲਾਈ ਸੋਵੀਅਤ ਯੂਨੀਅਨ ਨੇ, ਪਰ ਸਾਨੂੰ ਬਰਬਾਦ ਕਰਕੇ ਰੱਖਤਾ, ਪੰਜਾਬ ਨੂੰ ਬਰਬਾਦ ਕਰਕੇ ਰੱਖਤਾ, ਆਪਾਂ ਸਟੈਪ ਬਾਈ ਸਟੈਪ ਚੱਲਾਂਗੇ। ਸੋ ਉਹਨਾਂ ਨੇ ਇਸ ਦੇ ਵਿੱਚ ਇਹੀ ਗੱਲ ਕਹੀ ਕਿ ਬਿਨਾਂ ਕੁਛ ਕੀਤੇ ਦੁਸ਼ਮਣ ਦਾ ਨਾਸ਼ ਮਾਰ ਦੇਣਾ, ਦੁਸ਼ਮਣ ਨੂੰ ਬਰਬਾਦ ਕਰ ਦੇਣਾ, ਉਸਦੀ ਬਰਬਾਦੀ ਨੂੰ ਐਨ ਤਸੱਲੀ ਬਖਸ਼ ਢੰਗ ਨਾਲ ਉਸਨੂੰ ਖਤਮ ਕਰ ਦੇਣਾ, ਇਹ ਆ ਸਵਰਜਨ। ਹੁਣ ਦਰਸ਼ਕੋ ਤੁਸੀਂ ਆਪ ਅੰਦਾਜ਼ਾ ਲਾਓ ਕਿ ਇਹ ਸਭ ਵਰਜਨ ਪੰਜਾਬ ਵਿੱਚ ਇਸ ਕਦਰ ਕੀਤਾ ਗਿਆ ਕਿ ਅੱਜ ਤੱਕ ਕੌਮ ਨਸ਼ਟ ਕਰਨ ਵਾਲੀਆਂ ਕਮਿਊਨਿਸਟ ਤਾਕਤਾਂ ਸਾਡੀਆਂ ਹਰ ਸੰਸਥਾਵਾਂ ਵਿੱਚ ਘੁਸਪੈਠ ਰੱਖਦੀਆਂ ਨੇ,
ਉਹਨਾਂ ਦੇ ਬੰਦੇ ਘੁਸਪੈਠ ਰੱਖਦੇ ਨੇ, ਵਿਚਾਰਤਾ ਰੱਖਣੇ, ਹਿਸਟੋਰੀਅਨ ਬਣੇ ਹੋਏ ਨੇ, ਸਾਡੇ ਸਾਰੇ ਹੀ ਧੜਿਆਂ ਦੇ ਸਲਾਹਕਾਰ ਬਣੇ ਹੋਏ ਨੇ। ਉਹ ਜਿਹੜਾ ਮਰਜ਼ੀ ਧੜਾ ਲੈ ਲਓ ਤੁਸੀਂ, ਚਾਹੇ ਉਹ ਐਸ ਜੀ ਪੀ ਸੀ ਦਾ ਧੜਾ ਲੈ ਲਓ, ਟੋਲਾ ਸਾਹਿਬ ਤੋਂ ਲੈ ਕੇ ਵਰਤਮਾਨ ਤੱਕ, ਮਤਲਬ ਐਸ ਜੀ ਪੀ ਸੀ ਕਹਿ ਰਿਹਾ ਮੈਂ, ਚਾਹੇ ਉਹ ਅਕਾਲ ਤਖ਼ਤ ਸਾਹਿਬ ਦਾ ਲੈ ਲਓ, ਚਾਹੇ ਅਕਾਲੀ ਦਲ ਦਾ ਲੈ ਲਓ, ਚਾਹੇ ਖਾੜਕੂਆਂ ਦਾ ਲੈ ਲਓ, ਖਾੜਕੂਆਂ 'ਚ ਵੀ ਚਾਹੇ ਤੁਸੀਂ ਫੈਡਰੇਸ਼ਨ ਦਾ ਲੈ ਲਓ, ਬਿੱਟੂ ਫੈਡਰੇਸ਼ਨ ਦਾ ਲੈ ਲਓ, ਮਹਿਤਾ ਫੈਡਰੇਸ਼ਨ ਦਾ ਲੈ ਲਓ, ਕਿਸੇ ਹੋਰ ਫੈਡਰੇਸ਼ਨ ਦਾ ਲੈ ਲਓ, ਚਾਹੇ ਤੁਸੀਂ ਖਾੜਕੂਆਂ 'ਚ ਵੀ ਕੇ ਸੀ ਐੱਫ ਦਾ ਲੈ ਲਓ, ਬੱਬਰਾਂ ਦਾ ਲੈ ਲਓ, ਜਾਂ ਆਪਣਾ ਕੋਈ ਹੋਰ ਲੈ ਲਓ, ਪੰਥ ਕਮੇਟੀ ਦਾ ਲੈ ਲਓ, ਸਾਰਿਆਂ ਵਿੱਚ ਹੀ ਉਹ ਸਿਰ ਚੜ ਬੋਲ ਰਹੇ ਨੇ ਅਤੇ ਅੱਜ ਕਠਪੁਤਲੀਆਂ ਆਕਣ ਸਬਵਰਜਨ ਨੀਤੀ ਨੂੰ ਸਾਡੇ ਹੀ ਬੁਲਾਰਿਆਂ ਅਤੇ ਜਿਹੜੇ ਆਗੂਆਂ ਨੂੰ ਅਸੀਂ ਪੰਥਕ ਸਮਝਦੇ ਹਾਂ ਉਹਨਾਂ ਰਾਹੀਂ ਚਲਾ ਰਹੇ ਨੇ। ਜੀ ਸਰਦਾਰ ਸਾਹਿਬ, ਸੋ ਸਾਨੂੰ ਸੂ ਦੇ ਜਿਹੜੇ ਪ੍ਰਿੰਸੀਪਲ ਨੇ ਸਬਵਰਜਨ ਦੇ, ਹਾਲਾਂਕਿ ਬਹੁਤ ਕੁਛ ਲਿਖਿਆ ਜਾ ਚੁੱਕਿਆ ਪਰ ਬੁਨਿਆਦੀ ਬੇਸਿਕ ਗੱਲਾਂ ਅਸੀਂ ਇੱਥੇ ਦੱਸਦੇ ਹਾਂ। ਬੈਟਰ ਰੈੱਡ ਦੈਨ ਡੈੱਡ, ਇਹ ਅਮਰੀਕਾ ਦੇ ਵਿੱਚ ਜਾਂ ਅੰਗਰੇਜ਼ੀ ਦੇ ਵਿੱਚ ਇੱਕ ਮੁਹਾਵਰਾ, ਅਸਲ ਦੇ ਵਿੱਚ ਮੁਹਾਵਰਾ ਸੀਗਾ ਉਹ, ਬੈਟਰ ਡੈੱਡ ਦੈਨ ਰੈੱਡ। ਜੀ, ਰੈੱਡ ਦਾ ਮਤਲਬ ਆ ਕੈਮਿਊਨਿਸਟ, ਵੀ ਕਾਮਰੇਡ ਬਣਨ ਨਾਲੋਂ ਮਰਨਾ ਚੰਗਾ। ਧਿਆਨ ਦਿਓ, ਦੇਖੋ, ਕਾਮਰੇਡ ਬਣਨ ਨਾਲੋਂ ਮਰਨਾ ਚੰਗਾ। ਮੇਰੇ ਕੋਲੇ ਗੁਰਬਾਣੀ ਦੇ ਵੀ ਸ਼ਲੋਕ ਨਹੀਂ ਯਾਦ, ਮੈਂ ਗੁਰਬਾਣੀ ਚੋਂ ਵੀ ਉਹ ਗੱਲ ਕੋਟ ਕਰ ਸਕਦਾ ਜਿੱਥੇ ਉਹਨਾਂ ਨੇ ਉਸ ਨੂੰ ਸੂਰ ਨਾਲੋਂ ਵੀ ਮਾੜਾ ਕਿਹਾ ਨਾਸਤਕ ਬੰਦੇ ਨੂੰ, ਕਾਮਰੇਡ ਬੰਦੇ ਨੂੰ। ਪਰ ਬਿਲਕੁਲ ਇਹ ਸੀਗਾ ਸ਼ਬਦ ਬੈਟਰ ਡੈੱਡ ਦੈਨ ਰੈੱਡ, ਇਸ ਨੂੰ ਉਲਟਾ ਤਾ ਕਿ ਬੈਟਰ ਰੈੱਡ ਦੈਨ ਡੈੱਡ, ਜੇ ਬੰਦਾ ਮਰਦਾ ਨਹੀਂ ਘੱਟੋ ਘੱਟ ਉਹਨੂੰ ਕਮਿਊਨਿਸਟ ਬਣਾ ਦਿਓ। ਬਿਲਕੁਲ, ਜੇ ਤੁਹਾਤੋਂ ਮਰਦਾ ਨਹੀਂ ਨਾ ਤੁਹਾਡਾ ਦੁਸ਼ਮਣ, ਉਹਨੂੰ ਕਮਿਊਨਿਸਟ ਬਣਾ ਤਾ, ਉਹ ਆਟੋਮੈਟਿਕਲੀ ਮਰ ਗਿਆ। ਮਰ ਗਿਆ ਕਮਿਊਨਿਸਟ ਬਣਾਉਣ ਦੀ ਇਹ ਸਾਰੀ ਵਿਚਾਰਧਾਰਾ, ਜਦੋਂ ਤੁਹਾਡੇ ਤੇ ਕੈਮਿਊਨਿਜ਼ਮ ਲਾਗੂ ਕਰਨਾ, ਇਸ ਨੂੰ ਉਹਨਾਂ ਨੇ ਨਾਮ ਦਿੱਤਾ ਸਬਵਰਜਨ ਦਾ। ਜੀ, ਫਿਰ ਉਹਨੇ ਅੱਗੇ ਮਤਲਬ ਕਹਿੰਦਾ ਵੀ ਤੁਹਾਡੇ ਜਿਹੜੇ ਦੁਸ਼ਮਣ ਆ, ਉਸ ਦੇ ਜਿੰਨੇ ਵੀ ਲੀਡਰ ਨੇ, ਉਹਨਾਂ ਨੂੰ ਗਾਹੇ ਬਗਾਹੇ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਕਰੋ, ਉਹਨਾਂ ਦੇ ਵਿੱਚ ਉਹਨਾਂ ਨੂੰ ਬਾਹਰੋਂ ਮਿਲੋ, ਇਨਫਿਲਟਰੇਟ ਕਰੋ, ਉਹਨਾਂ ਨੂੰ ਘੂਸ ਦਿਓ, ਉਹਨਾਂ ਨੂੰ ਪੈਸੇ ਦਿਓ, ਉਹਨਾਂ ਨੂੰ ਕ੍ਰਾਈਮ ਕ੍ਰਿਮੀਨਲ ਬਣਾ ਕੇ ਕਾਣੇ ਕਰ ਲਓ, ਅਤੇ ਜਦੋਂ ਟਾਈਮ ਆਵੇ ਉਦੋਂ ਐਕਸਪੋਜ਼ ਕਰ ਦਿਓ, ਜਿਵੇਂ ਕਿ ਅਕਾਲੀ ਦਲ ਦੇ ਵਿੱਚ ਬਾਦਲਾਂ ਨਾਲ ਹੋਇਆ। ਬਾਦਲਾਂ ਨੂੰ ਪੈਸੇ ਦਾ ਲਾਲਚ, ਕ੍ਰਿਮੀਨਲ ਸਾਈਟ ਸੈਟਅਪ ਜਿਹੜੀ ਸੀਗੀ ਕਰਪਸ਼ਨ ਦੇ ਵਿੱਚ ਬਹੁਤ ਦੇਰ ਤੋਂ ਲਿਆ ਕੇ ਰੱਖਿਆ ਹੋਇਆ ਸੀ, ਪਰ ਜਦੋਂ ਲੋੜ ਪਈ ਉਦੋਂ ਲੋਕਾਂ ਦੇ ਵਿੱਚ ਐਕਸਪੋਜ਼ ਕਰਤੇ ਅਤੇ ਅਕਾਲੀ ਦਲ ਦਾ ਖਾਤਮਾ ਕਰਤਾ। ਅਕਾਲੀ ਦਲ ਅਤੇ ਸਿੱਖ ਆਰਗੇਨਾਈਜੇਸ਼ਨਾਂ ਦਾ ਖਾਤਮਾ ਹੋਇਆ ਇਹਦੇ ਨਾਲ। ਠੀਕ ਉਵੇਂ ਹੀ ਜਿਵੇਂ ਪੰਥਕ ਕਮੇਟੀ 'ਚ ਹੋਇਆ, ਠੀਕ ਉਵੇਂ ਹੀ ਜਿਵੇਂ ਖਾੜਕੂ ਸਫਾਈ 'ਚ, ਅਤੇ ਹੁਣ ਜਿਹੜੇ ਆ ਸੋ ਕਾਲਡ ਜਿੰਨੇ ਵੀ ਫੈਡਰੇਸ਼ਨ ਦੇ ਧੜੇ, ਅਤੇ ਦਲ ਖਾਲਸਾ ਅਤੇ ਬਿੱਟੂ ਧੜਾ ਅਤੇ ਸਿਮਰਨਜੀਤ ਸਿੰਘ ਮਾਨਤੜਾ, ਉਹ ਉੱਥੇ ਜੇ ਅਸੀਂ ਉਹ ਦੇਖਿਆ ਜਾਏ ਤਾਂ ਬੜਾ ਵੱਡਾ ਇੱਕ ਚੱਲ ਰਿਹਾ ਕਿ ਸਾਡੇ ਥਿੰਕਰ ਨੇ, ਪੰਥਕ ਥਿੰਕਰ ਬਣ ਗਏ ਨੇ, ਉਹ ਸਾਰੇ ਹੀ ਉਸੇ ਢੰਗ ਵਿੱਚੋਂ ਅੱਗੇ ਚੱਲ ਰਹੇ ਨੇ। ਮੈਂ ਸਿਰਫ ਇਸ ਲਈ ਕਹਿ ਰਿਹਾ ਕਿ ਤੁਸੀਂ ਆਪਣੇ ਦਿਮਾਗ ਨੂੰ ਇਸ ਪੱਧਰ 'ਤੇ ਚਲਾਈ ਜਾਇਆ ਜੇ, ਅਤੇ ਇੰਦਰਜੀਤ ਸਿੰਘ ਜੀ ਦੀ ਗੱਲ ਸੁਣੀ ਜਾਇਆ। ਜੀ ਸਰਦਾਰ ਸਾਹਿਬ, ਹਾਂਜੀ, ਗਵਰਨਮੈਂਟ ਜਿਹੜੀ ਆ, ਜਿਹੜੀਆਂ ਸਰਕਾਰਾਂ ਚੱਲਦੀਆਂ ਨੇ, ਉਹਨਾਂ ਨੂੰ ਬਿਲਕੁਲ ਡਿਸਰਪਟ ਕਰ ਦਿਓ। ਜੋ ਕੁਛ ਵੀ ਤੁਹਾਡਾ ਲੱਗਦਾ ਲਾਓ ਆਪਣੇ, ਬਾਏ ਐਨੀ ਮੀਨ, ਮਤਲਬ ਉੱਥੇ ਕੋਈ ਆਹ ਨਹੀਂ ਦੇਖਣਾ ਵੀ ਇਹ ਮੋਰਲ ਵੈਲਿਊ ਆ ਜਾਂ ਇਮੋਰਲ ਆ, ਜਿਹੜਾ ਮਰਜ਼ੀ ਤਰੀਕਾ ਵਰਤ ਕੇ
ਸਰਕਾਰਾਂ ਨੂੰ ਬੇਕਾਬੂ ਕਰ ਦਿਓ, ਬੇਅਰਥ ਕਰ ਦਿਓ, ਯੂਜ਼ਲੈਸ ਕਰ ਦਿਓ, ਲੋਕਾਂ 'ਚ ਬਦਨਾਮ ਕਰ ਦਿਓ। ਫਿਰ ਉਹ ਅੱਗੇ ਅੱਗੇ ਇਹ ਵੀ ਲਿਖਿਆ ਉਹਨੇ ਕਿ ਐਨਮੀ ਦੇ ਮਾੜੇ ਤੋਂ ਮਾੜਾ ਬੰਦਾ, ਉਹਨਾਂ ਦਾ ਕਿੰਨਾ ਵੀ ਘਟੀਆ ਤੋਂ ਘਟੀਆ ਬੰਦਾ ਹੋਵੇ, ਉਸ ਦਾ ਵੀ ਫਾਇਦਾ ਉਠਾਓ। ਜੀ ਚਲੋ ਜੀ, ਹੁਣ ਆਪਾਂ ਜਿਹੜਾ ਪਹਿਲਾਂ ਆਪਣੇ ਗੱਲ ਕੀਤੀ ਸੀਗੀ ਕਿ ਉਸਦੇ ਚਾਰ ਪੜਾਅ ਨੇ, ਚਾਰ ਸਟੈਪ ਨੇ, ਚਾਰ ਬਿਲਕੁਲ ਚਰਨ ਨੇ ਸਵਰਜਨ ਦੇ। ਉਸਦਾ ਪਹਿਲਾ ਜਿਹੜਾ ਚਰਨ ਹੈਗਾ ਡੀਮੋਡਲਾਈਜੇਸ਼ਨ। ਇਸ ਸਟੈਪ ਨੂੰ ਫਿਨਿਸ਼ ਕਰਨ ਵਾਸਤੇ 15 ਤੋਂ 20 ਸਾਲ ਲੱਗ ਜਾਂਦੇ ਨੇ। ਧਿਆਨ ਵਾਹ, ਦਿਆ ਜੇ, ਕਿਆ 15 ਤੋਂ 20। ਬਾਤ ਹੁਣ ਹੈ! ਪਰ ਸਾਡੇ ਪੰਦਰਾਂ ਕੀ ਤੋਂ ਵੀਹ ਹੁੰਦਾ ਸੀ? ਸਾਲਾਂ ਵਿੱਚ ਇੱਕ ਨਸਲ ਵੀ ਖਤਮ ਹੋ ਜਾਂਦੀ ਹੈ ਜੀ ਫਿਰ ਤਾਂ। ਹਾਂ, ਬਸ 15 ਤੋਂ 20 ਸਾਲ ਦੇ ਵਿੱਚ ਤੁਹਾਨੂੰ ਡੀਮੋਰਲਾਈਜ਼ ਕੀਤਾ ਜਾਂਦਾ। ਡੀਮੋਰਲਾਈਜ਼ ਸ਼ਬਦ ਤੋਂ ਹੀ ਤੁਹਾਨੂੰ ਮਤਲਬ ਹੁੰਦਾ ਕਿ ਤੁਸੀਂ ਬਹੁਤ ਜ਼ਿਆਦਾ ਹਤਾਸ਼ ਹੋ ਜਾਓ ਬਿਲਕੁਲ ਤੁਹਾਡੇ ਧਰਮ ਤੇ। ਜਿੰਨਾ ਹਮਲਾ 1947 ਤੋਂ ਬਾਅਦ ਸਿੱਖ ਧਰਮ ਤੇ ਕੀਤਾ ਗਿਆ, ਔਰ ਸਭ ਤੋਂ ਵੱਧ ਇਹ ਹਮਲਾ ਕਾਂਗਰਸ ਵੱਲੋਂ ਕੀਤਾ ਗਿਆ, ਬਿਲਕੁਲ ਔਰ ਸਿੱਖਾਂ ਕੋਲੇ ਕੋਈ ਜਵਾਬ ਨਹੀਂ ਸੀ ਹੁੰਦਾ ਉਹਨਾਂ ਦੀਆਂ ਗੱਲਾਂ ਦਾ। ਬਿਲਕੁਲ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੀ ਕੀ ਲੋੜ ਆ, ਦਰਬਾਰ ਸਾਹਿਬ ਢਾਹ ਕੇ ਇੱਥੇ ਝੋਨਾ ਬੀਜ ਦਿਓ, ਘੱਟੋ ਘੱਟ ਕਿਸੇ ਦੇ ਖਾਣ ਦੇ ਕੰਮ ਤੇ ਆਊਗਾ। ਬਿਲਕੁਲ ਅੱਜ ਕੱਲ੍ਹ ਉਹ ਬੰਦੇ ਅਕਾਲੀ ਦਲ ਦੇ ਸੁਪਰੀਮੋ ਬਣੇ ਹੋਏ ਨੇ, ਮੀਤ ਪ੍ਰਧਾਨ ਬਣੇ ਹੋਏ ਨੇ, MP ਬਣੇ ਹੋਏ ਨੇ MP ਬਣੇ ਹੋਏ ਨੇ। ਜੀ। ਆਪਣੇ ਦੁਸ਼ਮਣ ਤਾਂ ਤੁਸੀਂ ਆਪਣੇ ਬੁੱਕਲ ਦੇ ਸੱਪ ਬਣਾ ਕੇ ਘਰੇ ਰੱਖੇ ਹੋਏ ਨੇ। ਬਿਲਕੁਲ ਠੀਕ ਹੈ ਜੀ। ਫਿਰ ਉਹ ਕਹਿੰਦੇ ਨੇ ਕਿ ਇਹ ਡੀਮੋਰਲਾਈਜ਼ ਕਰਨ ਵਾਸਤੇ, ਮੈਨੂੰ ਖੁਦ ਆਪਣਾ ਯਾਦ ਆ ਜੀ, ਜਦੋਂ ਅਸੀਂ ਬੱਚੇ ਸੀ, ਮੇਰੇ ਖਿਆਲ ਸਾਡੀ ਉਮਰ 8-9 ਸਾਲ ਦੀ, 7-8-9 ਸਾਲ ਦੀ ਸੀਗੀ। ਇੱਕ ਪਰਿਵਾਰ ਹੁੰਦਾ ਸੀ ਜੀ, ਉਹਨਾਂ ਨੇ ਆਪਣੇ ਬੱਚਿਆਂ ਨੂੰ ਗਰਮੀਆਂ ਦੇ ਦਿਨਾਂ 'ਚ, ਮੇਰੇ ਯਾਦ ਆ ਕਿ ਮਲਮਲ ਦੇ ਕੁੜਤੇ ਤੇ ਕਛਹਿਰੇ ਪਵਾ ਕੇ, ਉਹਨਾਂ ਦੇ ਬੱਚੇ 2 ਹੁੰਦੇ ਸੀ, ਉਹ ਖੇਡਦੇ ਹੁੰਦੇ ਸੀ ਸਾਡੇ ਨਾਲ। ਤੇ ਚੰਗੇ ਭਲੇ ਸਿਆਣੇ ਬੰਦਿਆਂ ਨੇ ਉਹਨਾਂ ਨੂੰ ਕਹਿਣਾ, ਓਏ ਗਿਆਨੀ ਇੱਧਰ ਆ, ਓਏ ਗਿਆਨੀ ਆ ਕਰ। ਉਹ ਬੱਚਿਆਂ ਨੂੰ ਡੀਮੋਰਲਾਈਜ਼ ਕਰਨਾ ਅੱਕ ਕੇ ਉਹਨਾਂ ਦੇ ਪੇਰੈਂਟਸ ਨੇ ਬੱਚੇ ਆਪਣੇ ਬਾਹਰ ਖਿਲਾਉਣੇ ਬੰਦ ਕਰਤੇ। ਜੀ ਬੱਚਿਆਂ ਦੇ ਉੱਤੇ ਇੰਨਾ ਮਾੜਾ ਅਸਰ ਹੋਣਾ, ਤੇ ਉਸ ਦਾ ਜਿਹੜਾ ਫਿਊਚਰ ਉਹ ਬੱਚਿਆਂ ਦਾ ਕਿਹੋ ਜਿਹਾ ਹੋਊਗਾ, ਤੁਸੀਂ ਸੋਚੋ। ਬਿਲਕੁਲ ਇਹੋ ਜਿਹੀਆਂ ਬਹੁਤ ਐਕਟੀਵਿਟੀਜ਼ ਕੀਤੀਆਂ ਜਾਂਦੀਆਂ ਸੀ ਫਿਲਮਾਂ ਦੇ ਵਿੱਚ, ਡਰਾਮਿਆਂ ਦੇ ਵਿੱਚ। ਤੁਹਾਡੇ ਜਿਹੜੇ ਤੰਜ ਕਸੇ ਜਾਂਦੇ ਸੀ, ਤੁਹਾਡੇ ਚੁਟਕਲੇ ਬਣਾਏ ਜਾਂਦੇ ਸੀ, ਇਹ ਸਾਰਾ ਕੁਝ ਤੁਹਾਨੂੰ ਡੀਮੋਰਲਾਈਜ਼ ਕਰਨ ਵਾਸਤੇ ਕੀਤਾ ਗਿਆ। ਔਰ ਇਸ ਲਈ ਉਹਨਾਂ ਨੇ ਕਿਹਾ ਕਿ 15 ਤੋਂ 20 ਸਾਲ ਦਾ ਸਮਾਂ ਲੱਗਦਾ। ਬਿਲਕੁਲ ਫਿਰ ਉਹਨਾਂ ਨੇ ਕਿਹਾ ਕਿ ਇਸ ਦੇ ਜਿਹੜੇ ਡੀਮੋਰਲਾਈਜ਼ ਕਰਨ ਦੇ ਤਰੀਕੇ ਕੀ ਨੇ, ਕਿ ਕਿਵੇਂ ਉਹਨਾਂ ਨੂੰ ਇਨਫਲੂਐਂਸ ਕਿਵੇਂ ਕਰਨਾ, ਉਹਨਾਂ ਦੇ ਵਿੱਚ ਘੁਸਪੈਠ ਕਰ ਲਓ, ਉਹਨਾਂ ਦਾ ਦੱਬ ਕੇ ਪ੍ਰੋਪੋਗੰਡਾ ਕਰੋ, ਕੁਛ ਡਾਇਰੈਕਟ ਕੰਟੈਕਟਸ ਬਣਾ ਲਓ। ਕਈਆਂ ਨੂੰ ਡਾਇਰੈਕਟ ਕੰਟੈਕਟਸ ਦੇ ਥਰੂ ਕਈ ਬੰਦੇ ਆ ਕਾਮਰੇਡ ਜਿਹੜੇ ਨੇ, ਜਿਵੇਂ ਹੁਣ ਤੁਸੀਂ ਵੀ ਦੱਸਿਆ ਕਿ ਉਹ ਪ੍ਰੈਸ ਸਕੱਤਰ ਬਣ ਗਏ ਆ ਕੇ ਅਕਾਲੀ ਦਲ ਦੇ ਵਿੱਚ, ਕੋਈ ਕੁਛ ਬਣ ਗਿਆ, ਉਹ ਡਾਇਰੈਕਟ ਕੰਟੈਕਟਸ ਦੇ ਵਿੱਚ ਸੀਗੇ। ਅਲਟੀਮੇਟਲੀ ਜਿਹੜੀ ਫਿਲੋਸਫੀ ਸੀ, ਆਈਡੀਓਲੋਜੀ ਤਾਂ ਉਹ ਆਪਣੀ ਵਰਤ ਰਹੇ ਸੀ ਨਾ, ਤੁਹਾਡੀ ਆਈਡੀਓਲੋਜੀ ਨੂੰ ਤਾਂ ਬਿਲਕੁਲ ਨਹੀਂ ਸੀ ਨਾ ਉਹ ਵਰਤ ਰਹੇ। ਬਿਲਕੁਲ ਸਾਡੇ ਸਕੂਲਾਂ ਵਿੱਚ, ਸਾਡੇ ਕਾਲਜਾਂ ਦੇ ਵਿੱਚ ਇਸ ਦਾ ਬੜਾ ਮਾੜਾ ਅਸਰ ਹੋਇਆ। ਹੁਣ ਇਹ ਜਿਹੜਾ ਡੀਮੋਰਲਾਈਜੇਸ਼ਨ ਪ੍ਰੋਸੈਸ ਆ, ਇਹਦੇ ਵਿੱਚ ਜਿਹੜਾ ਕਿ ਇਹ ਕਿੱਥੇ ਕਿੱਥੇ ਕੰਮ ਕਰਦਾ, ਰਿਲੀਜਨ ਧਰਮ ਤੁਹਾਡਾ, ਐਜੂਕੇਸ਼ਨ ਸਿਸਟਮ, ਤੁਹਾਨੂੰ ਪਤਾ ਕਿ ਕਾਮਰੇਡਾਂ ਨੇ ਪੰਜਾਬ ਦਾ ਐਜੂਕੇਸ਼ਨ ਸਿਸਟਮ ਕਿਵੇਂ ਕਿਡਨੈਪ ਕੀਤਾ ਹੋਇਆ ਸੀ। ਜੀ ਤੁਹਾਡੀ ਸੋਸ਼ਲ ਲਾਈਫ, ਜੀ ਜਿਹੜੀ ਐਡਮਿਨਿਸਟ੍ਰੇਸ਼ਨ ਨੇ, ਤੁਹਾਡੀਆਂ ਧਾਰਮਿਕ ਐਡਮਿਨਿਸਟ੍ਰੇਸ਼ਨ ਵੀ ਹੋ ਸਕਦੀਆਂ ਨੇ, ਤੁਹਾਡੀਆਂ ਘਰੇਲੂ ਐਡਮਿਨਿਸਟ੍ਰੇਸ਼ਨ ਵੀ ਹੋ ਸਕਦੀਆਂ ਨੇ,
ਤੁਹਾਡੀਆਂ ਸਰਕਾਰਾਂ ਦੀਆਂ ਐਡਮਿਨਿਸਟ੍ਰੇਸ਼ਨ ਵੀ ਹੋ ਸਕਦੀਆਂ ਨੇ, ਤੁਹਾਡੇ ਲਾ ਇਨਫੋਰਸਮੈਂਟ ਸਿਸਟਮ ਦੇ ਵਿੱਚ ਵੜ ਜਾਣਾ, ਲੇਬਰ ਇੰਪਲਾਈ ਦਾ ਜਿਹੜਾ ਰਿਲੇਸ਼ਨਸ਼ਿਪ ਆ, ਇੰਪਲਾਇਰ ਇੰਪਲਾਇਰ ਦਾ ਜਾਂ ਫਾਰਮਰ ਤੇ ਫਾਰਮਰ ਵਰਕਰ ਦੇ ਵਿੱਚ ਜਿਹੜਾ ਰਿਲੇਸ਼ਨਸ਼ਿਪ ਆ, ਉਹਨੂੰ ਤਾਰੋ ਪੀੜ ਕਰ ਦਿਓ, ਉਹਨੂੰ ਖਤਮ ਕਰ ਦਿਓ, ਤਹਿਸ ਨਹਿਸ ਕਰ ਦਿਓ। ਤੁਹਾਡੇ ਸਮਾਜ ਦੀ ਜਿਹੜੀ ਬੇਸਿਕ ਇਕਨੋਮੀ ਆ, ਉਸਨੂੰ ਖਤਮ ਕਰ ਦਿਓ। ਇਹ ਸਾਰਾ ਜਿਹੜਾ ਕੰਮ ਕੀਤਾ ਜਾਂਦਾ ਸੀ, ਇਹ ਡੀਮੋਰਲਾਈਜ ਪ੍ਰੋਸੈਸ ਦੇ ਥਰੂ ਕੀਤਾ ਜਾਂਦਾ, ਤੇ ਇਸ ਨੂੰ 15 ਤੋਂ 20 ਸਾਲ ਲੱਗ ਜਾਂਦੇ ਨੇ, 15-20 ਸਾਲਾਂ ਬਾਅਦ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਹੋ ਕੀ ਗਿਆ। ਬਿਲਕੁਲ ਸੋ ਫਿਰ ਉਹ ਕਹਿੰਦੇ ਨੇ ਕਿ ਡੀਮੋਰਲਾਈਜੇਸ਼ਨ ਜਿਹੜਾ ਪ੍ਰੋਸੈਸ ਆ, ਕਿ ਹਰੇਕ ਜਿਹੜੀ ਕਮਿਊਨਿਟੀ ਹੈ ਨਾ, ਹਰੇਕ ਕਮਿਊਨਿਟੀ ਦੇ ਵਿੱਚ ਇਦਾਂ ਦੇ ਲੋਕ ਹੁੰਦੇ ਨੇ ਜਿਹੜੇ ਕਮਿਊਨਿਟੀ ਦੀਆਂ ਬੇਸਿਕ ਵੈਲਿਊ ਨਾਲੋਂ ਬਾਗੀ ਹੁੰਦੇ ਨੇ, ਥੋੜੇ ਜੀ ਬਹੁਤ ਹਰੇਕ ਕਮਿਊਨਿਟੀ ਦੇ ਵਿੱਚ ਬੰਦੇ ਹੁੰਦੇ ਨੇ। ਬਿਲਕੁਲ ਸਾਡੀ ਸਿੱਖਾਂ ਦੇ ਵਿੱਚ ਇਹਨਾਂ ਦੀ ਤਾਦਾਦ ਅਕਸਰ ਥੋੜੀ ਜਿਹੀ ਵੱਧ ਹੁੰਦੀ ਆ। ਜੀ ਉਹਨਾਂ ਲੋਕਾਂ ਨੂੰ ਆਪਣੇ ਨਾਲ ਕਰ ਲਓ, ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਓ। ਜਿਹੜਾ ਸਬਵਰਸ਼ਨ ਕਰ ਰਿਹਾ ਓਰੀਜੀਨੇਟਰ ਆ, ਉਸਦਾ ਇਹ ਫਰਜ਼ ਬਣਦਾ ਕਿ ਜੇ ਸਮਾਜ ਦੇ ਵਿੱਚ ਤੁਹਾਨੂੰ ਕੋਈ ਵੀ ਇਮੋਰਲ ਬੰਦਾ ਮਿਲਦਾ, ਉਸਨੂੰ ਪੈਸੇ ਦਿਓ, ਉਸਨੂੰ ਕੁਛ ਕਰੋ, ਉਸਨੂੰ ਆਪਣੇ ਨਾਲ ਕਰ ਲਓ। ਮੈਂ ਤੁਹਾਨੂੰ ਯਾਦ ਕਰਾਵਾਂਗਾ ਕਿ ਇੱਥੋਂ ਤੱਕ ਕਿ ਸਕੂਲਾਂ ਦੇ ਵਿੱਚ ਇਹਨਾਂ ਨੇ ਆਪਣੇ ਬੰਦੇ ਛੱਡੇ ਹੁੰਦੇ ਸੀ ਕਾਲਜਾਂ ਦੇ ਵਿੱਚ, ਜਿਨ੍ਹਾਂ ਨੂੰ ਪੈਸੇ ਕਮਿਊਨਿਸਟ ਪਾਰਟੀਆਂ ਵੱਲੋਂ ਤਨਖਾਹ ਮਿਲਦੀ ਹੁੰਦੀ ਸੀਗੀ। ਸਾਡੇ ਸਮੇਂ ਦੀ ਗੱਲ ਕਰਦਾ ਮੈਂ, ਤਕਰੀਬਨ ਇਹ ਗੱਲ ਹੋਣੀ 80 ਦੇ ਪਹਿਲੇ ਦਹਾਕੇ ਦੀ, 80ਵੇਂ ਦਹਾਕੇ ਦੇ ਪਹਿਲੇ ਸਾਲਾਂ ਦੀ, 82-83 ਦੀ। ਇਹੋ ਜਿਹੇ ਬੰਦਿਆਂ ਨਾਲ ਸਾਨੂੰ ਪਤਾ ਹੁੰਦਾ ਸੀ ਕਿ ਉਹਨਾਂ ਨੂੰ 600-700 ਰੁਪਈਆ ਮਹੀਨਾ ਮਿਲਦਾ ਹੁੰਦਾ ਸੀ ਕਿ ਹੜਤਾਲਾਂ ਕਰਾਓ, ਕਿਸੇ ਵੀ ਢੰਗ ਦੇ ਨਾਲ ਸਮਾਜ ਨੂੰ ਤਹਿਸ ਨਹਿਸ ਕਰੋ। ਠੀਕ ਹੈ ਜੀ, ਸੋ ਹੁਣ ਬਿਲਕੁਲ ਆਪਾਂ ਇਸ ਨਤੀਜੇ ਤੇ ਪਹੁੰਚ ਗਏ ਇਵਨ ਹਾਂ ਕਿ ਇੱਥੇ ਥੋੜੀ ਜਿਹੀ ਮੈਂ ਵੱਧ ਕਰਦਾ ਗੱਲ, ਤੁਹਾਡੀ ਗੱਲ ਵਿੱਚ ਵਾਧਾ ਕਰਨਾ, ਇਹ ਸਿਰਫ ਉਹਨਾਂ ਬੰਦਿਆਂ ਨੂੰ ਜਾਂ ਸਟੂਡੈਂਟ ਆਰਗੇਨਾਈਜੇਸ਼ਨ ਨੂੰ ਨਹੀਂ ਸੀ ਮਿਲਦੇ, ਇਹੀ ਆਰਗੇਨਾਈਜੇਸ਼ਨ ਟੀਚਰਾਂ ਵਿੱਚ ਵੀ, ਪ੍ਰੋਫੈਸਰਸ ਵਿੱਚ ਵੀ ਤੇ ਜਿਹੜੇ ਐਡਮਿਨਿਸਟ੍ਰੇਟਰ ਸਟਾਫ ਨੇ ਉਹਨਾਂ ਵਿੱਚ ਵੀ ਬਣਾਈਆਂ ਗਈਆਂ, ਤੇ ਉਹਨਾਂ ਨੂੰ ਵੀ, ਉਹਨਾਂ ਦੇ ਸਰਗਨਾ ਜਿਹੜੇ ਮੁਖੀ ਬਣਾਏ ਗਏ, ਉਹਨਾਂ ਨੂੰ ਵੀ ਖਰਚੇ ਮਟੀਰੀਅਲ ਲਿਟਰੇਚਰ ਪ੍ਰੋਵਾਈਡ ਕਰਵਾਇਆ ਗਿਆ। ਇਸ ਦਾ ਖੁਲਾਸਾ ਵੀ ਜੂਰੀ ਬੈਜਮੇਨੋਵ ਨੇ ਕੀਤਾ। ਆਪਾਂ ਜੂਰੀ ਬੈਜਮੇਨੋਵ ਦੀ ਜਿਹੜੀ ਹੋਰ ਪੱਖ ਉਹਨਾਂ ਨੇ ਦੱਸੇ ਨੇ ਭਾਰਤੀ ਕਾਮਰੇਡਾਂ ਬਾਰੇ, ਭਾਰਤ ਬਾਰੇ, ਉਸਦੇ ਇੱਕ ਅਲੱਗ ਵੀਡੀਓ ਵੀ ਕਰਾਂਗੇ। ਬਿਲਕੁਲ ਜੀ, ਬਹੁਤ ਜ਼ਰੂਰੀ ਹੈ ਉਹ ਕਰਨੀ। ਹਾਂਜੀ, ਸੋ ਇਹ ਛੇ ਛੇ ਇੱਕ ਬਣ ਜਾਂਦੇ ਨੇ ਯੂਨੋ ਸਿਸਟਮ, ਜੇ ਆਪਾਂ ਉਹਨਾਂ ਨੂੰ ਦੇਖੀਏ, ਰਿਲੀਜਨ, ਐਜੂਕੇਸ਼ਨ ਆ, ਲੇਬਰ ਆ, ਯੂਨੀਅਨਸ ਨੇ। ਸੋ 6 ਇਹੋ ਜਿਹੇ ਏਰੀਆ ਆਫ ਐਪਲੀਕੇਸ਼ਨ ਨੇ ਜਿੱਥੇ ਸੰਵਰਜਨ ਲਾਗੂ ਹੁੰਦਾ, ਤੇ ਉਹਨਾਂ ਸਭ ਤੋਂ ਪਹਿਲਾਂ ਹੈਗਾ ਐਜੂਕੇਸ਼ਨ। ਧਰਮ ਬਾਰੇ ਆਪਾਂ ਪਹਿਲੇ ਗੱਲ ਕਰ ਚੁੱਕੇ ਹਾਂ ਕਿ ਧਰਮ ਦੇ ਵਿੱਚ ਤਾਂ ਇਹ ਘੁਸਪੈਠ ਕਰਕੇ ਉਸਨੂੰ ਉੱਤੇ ਇੱਕ ਸਿੰਪਲ ਜਿਹਾ ਇਹਨਾਂ ਦਾ ਸਵਾਲ ਹੁੰਦਾ ਸੀ, ਦਿਖਾਓ ਧਰਮ ਕਿੱਥੇ ਆ। ਗੁਰੂ ਨਾਨਕ ਤਾਂ ਆਪ ਕਾਮਰੇਡ ਸੀ। ਇਹ ਗੱਲਾਂ ਅਕਸਰ ਅਸੀਂ ਸੁਣਦੇ ਰਹੇ ਹਾਂ, ਤੁਸੀਂ ਵੀ ਸੁਣਦੇ ਰਹੇ ਹੋਵੋਗੇ ਕਿ ਗੁਰੂ ਨਾਨਕ ਤੋਂ ਵੱਡਾ ਕੋਈ ਕਾਮਰੇਡ ਹੀ ਨਹੀਂ ਸੀ। ਕਿੱਡੀ ਵੱਡੀ, ਇਹ ਆਪਣੇ ਆਪ ਚ ਇੱਕ ਗਾਲ ਆ, ਜਦੋਂ ਕਿ ਗੁਰਬਾਣੀ ਦੇ ਵਿੱਚ ਤਾਂ ਨਾਸਤਿਕ ਬੰਦੇ ਬਾਰੇ ਬੇਹੱਦ ਬੁਰਾ ਲਿਖਿਆ ਗਿਆ। ਸੋ ਫਿਰ ਤੁਹਾਡੀ ਐਜੂਕੇਸ਼ਨ ਸਿਸਟਮ ਦੇ ਵਿੱਚ ਲੋਕ ਕਾਬਜ ਕਰ ਗਏ, ਤੁਹਾਡਾ ਐਜੂਕੇਸ਼ਨ ਦਾ ਜਿਹੜਾ ਪੜ੍ਹਾਈ ਦਾ ਜਿਹੜਾ ਤੁਹਾਡਾ ਸਿਲੇਬਸ ਸੀ, ਉਸ ਦੇ ਉੱਤੇ ਪੂਰਾ ਇਹਨਾਂ ਨੇ ਕੰਟਰੋਲ ਕਰ ਲਿਆ।
ਹੁਣ ਉਹਦੇ ਵਿੱਚ ਕੋਈ ਵੀ ਕੰਸਟਰਕਟਿਵ ਜਿਹੜਾ ਕੰਮ ਸੀ ਐਜੂਕੇਸ਼ਨ ਦੇ ਵਿੱਚ ਜਿਹੜਾ ਕਿ ਟੀਚ ਕਰਨਾ ਹੁੰਦਾ ਉਹ ਬਿਲਕੁਲ ਖਤਮ ਹੋ ਗਿਆ। ਨਾ ਤਾਂ ਪ੍ਰੋਪਰ ਵੇ ਨਾਲ ਇਤਿਹਾਸ ਪੜ੍ਹਾਇਆ ਗਿਆ, ਨਾ ਦੁਨੀਆ ਦੀ ਪ੍ਰੋਪਰ ਪੋਲੀਟੀਕਲ ਸਾਇੰਸ ਦੱਸੀ ਪੜ੍ਹਾਈ ਗਈ, ਨਾ ਫਿਲਾਸਫੀ ਪੜ੍ਹਾਈ ਗਈ। ਇਸ ਨਾਲੋਂ ਵਧੀਆ ਸੀ ਜਿਹੜਾ ਗੁਰਦੁਆਰਿਆਂ ਦੇ ਵਿੱਚ ਆਪਣੇ ਸੰਥਿਆ ਦਿੱਤੀ ਜਾਂਦੀ ਹੁੰਦੀ ਸੀ, ਉਹ ਬੱਚੇ ਜ਼ਿਆਦਾ ਸਕਸੈਸਫੁਲ, ਜ਼ਿਆਦਾ ਕਾਮਯਾਬ, ਮੋਰਲ ਸਮਾਜ ਵਾਸਤੇ ਪ੍ਰੇਰਨਾ ਬਣਦੇ ਸੀ ਜਦੋਂ ਉਹ ਬਾਹਰ ਨਿਕਲ ਕੇ ਕੰਮ ਕਰਦੇ ਸੀ। ਜਿਹੜੇ ਹੁਣ ਕਾਲਜਾਂ ਦੇ ਵਿੱਚੋਂ ਗ੍ਰੈਜੂਏਟ ਹੋ ਕੇ ਨਿਕਲੇ ਨੇ, ਅੱਜ ਜਿੱਥੇ ਪੰਜਾਬ ਖੜਾ, ਇਹ ਉਹਨਾਂ ਕਾਲਜਾਂ ਦੀ ਹੀ ਪ੍ਰੋਡਕਸ਼ਨ 'ਤੇ ਆ, ਉਹਨਾਂ ਕਾਲਜਾਂ ਦਾ ਪ੍ਰੋਡਿਊਸ ਕੀਤਾ ਹੋਇਆ ਪੰਜਾਬ ਅੱਜ ਤੁਹਾਡੇ ਸਾਹਮਣੇ ਆ। 60ਵੇਂ ਦਹਾਕੇ 'ਚ, 70ਵੇਂ ਦਹਾਕੇ 'ਚ, 80ਵੇਂ 'ਚ, 90ਵੇਂ 'ਚ ਪਲ ਪਲ ਤੁਸੀਂ ਡੀਗ੍ਰੇਡ ਹੁੰਦੇ ਗਏ ਹੋ। ਤੁਹਾਨੂੰ ਪਤਾ ਨਹੀਂ ਲੱਗਿਆ, ਸਿੱਖਾਂ ਨੂੰ ਪਤਾ ਨਹੀਂ ਲੱਗਿਆ, ਪੰਜਾਬੀਆਂ ਨੂੰ ਪਤਾ ਨਹੀਂ ਲੱਗਿਆ ਕਿ ਸਾਡੇ ਨਾਲ ਕੀ ਹੋ ਰਿਹਾ। ਉਹ ਤੁਹਾਨੂੰ ਡੀਗ੍ਰੇਡ ਕਰਦੇ ਜਾ ਰਹੇ ਸੀ ਔਰ ਅਸੀਂ ਉਹਨਾਂ ਦੇ ਵਹਿਣ ਦੇ ਵਿੱਚ ਵਹਿੰਦੇ ਜਾ ਰਹੇ ਸੀ। ਉਹ ਸਾਨੂੰ ਕਹਿੰਦੇ ਸੀ, ਧਾਰਮਿਕ ਬੰਦਿਆਂ ਨੂੰ, ਸਿੱਖਾਂ ਨੂੰ ਕਹਿੰਦੇ ਸੀ ਪਛਾਂਹ ਖਿੱਚੋ ਧਰਮਾਂ, ਅਤੇ ਆਪਣੇ ਆਪ ਨੂੰ ਕਹਿੰਦੇ ਸੀ ਉਹ ਅਗਾਂਹ ਵਧੂ ਨੇ। ਹੁਣ ਤੁਸੀਂ ਮੈਨੂੰ ਇਹ ਵੀ ਸਮਝਾ ਦਿਓ ਕਿ ਅਗਾਂਹ ਵਧੂ ਕਿੱਥੋਂ ਹੋ ਗਏ? ਆਪਣੇ ਆਪ ਨੂੰ ਖੁਦ ਹੀ ਉਹਨਾਂ ਨੇ ਟੈਗ ਲਾ ਲਿਆ ਅਗਾਂਹ ਵਧੂ ਦਾ, ਜਿਹੜੇ ਤੁਹਾਡੇ ਸਿਰਫ ਇੱਕ ਸਬਜੈਕਟ ਦੁਵਿਧਾ ਪੜ੍ਹਾਏ ਜਾਂਦੇ ਪੈਦਾ ਸੀ। ਕਰਨ ਲਈ ਤੇ ਆਪਣਾ ਵਡੱਤਨ ਦਿਖਾਉਣ ਲਈ ਇੱਕ ਝੂਠ ਪੈਦਾ ਕੀਤਾ, ਜਿਹੜੀ ਕਿ ਸੰਵਰਜਨ ਨੀਤੀ 'ਚ ਝੂਠ ਦਾ ਵੱਧ ਤੋਂ ਵੱਧ ਸਹਾਰਾ ਲੈਣਾ ਯੂਰੀ ਬੈਜਨਮ ਨੋਮ ਨੇ ਬਿਲਕੁਲ ਪਰਫੈਕਟ ਲਿਖਿਆ ਜੀ। ਬਿਲਕੁਲ। ਫਿਰ ਤੁਹਾਡੇ ਅੰਦਰ ਜਿਹੜੇ ਸਬਜੈਕਟ ਵਾੜੇ ਗਏ, ਅਲਜੈਬਰਾ, ਮੈਥਮੈਟਿਕਸ, ਫਿਜਿਕਸ, ਫੋਰਨ ਲੈਂਗੁਏਜਿਸ, ਕੈਮਿਸਟਰੀ, ਜਾਂ ਕੋਈ ਇਹੋ ਜਿਹੀ ਉਲਟੀ ਸਿੱਧੀ ਹਿਸਟਰੀ, ਰਾਈਟ, ਅੱਜ ਤੱਕ ਕਿ ਸੈਕਸੁਐਲਿਟੀ ਵਾੜ ਦਿੱਤੀ ਗਈ ਬੱਚਿਆਂ ਨੂੰ ਕਿ ਤੁਸੀਂ ਸੈਕਸ ਕਿੱਦਾਂ ਕਰਨਾ, ਸੈਕਸ ਕੀ ਚੀਜ਼ ਆ, ਇਹੋ ਜਿਹੀ ਐਜੂਕੇਸ਼ਨਾਂ ਦੇਣੀਆਂ ਉਹਨਾਂ ਨੂੰ, ਜਿਸ ਦਾ ਕੋਈ ਮਕਸਦ ਹੀ ਨਹੀਂ ਹੈਗਾ ਇੱਕ ਆਮ ਬੱਚੇ ਨੂੰ। ਨਾ ਕਦੇ ਪਹਿਲਾਂ ਦਿੱਤੀਆਂ ਗਈਆਂ ਸਾਡੇ ਸਮਾਜ ਦੇ ਵਿੱਚ ਇਹ ਗੱਲਾਂ, ਤੇ ਨਾ ਕਦੇ ਹੋਈਆਂ। ਹੁਣ ਤੁਸੀਂ ਮੈਨੂੰ ਦੱਸੋ, ਜਿਹੜੀ ਫਿਜਿਕਸ, ਕੈਮਿਸਟਰੀ ਦੀਆਂ ਕਿਤਾਬਾਂ, ਫੋਰਨ ਲੈਂਗੁਏਜ ਦੀਆਂ ਕਿਤਾਬਾਂ ਉੱਥੇ ਪੜ੍ਹਾਈਆਂ ਜਾਂਦੀਆਂ ਸੀ, ਤੁਸੀਂ ਤਾਮਿਲ ਵੀ ਸਿੱਖਦੇ ਹੋ, ਪਹਿਲੀ ਗੱਲ ਤਾਂ ਬੰਦਾ ਇੰਨੇ ਇੱਕ ਸਾਲ 'ਚ ਜਾਂ 2 ਸਾਲਾਂ 'ਚ ਤਾਮਿਲ ਦਾ ਟ੍ਰੇਂਡ ਨਹੀਂ ਹੋ ਸਕਦਾ, ਬੰਦਾ ਚਾਈਨੀਜ਼ ਲੈਂਗੁਏਜ ਦਾ ਟ੍ਰੇਂਡ ਨਹੀਂ ਹੋ ਸਕਦਾ, ਬੰਦਾ ਰਸ਼ੀਅਨ ਲੈਂਗੁਏਜ ਦਾ ਟ੍ਰੇਂਡ ਨਹੀਂ ਹੋ ਸਕਦਾ, ਉਹਨੂੰ ਕਾਫੀ ਸਮਾਂ ਲੱਗਦਾ। ਉਹ ਇੱਕ ਸਬਜੈਕਟ ਵਾੜ ਕੇ ਸਿਰਫ ਤੁਹਾਡਾ ਸਮਾਂ ਵਿਅਰਥ ਕੀਤਾ ਗਿਆ, ਤੁਹਾਨੂੰ ਗਲਤ ਪਾਸੇ ਵੱਲ ਤੋਰਿਆ ਗਿਆ। ਨਾ ਤਾਂ ਉਹ ਫਿਜਿਕਸ ਦੀਆਂ ਕਿਤਾਬਾਂ ਕਿਸੇ ਕੰਮ ਆਉਂਦੀਆਂ ਨੇ ਲਾਈਫ ਦੇ ਵਿੱਚ, ਮੈਂ ਪੜ੍ਹੀਆਂ ਮੇਰੇ ਤਾਂ ਕਿਸੇ ਕੰਮ ਨਹੀਂ ਆਈਆਂ ਸਾਰੀ ਜ਼ਿੰਦਗੀ। ਕੈਮਿਸਟਰੀ ਆ ਜਿਹੜੀ ਉਹ ਤੁਹਾਡੇ ਕਿਸੇ ਕੰਮ ਨਹੀਂ ਆਉਂਦੀ, ਅਲਜੈਬਰਾ ਕਿਸੇ ਕੰਮ ਨਹੀਂ ਆਉਂਦਾ, ਪੈਥਾਗੋਰਸ ਦੀ ਥਿਓਰਮ ਮੈਨੂੰ ਦੱਸ ਦਿਓ ਤੁਹਾਡੀ ਜ਼ਿੰਦਗੀ ਦੇ ਰੋਜ਼ਾਨਾ ਆਮ ਜ਼ਿੰਦਗੀ ਦੇ ਕਿੱਥੇ ਕੰਮ ਆਉਂਦੀ ਆ। ਇਹੋ ਜਿਹੇ ਸਬਜੈਕਟ ਕਿਹਨਾਂ ਨੇ ਵਾੜੇ? ਇਹਨਾਂ ਕਾਮਰੇਡਾਂ ਨੇ ਤੁਹਾਨੂੰ ਬਰਬਾਦ ਕਰਨ ਵਾਸਤੇ। ਤੁਹਾਡਾ ਅਸਲੀ ਜਿਹੜਾ ਪਿਛੋਕੜ ਸੀ ਤੁਹਾਨੂੰ ਗੁਰਬਾਣੀ ਨਾਲੋਂ ਤੋੜਿਆ ਗਿਆ, ਗੁਰਬਾਣੀ ਨੂੰ ਮਾੜਾ ਕਿਹਾ ਗਿਆ, ਤੁਹਾਡੇ ਗੁਰਦੁਆਰੇ ਜਿੱਥੋਂ ਕੁਛ ਤੁਹਾਨੂੰ ਸਿੱਖਣ ਨੂੰ ਮਿਲ ਸਕਦਾ ਸੀ, ਜਿੱਥੋਂ ਤੁਹਾਨੂੰ ਇਤਿਹਾਸ ਸਿੱਖਣ ਨੂੰ ਮਿਲ ਸਕਦਾ ਸੀ, ਜਿੱਥੋਂ ਤੁਹਾਨੂੰ ਰਾਗ ਸਿੱਖਣ ਨੂੰ ਮਿਲ ਸਕਦੇ ਸੀ, ਉਹਨਾਂ ਨੂੰ ਇੱਕ ਪਛਾਂਹ ਖਿੱਚੂ ਸਿਸਟਮ ਦੇ ਕਰਕੇ ਉਹਨਾਂ ਨੂੰ ਬਦਨਾਮ ਕਰ ਦਿੱਤਾ ਗਿਆ। ਇੱਕ ਸਟੇਜ ਇਹੋ ਜਿਹੀ ਆ ਗਈ ਸੀ ਕਿ ਬੰਦਾ ਜਿਹੜਾ ਸੀ ਦਾੜੀ ਕੇਸ ਰੱਖਣ ਵਾਲਾ ਬੰਦਾ ਵੀ ਆਪਣੇ ਆਪ ਨੂੰ ਬੈਡ ਫੀਲ ਕਰਨ ਲੱਗ ਗਿਆ ਸੀਗਾ। ਹਰੇਕ ਬੰਦੇ ਦੇ ਵਾਲ ਕੱਟਦੇ ਸੀ, ਸਿਗਰਟਾਂ ਪੀਂਦੇ ਮੈਂ ਆਪ ਦੇਖੇ ਨੇ, ਜਰਦੇ ਲਾਉਂਦੇ ਮੈਂ ਆਪ ਦੇਖੇ ਨੇ, ਇਹ ਸਾਰਾ ਕੁਛ ਕਿੱਥੋਂ ਆ ਰਿਹਾ ਸੀ? ਇਸ ਡੀਮੋਰਲਾਈਜੇਸ਼ਨ ਪ੍ਰੋਸੈਸ ਦਾ ਹਿੱਸਾ ਸੀਗਾ। ਉਸ ਤੋਂ ਬਾਅਦ ਜੇ ਸੋਸ਼ਲ ਲਾਈਫ, ਤੁਹਾਡੀਆਂ ਸੋਸ਼ਲ ਲਾਈਫ ਦੇ ਉੱਤੇ ਉਸਦਾ ਉਸਨੂੰ ਉਹ ਕਰਨਾ, ਜਿਹੜੀਆਂ ਕਿ ਇੱਕ ਆਮ ਸਾਡੀਆਂ ਸੋਸ਼ਲ ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ, ਸਾਡੀ ਇੱਕ ਆਪਣੀ ਪਰਿਵਾਰਕ ਲਾਈਫ ਆ,
ਫਿਰ ਸਾਡੀ ਜਿਹੜੀ ਆਪਣੇ ਆਸ ਗੁਆਂਢ ਦੇ ਲੋਕਾਂ ਦੇ ਵਿੱਚ ਲਾਈਫ ਆ, ਸਾਡੀ ਆਪਸੀ ਰਿਸ਼ਤੇਦਾਰਾਂ ਦੀ ਲਾਈਫ ਆ, ਉਸ ਨੂੰ ਭੰਨ ਤੋੜਤਾ, ਉਸ ਨੂੰ ਖਤਮ ਕਰਤਾ। ਜਿਵੇਂ ਪਹਿਲਾਂ ਲੋਕ ਸਵੇਰੇ ਸ਼ਾਮ ਆਪਣੇ ਆਸ ਗੁਆਂਢ ਦੇ ਵਿੱਚ ਵਿਚਰਦੇ ਸੀ, ਇੱਕ ਦੂਜੇ ਨਾਲ ਮਿਲਦੇ ਸੀ, ਇੱਕ ਦੂਜੇ ਦੇ ਦੁੱਖਾਂ ਸੁੱਖਾਂ 'ਚ ਜਾਂਦੇ ਸੀ। ਹੁਣ ਤੁਸੀਂ ਵੀ ਉੱਥੇ ਰਹਿੰਦੇ ਹੋ ਪੰਜਾਬ 'ਚ, ਕੀ ਉਹ ਸਿਸਟਮ ਉਹੋ ਜਿਹਾ ਰਹਿ ਗਿਆ? ਸਮਾਜ ਬਿਲਕੁਲ ਖੇਰੂ ਖੇਰੂ ਹੋ ਕੇ ਰਹਿ ਗਿਆ। ਜੇ ਕਿਸੇ ਦੇ ਬੰਦਾ ਕਿਸੇ ਫੰਕਸ਼ਨ ਤੇ ਜਾਂਦਾ ਵੀ ਆ ਤਾਂ ਖੜੇ ਪੈਰ ਜਾਂਦਾ ਤੇ ਉੱਥੋਂ ਆ ਜਾਂਦਾ, ਜਾਂ ਇਹੋ ਜਿਹੇ ਫੰਕਸ਼ਨ ਤੇ ਜਾਂਦੇ ਨੇ ਜਿੱਥੇ ਪੀਣ ਨੂੰ ਸ਼ਰਾਬ ਹੋਊਗੀ, ਖਾਣ ਪੀਣ ਹੋਊਗਾ, ਜਾਂ ਕੋਈ ਇਹੋ ਜਿਹਾ ਨੰਗਾ ਨਾਚ ਚੱਲਦਾ ਹੋਊ, ਗਾਉਣ ਵਜਾਉਣ ਹੋਊਗਾ, ਉੱਥੇ ਲੋਕ ਚਲੇ ਜਾਣਗੇ। ਜਿੱਥੇ ਸਿਆਣੀ ਸਮਝਦਾਰੀ ਧਰਮ ਦੀ ਕਿਤੇ ਵੀ ਸਪਿਰਚੁਅਲ ਗੱਲ ਹੁੰਦੀ ਹੋਊ, ਲੋਕ ਉੱਥੇ ਜਾਣਾ ਗੁਰੇਜ਼ ਕਰਨਗੇ। ਬਿਲਕੁਲ, ਇਹਨੂੰ ਕਹਿੰਦੇ ਨੇ ਸੋਸ਼ਲ ਡੀਮੋਰਲਾਈਜੇਸ਼ਨ ਕਰਨਾ, ਹਤਾਸ਼ਾ ਪੈਦਾ ਕਰਨਾ ਤੇ ਫਿਰ ਉਸ ਸਮਾਜ ਨੂੰ ਡਿਸਟਰਾਏ ਕਰਨਾ। ਔਰ ਫਿਰ ਇਹਨਾਂ ਦੀ ਜਗ੍ਹਾ ਦੇ ਉੱਤੇ ਜਿਹੜੇ ਤੁਹਾਡੇ ਰਿਸ਼ਤੇ ਨਾਤੇ ਆਪਸ ਦੇ ਵਿੱਚ ਸੋਲਵ ਹੋ ਜਾਂਦੇ ਸੀਗੇ, ਉਹਨਾਂ ਦੀ ਜਗ੍ਹਾ ਸੋਸ਼ਲ ਵਰਕਰ ਕ੍ਰੀਏਟ ਕਰਤੇ। ਜੀ ਸੋਸ਼ਲ ਵਰਕਰ ਜਿਹੜੇ ਕਿ ਗਵਰਨਮੈਂਟ ਦੇ ਪੇਚੈੱਕ ਤੇ ਰਹਿੰਦੇ ਨੇ, ਜਿਨ੍ਹਾਂ ਦੀ ਕੋਈ ਜ਼ਰੂਰਤ ਹੀ ਨਹੀਂ ਹੈਗੀ। ਨਾ ਤਾਂ ਉਹਨਾਂ ਸੋਸ਼ਲ ਵਰਕਰਾਂ ਨੂੰ ਤੁਹਾਡੇ ਪਰਿਵਾਰ ਨਾਲ ਕੋਈ ਸੰਬੰਧ ਆ, ਨਾ ਤੁਹਾਡਾ ਪੜੋਸੀਆਂ ਦੇ ਨਾਲ, ਗੁਆਂਢੀਆਂ ਦੇ ਨਾਲ ਉਹਨਾਂ ਨੂੰ ਕੋਈ ਸੰਬੰਧ ਆ, ਨਾ ਤੁਹਾਡੇ ਮੁਹੱਲੇ ਪਿੰਡਾਂ ਨਾਲ ਉਹਨਾਂ ਨੂੰ ਕੋਈ ਸੰਬੰਧ ਆ। ਉਹ ਸਿਰਫ ਆਪਣੇ ਪੈਸੇ ਤੱਕ ਆਏ ਨੇ। ਤੁਹਾਡਾ ਜਿਹੜਾ ਸਾਰਾ ਸਟਰਕਚਰ ਸੀ, ਜਿਹੜਾ ਸਿਸਟਮ ਸੀ, ਜਿਹੜਾ ਸਮਾਜ ਸੀ, ਜਿਹੜਾ ਸਦੀਆਂ ਤੋਂ ਇੱਕ ਮਿੰਟ ਹੋ ਕੇ ਤੁਰਿਆ ਜਾ ਰਿਹਾ ਸੀ, ਉਸ ਨੂੰ ਖੇਰੂ ਖੇਰੂ ਕਰ ਦਿੱਤਾ ਗਿਆ। ਇਹਦੀ ਮੈਂ ਇੱਕ ਛੋਟੀ ਜਿਹੀ ਐਗਜਾਮਪਲ ਦਿੰਦਾ। ਕਾਉਂਸਲਰ ਪੈਦਾ ਕਰ ਦਿੱਤੇ ਸਾਡੇ ਸਮਾਜ ਵਿੱਚ। ਕਾਉਂਸਲਰ ਕੌਣ ਸਨ? ਸਾਡੇ ਪਿਓ ਦਾਦੇ, ਦਾਦੇ ਦਾਦੀਆਂ, ਪੜਦਾਦੀਆਂ, ਗੁਆਂਢੀਆਂ ਦੀਆਂ ਦਾਦੀਆਂ ਪੜਦਾਦੀਆਂ, ਜਿਹੜੀਆਂ ਗੁਆਂਢਦਾਰੀ 'ਚ ਗੱਲਾਂ ਹੁੰਦੀਆਂ ਸੀ, ਬੱਚਿਆਂ ਦੀਆਂ, ਬੁੜੀਆਂ ਦੀਆਂ, ਬੁੱਢਿਆਂ ਦੀਆਂ, ਜਿਹੜੀਆਂ ਸੱਥਾਂ 'ਤੇ ਗੱਲਾਂ ਹੁੰਦੀਆਂ ਸੀ, ਉਹਦੇ 'ਚੋਂ ਜਿਹੜੀ ਟੀਚਿੰਗ ਮਿਲਦੀ ਸੀ, ਸਾਡੀ ਕਾਉਂਸਲਿੰਗ ਅਤੇ ਸਾਡੀ ਲਰਨਿੰਗ ਉਹੀ ਸੀ ਜਿਹੜੀ ਸਾਨੂੰ ਹਤਾਸ਼ਾ ਹੀ ਜਾਣ ਤੋਂ, ਜਿਹੜੇ ਹਤਾਸ਼ਾ ਹੀ ਚਲੇ ਜਾਂਦੇ ਸੀ ਉਹਨਾਂ ਨੂੰ ਹਤਾਸ਼ਾ ਹੀ ਚੋਂ ਉਭਾਰਨ ਦਾ ਕੰਮ ਕਰਦੀ ਸੀ। ਉਹ ਬਿਲਕੁਲ ਸਾਰੀ ਇਹਨਾਂ ਨੇ ਡਿਸਟਰੋਏ ਕਰਕੇ ਆਪਣੀ ਤੰਦ ਨਾਲ ਜੋੜ ਲਈ। ਇਹ ਜੇ ਮੁੱਖ ਮੁੱਦਾ ਜੀ। ਫਿਰ ਤੁਹਾਡਾ ਪਾਵਰ ਸਟਰਕਚਰ ਖਤਮ ਕਰਤਾ। ਇੱਕ ਪਰਿਵਾਰ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਇੱਕ ਵੱਡਾ ਬਜ਼ੁਰਗ ਹੁੰਦਾ ਸੀ ਜਿਹਦੇ ਚ ਸਾਰੀ ਜਿਹਦੇ ਕੋਲੇ ਸਾਰੀ ਪਾਵਰ ਸੀਗੀ। ਉਹ ਬਹੁਤ ਸੂਝਵਾਨ ਸਮਝਦਾਰ ਹੁੰਦਾ ਸੀ, ਉਹਨੂੰ ਪਤਾ ਹੁੰਦਾ ਸੀ ਮੈਂ ਆਪਣਾ ਪਰਿਵਾਰ ਕਿਵੇਂ ਚਲਾਉਣਾ, ਉਸੇ ਦੀ ਚੱਲਦੀ ਹੁੰਦੀ ਸੀ। ਬਿਲਕੁਲ ਮੁੰਡੇ, ਪੋਤੇ, ਪੋਤੀਆਂ, ਬਹੂਆਂ, ਵਹੁਟੀਆਂ, ਸਾਰਾ ਕੁਝ ਉਸ ਬਜ਼ੁਰਗ ਦਾ ਆਰਡਰ ਹੁੰਦਾ ਸੀਗਾ ਕਿ ਘਰ ਦੇ ਵਿੱਚ ਕੀ ਹੋਣਾ, ਕੀ ਨਹੀਂ ਹੋਣਾ, ਕੀ ਕਿਹਨੇ ਕੀ ਕਰਨਾ। ਇੱਕ ਬਿਲਕੁਲ ਸਿਸਟਮ ਸੀਗਾ ਬਹੁਤ ਵਧੀਆ ਜਿਹਦੇ ਨਾਲ ਪਰਿਵਾਰ ਬੱਝੇ ਹੋਏ ਸੀ। ਉਹ ਸਿਸਟਮ ਤੋੜਤੇ। ਇੱਕ ਇੱਕ ਜੰਮਦਾ ਜਵਾਕ ਹੁਣ ਇਹ ਕਹਿਣ ਲੱਗ ਗਿਆ ਕਿ ਤੁਹਾਨੂੰ ਤਾਂ ਪਤਾ ਹੀ ਕੁਛ ਨਹੀਂ ਗਾ, ਤੁਸੀਂ ਕਿੱਥੇ ਕਿਹੜਾ ਸਕੂਲ ਗਏ ਹੋ, ਤੁਸੀਂ ਕਿਹੜਾ ਕਿਸੇ ਕਾਲਜ ਗਏ ਹੋ। ਉਸ ਸਮੇਂ ਹੋਰ ਸੀਗੇ, ਹੁਣ ਨਵੇਂ ਮਾਡਰਨ ਸਮੇਂ ਆ ਗਏ। ਉਹ ਆਪਣੇ ਮੁਤਾਬਕ ਜਿਹੜਾ ਕੁਛ ਉਹਨਾਂ ਨੂੰ ਇਹਨਾਂ ਵੱਲੋਂ ਬਣਾਏ ਗਏ ਸਕੂਲਾਂ ਦੇ ਵਿੱਚ ਸਿਖਾਇਆ ਜਾਂਦਾ, ਉਹ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਧਾਰ ਲਿਆ। ਜਿਹੜੀਆਂ ਬਜ਼ੁਰਗਾਂ ਦੀ ਰਿਸਪੈਕਟ ਸੀ, ਉਹਨਾਂ ਦੀ ਲਿਆਕਤ ਸੀ, ਜਿਹੜਾ ਕਿਹਾ ਜਾਂਦਾ ਨਾ ਕਿ ਜਿਹੜੇ ਧੌਲੇ ਨੇ ਉਹ ਧੁੱਪ ਦੇ ਵਿੱਚ ਚਿੱਟੇ ਨਹੀਂ ਹੋਏ, ਉਮਰ ਖਾ ਕੇ ਤਜਰਬੇ ਨਾਲ ਬਿਲਕੁਲ ਬੰਦਾ ਬਜ਼ੁਰਗ ਹੁੰਦਾ। ਉਹਨਾਂ ਕੋਲ ਇੱਕ ਗਿਆਨ ਹੁੰਦਾ ਜਿਹੜਾ ਨਾ ਕਿਤਾਬਾਂ 'ਚ, ਨਾ ਯੂਨੀਵਰਸਿਟੀਆਂ ਦੇ ਵਿੱਚ, ਨਾ ਕਾਲਜਾਂ 'ਚ, ਨਾ ਸਕੂਲਾਂ 'ਚ ਮਿਲਦਾ। ਉਹ ਸਿਰਫ ਜ਼ਿੰਦਗੀ ਦੇ ਤਜਰਬਿਆਂ ਤੋਂ ਆਉਂਦਾ। ਉਸ ਦਾ ਭੰਨ ਤੋੜ ਕਰ ਦਿੱਤੀ ਗਈ, ਉਸ ਨੂੰ ਖਤਮ ਕਰ ਦਿੱਤਾ ਗਿਆ। ਇਸ ਕਦਰ ਖਤਮ ਕੀਤਾ ਗਿਆ ਕਿ
ਕਿ ਜਿਹੜੇ ਮਾਂ ਪਿਓ ਬਣੇ ਨੇ ਉਹ ਮਾਂ ਪਿਓ ਵੀ ਖੁਦ ਕਹਿਣ ਲੱਗ ਗਏ ਜੀ ਅਸੀਂ ਤਾਂ ਅਨਪੜ੍ਹਾਂ, ਬੱਚੇ ਚੰਗੇ ਸਕੂਲਾਂ 'ਚ ਤਾਂ ਹੀ ਪੜ੍ਹਾ ਰਹੇ ਹਾਂ, ਬੱਚਿਆਂ ਦੀ ਜ਼ਿੰਦਗੀ ਸੰਵਰ ਜਾਏ। ਮਾਂ ਪਿਓ ਖੁਦ ਮੰਨਣ ਲੱਗ ਗਏ ਕਿ ਬੱਚੇ ਸਾਡੇ ਅੱਗੇ ਅਗਾਂਹ ਵਾਧੂ ਬਣ ਗਏ ਨੇ, ਜਦਕਿ ਉਹ ਪਿੱਛਾ ਖਿੱਚੂ ਅਤੇ ਵਿਨਾਸ਼ਕਾਰੀ ਬਣ ਰਹੇ ਸੀ। ਔਰ ਉਹ ਮਾਂ ਪਿਓ ਦੀ ਇਹ ਸੋਚ ਵੀ ਜਿਹੜੀ ਬਣਾਈ ਸੀ ਉਹ ਵੀ ਡੀਮੋਰਲਾਈਜੇਸ਼ਨ ਦੇ ਇਸ ਪਾਵਰ ਸਟਰਕਚਰ ਵਿੱਚੋਂ ਹੀ ਇਹ ਸਬਵਰਜਨ ਨੀਤੀ ਨੇ ਹੀ ਬਣਾਈ ਸੀ, ਅਤੇ ਜਿਸ ਦਾ ਖਮਿਆਜ਼ਾ ਅੱਜ ਦਾ ਵਰਤਮਾਨ ਸਮਾਜ ਸਾਡੇ ਸਾਹਮਣੇ ਆ ਜੀ। ਹੌਲੀ ਹੌਲੀ ਬੜੇ ਸਿਸਟਮੈਟਿਕਲੀ ਢੰਗ ਦੇ ਨਾਲ ਇਹ ਸਾਰਾ ਪਾਵਰ ਸਟਰਕਚਰ ਖਤਮ ਕਰਤਾ। ਜਿਹੜੇ ਗਰੁੱਪ ਹੁੰਦੇ ਸੀ ਪਿੰਡਾਂ ਦੇ ਵਿੱਚ, ਬਹੁਤੇ ਫੈਸਲੇ ਪਿੰਡ ਦੀ ਪੰਚਾਇਤ ਸਿਆਣੇ ਬੰਦੇ ਬੈਠ ਕੇ ਲੈ ਲੈਂਦੇ ਹੁੰਦੇ ਸੀ, ਉਹ ਕੋਰਟ ਕਚਹਿਰੀ ਨਹੀਂ ਸੀ ਚੜ੍ਹਦੇ ਹੁੰਦੇ, ਉਹ ਪੰਚਾਇਤਾਂ ਦੇ ਵਿੱਚ ਆਪਣੇ ਬੰਦੇ ਵਾੜਦੇ, ਕਰਪਟ ਬੰਦੇ ਵਾੜ ਕੇ ਉਹ ਪੰਚਾਇਤਾਂ ਦੇ ਵਿੱਚ ਸਾਰੇ ਕਰਪਸ਼ਨ ਦਾ ਸਿਸਟਮ ਖੜਾ ਕਰਤਾ। ਪੋਲੀਟੀਕਲ ਪਾਰਟੀਆਂ ਨੇ ਆਪਣੇ ਸਰਪੰਚ ਬਣਾਉਣੇ ਸ਼ੁਰੂ ਕਰਤੇ ਤਾਂ ਕਿ ਜਿਹੜੇ ਲੋਕਾਂ ਵੱਲੋਂ ਲੋਕਾਂ ਦੇ ਨੁਮਾਇੰਦਗੀ ਖਤਮ ਕੀਤੀ ਜਾਵੇ, ਲੋਕਾਂ ਦੇ ਹੱਥੋਂ ਪਾਵਰ ਖੋਹ ਕੇ ਇੱਕ ਅਨਕੁਆਲੀਫਾਈਡ ਬੰਦਿਆਂ ਨੂੰ ਦੇ ਦਿੱਤੀ ਗਈ, ਔਰ ਉਹ ਅਨਕੁਆਲੀਫਾਈਡ ਬੰਦੇ ਜਿਹੜੇ ਨੇ ਤੁਹਾਡੇ ਸਮਾਜ ਦਾ ਫਿਰ ਬੇੜਾ ਗਰਕ ਕਰ ਰਹੇ ਨੇ। ਬਿਲਕੁਲ, ਫਿਰ ਇੱਕ ਕੰਮ ਇਹਨਾਂ ਕਾਮਰੇਡਾਂ ਨੇ ਹੋਰ ਕੀਤਾ, ਕਹਿੰਦੇ ਪੀਪਲ ਆਰ ਬੋਰਨ ਇਕੁਅਲ, ਕਹਿੰਦੇ ਨੇ ਨਵਾਂ ਨਾਮ ਲਿਆਉਣ ਦਾ ਇਕੁਅਲ ਅਪਰਚੁਨਿਟੀ, ਉਹ ਕਹਿੰਦਾ ਜੀ ਸਾਰੇ ਬੰਦੇ ਬਰਾਬਰ ਪੈਦਾ ਹੋਏ ਨੇ, ਇਹ ਕਦੇ ਵੀ ਨਹੀਂ ਹੁੰਦਾ, ਕਦੇ ਵੀ ਦੋ ਬੰਦੇ ਕਦੇ ਵੀ ਬਰਾਬਰ ਨਹੀਂ ਹੁੰਦੇ, ਉਹਨਾਂ ਦੀ ਦੇਖ ਰੇਖ, ਉਹਨਾਂ ਦਾ ਕੱਦ ਕਾਠ, ਉਹਨਾਂ ਦੀ ਲਿਆਕਤ ਹਰੇਕ ਬੰਦੇ ਦੀ ਡਿਫਰੈਂਟ ਹੁੰਦੀ ਆ। ਇੱਕ ਬੰਦੇ ਨੇ PhD ਕੀਤੀ ਆ, ਇੱਕ ਬੰਦਾ ਕਦੇ ਸਕੂਲ ਨਹੀਂ ਗਿਆ, ਤੁਸੀਂ ਉਹਨਾਂ ਨੂੰ ਕਦੇ ਇਕੱਠੇ ਨਹੀਂ ਕਰ ਸਕਦੇ, ਉਹਨਾਂ ਨੂੰ ਇੱਕ ਪਲੇਟਫਾਰਮ ਤੇ ਖੜੇ ਨਹੀਂ ਕਰ ਸਕਦੇ, ਨਾ ਹੀ ਉਹ ਹੋ ਸਕਦੇ ਨੇ। ਇਹ ਇੱਕ ਜਾਣਬੁੱਝ ਕੇ ਕ੍ਰੀਏਟ ਕੀਤਾ ਗਿਆ ਫਨੋਮੇਨਾ ਸੀ। ਔਰਤਾਂ ਲਈ ਇਕੁਅਲ ਅਪਰਚੁਨਿਟੀ ਬਣਾਓ ਜੀ, ਔਰਤ ਦੀ ਇੱਕ ਆਪਣਾ ਗੁਣ ਆ, ਉਹ ਸਮਾਜ ਦਾ ਇੱਕ ਵੱਡਾ ਥੰਮ ਆ, ਉਸ ਦੀ ਇੱਕ ਆਪਣੀ ਜ਼ਿੰਮੇਵਾਰੀ ਆ, ਉਸ ਨੂੰ ਜਾਣਬੁੱਝ ਕੇ ਕਹਿਣਾ ਕਿ ਤੂੰ ਤਾਂ ਬੰਦੇ ਦੇ ਬਰਾਬਰ ਆ, ਤੂੰ ਬੰਦੇ ਵਾਲੇ ਕੰਮ ਕਰ, ਇਹ ਉਸਦਾ ਜਿਹੜਾ ਖਮਿਆਜ਼ਾ ਸੀ। ਅੱਜ ਕੀ ਹੋ ਗਿਆ ਕਿ ਤੁਹਾਡੇ ਪਰਿਵਾਰ ਖੇਰੂ ਖੇਰੂ ਹੋਣ ਲੱਗ ਗਏ, ਪਰਿਵਾਰ ਟੁੱਟ ਗਏ, ਜਿਹੜੇ ਯੂਨਿਟ ਸੀ ਪਰਿਵਾਰ ਦੀ ਉਹ ਖਤਮ ਨੇ। ਇੱਥੋਂ ਤੱਕ ਵੀ ਜਿਹੜੇ ਬੱਚਿਆਂ ਨੂੰ ਪਰਵਰਿਸ਼ ਕਰਨ ਦਾ ਤਰੀਕਾ ਹੁੰਦਾ, ਪਿਓ ਜਿਹੜਾ ਹੈ, ਫਾਦਰ ਜਿਹੜਾ ਹੈ, ਉਹ ਹੋਰ ਸੋਚ ਰਿਹਾ ਹੁੰਦਾ, ਮਾਂ ਹੋਰ ਸੋਚ ਰਹੀ ਹੁੰਦੀ ਆ। ਉਹ ਪਿਓ ਕਹਿ ਰਿਹਾ ਹੁੰਦਾ ਕਿ ਇਹਨਾਂ ਨੂੰ ਮੈਂ ਆਹ ਕੁਛ ਸਿਖਾਉਣਾ, ਮਾਂ ਕਹਿੰਦੀ ਹੁੰਦੀ ਆ ਨਹੀਂ ਮੈਂ ਇਹਨਾਂ ਨੂੰ ਉਲਟ ਸਿਖਾਉਣਾ। ਆਪਸ ਦੇ ਵਿੱਚ ਲੜਾਈ ਹੁੰਦੀ ਆ, ਜਦੋਂ ਆਪਸ ਦੇ ਵਿੱਚ ਲੜਾਈ ਹੁੰਦੀ ਆ ਤਾਂ ਜਿਹੜਾ ਬੱਚਾ ਉਹ ਦੇਖ ਲੈਂਦਾ ਕਿ ਮੇਰੇ ਨਾਲ ਮੇਰੀ ਮਾਂ ਖੜੀ ਆ, ਉਹ ਵੀ ਆਪਣੇ ਪਿਓ ਨੂੰ ਰਿਜੈਕਟ ਕਰਨਾ ਸ਼ੁਰੂ ਕਰ ਦਿੰਦਾ, ਤੇ ਉਹਦਾ ਐਂਡ ਰਿਜ਼ਲਟ ਹੁੰਦਾ ਸਮਾਜ ਦੇ ਵਿੱਚ ਇੱਕ ਬਗਾਵਤੀ ਮਾਹੌਲ ਖੜਾ ਹੋ ਜਾਣਾ, ਇੱਕ ਇਹੋ ਜਿਹਾ ਮਾਹੌਲ ਖੜਾ ਹੋ ਜਾਣਾ ਜਿਸ ਦੇ ਵਿੱਚੋਂ ਨਿਰਾਸ਼ਤਾ ਪੈਦਾ ਹੋਵੇ। ਬਿਲਕੁਲ, ਅੱਜ ਅਸੀਂ ਸਾਹਮਣੇ, ਇੱਕ ਮਿੰਟ ਮੈਂ ਰੋਕ ਰਿਹਾ ਜੀ, ਅੱਜ ਅਸੀਂ ਸਾਹਮਣੇ ਦੇਖ ਰਹੇ ਹਾਂ ਜੀ ਫੈਮਿਨਿਜ਼ਮ ਦੇ ਨਾਂ ਤੇ ਤੇ ਦੂਸਰੀਆਂ ਤੀਸਰੀਆਂ ਨਾਵਾਂ ਤੇ ਜਿਹੜੀ ਔਰਤ ਦੀ ਸਮਾਨਤਾ, ਪ੍ਰਮੁੱਖਤਾ, ਬਰਾਬਰਤਾ ਸੀ ਉਸ ਨੂੰ ਸਾਈਡ ਤੇ ਕਰਕੇ ਇਹ ਸ਼ੁਰੂ ਹੋ ਗਿਆ ਕਿ ਤੂੰ ਮਰਦਾਂ ਦੇ ਬਰਾਬਰ ਕੰਮ ਕਰ, ਤੇ ਮਰਦ ਹੁਣ ਕੀ ਮਰਦ ਔਰਤ ਦੇ ਬਰਾਬਰ ਕੰਮ ਕਰਨ, ਜੇ ਮੰਨ ਲਓ ਇਹੀ ਸਾਰਾ ਸਿਸਟਮ ਅਡਾਪਟ ਕੀਤਾ ਜਾਣਾ ਚਾਹੀਦਾ ਤੇ ਫਿਰ ਮਰਦ ਬੱਚਾ ਨਹੀਂ ਜੰਮ ਸਕਦਾ। ਬਿਲਕੁਲ ਸਪਸ਼ਟ ਜੀ, ਕੁਦਰਤ ਦੀ ਦੇਣ ਹੈ, ਔਰਤ ਨੇ ਹੀ ਜੰਮਣਾ ਤੇ ਔਰਤ ਦੀ ਪਰਵਰਿਸ਼ ਨੇ ਹੀ ਇੱਕ ਨੇਸ਼ਨ ਨੂੰ ਪੈਦਾ ਕਰਨਾ ਤੇ ਇੱਕ ਜੀਨਸ ਨੂੰ ਟ੍ਰਾਂਸਫਰ ਕਰਨਾ ਆਪਸ ਵਿੱਚ ਮਿਲ ਕੇ। ਪਰ ਇਸ ਵਿੱਚ ਵੀ ਜਿਹੜੀ ਖੜੋਤ, ਵਿਰੋਧਾਭਾਸ ਤੇ ਜਿਹੜੀ ਟਕਰਾਅ ਫੈਮਿਨਿਜ਼ਮ ਦੇ ਨਾਂ ਤੇ ਪੈਦਾ ਕੀਤਾ ਤੇ ਬਰਾਬਰਤਾ ਦੇ ਨਾਂ ਤੇ ਪੈਦਾ ਕੀਤਾ,
ਉਹ ਆਈ ਸੀ ਕਿ ਟੱਬਰਾਂ ਦੀ ਖਾਸ ਤੌਰ 'ਤੇ ਗੁਰਮਤਿ 'ਚ ਜਿਹੜੀ ਸੰਗਤ ਦੀ ਮਹਾਨਤਾ ਸੀ, ਉਹ ਸੰਗਤ ਇੱਕ ਤੋਂ ਦੋਏ ਜਦੋਂ ਬਣਦੇ ਨੇ ਆਨੰਦ ਕਾਰਜ, ਉਹ ਸੰਗਤ ਦਾ ਰੂਪ ਗ੍ਰਹਿਣ ਕਰਦੇ ਨੇ ਅਤੇ ਸੰਗਤ ਨੂੰ ਡਿਸਟਰੋਏ ਕਰ ਦਿੱਤਾ ਗਿਆ ਜੀ। ਬਿਲਕੁਲ ਜੀ, ਲਾ ਇਨਫੋਰਸਮੈਂਟ ਜੀ, ਜਿਹੜੇ ਕ੍ਰਿਮੀਨਲ ਸੀ ਜਿਨ੍ਹਾਂ ਨੂੰ ਲੋਕ ਨਫ਼ਰਤ ਕਰਦੇ ਸੀ, 10 ਨੰਬਰੀ ਬੰਦੇ ਦੇ ਕੋਲੇ ਲੋਕ ਦੂਰੋਂ ਉਤੋਂ ਛੱਡ ਕੇ ਭੱਜ ਜਾਂਦੇ ਸੀ, ਉਹਨਾਂ ਨੂੰ ਸਮਾਜ ਦਾ ਹੀਰੋ ਬਣਾ ਦਿੱਤਾ ਗਿਆ। ਬਿਲਕੁਲ, ਅੱਜ ਕੱਲ੍ਹ ਦੇਖ ਲਓ ਕਿਹੜੇ MP ਨੇ, ਕਿਹੜੇ MLA ਨੇ, ਕਿਹੜੇ ਪੰਚ ਸਰਪੰਚ ਨੇ, ਕਿਹੜੇ ਮੁਖੀਏ ਨੇ, ਸਮਾਜ ਕਿਹਨਾਂ ਨਾਲ ਮਿਲ ਕੇ ਤੁਰ ਰਿਹਾ। ਨੋਟ ਕਰ ਰਿਹਾ ਜੀ ਸਰਦਾਰ ਰਿੰਦਰਜੀਤ ਸਿੰਘ ਜੀ ਦੀ ਗੱਲ ਜੀ ਸਰਦਾਰ ਸਾਹਿਬ। ਬਿਲਕੁਲ, ਹੋਰ ਇੱਕ ਗੱਲ ਹੋਰ ਅੱਗੇ ਲਿਆਂਦੀ, ਕੋਈ ਕ੍ਰਿਮੀਨਲ ਓਨੀ ਦੇਰ ਤੱਕ ਕ੍ਰਿਮੀਨਲ ਨਹੀਂ ਹੈਗਾ ਜਿੰਨਾ ਚਿਰ ਉਹ ਕੋਰਟ ਦੇ ਵਿੱਚ ਗਿਲਟੀ ਪ੍ਰੂਵ ਨਹੀਂ ਹੁੰਦਾ। ਜੀ ਲੋਕਾਂ ਦੇ ਸਾਹਮਣੇ ਉਸਨੇ ਕ੍ਰਾਈਮ ਕੀਤਾ ਹੁੰਦਾ, ਬੰਦੇ ਮਾਰੇ ਹੁੰਦੇ ਨੇ, ਰੇਪ ਕੀਤੇ ਹੁੰਦੇ ਨੇ, ਪਰ ਉਹ ਕੋਰਟ ਦੇ ਵਿੱਚੋਂ ਆਪਣੇ ਬਲਬੂਤੇ ਦੇ ਉੱਤੇ ਪੈਸੇ ਦੇ ਕੇ ਪੋਲੀਟੀਕਲ ਪਾਵਰ ਵਰਤ ਕੇ ਕੋਰਟ ਦੇ ਵਿੱਚੋਂ ਬਰੀ ਹੋ ਜਾਂਦੇ ਨੇ, ਤਾਂ ਉਹ ਕੋਈ ਕ੍ਰਿਮੀਨਲ ਨਹੀਂ ਹੈਗਾ ਹੁਣ। ਔਰ ਬਹੁਤੇ ਲੋਕ ਉਹਨਾਂ ਨੂੰ ਜੀ ਹਜ਼ੂਰੀ ਕਰਨਾ ਪਸੰਦ ਕਰਦੇ ਨੇ ਕਿਉਂਕਿ ਉਹਨਾਂ ਦੀ ਸਮਾਜ ਦੇ ਵਿੱਚ ਵੈਲਿਊ ਵੱਧ ਗਈ, ਉਹ ਸਮਾਜ ਦੇ ਵਿੱਚ ਇੱਕ ਨਾਮ ਬਣ ਕੇ ਉੱਭਰੇ ਨੇ। ਬਿਲਕੁਲ, ਇਸਦਾ ਅੰਦਾਜ਼ਾ ਤੁਸੀਂ ਪੰਜਾਬ ਦੇ ਵਿੱਚ ਪਿਛਲੇ ਦਿਨਾਂ 'ਚ ਵਧੇ ਗੈਂਗਵਾਰ ਦੇ ਵਿੱਚੋਂ ਆਮ ਹੀ ਦੇਖ ਸਕਦੇ ਹੋ। ਹੁਣ ਵੀ ਅਸੀਂ ਗੈਂਗਸਟਰ ਨੂੰ ਹੀ ਲੀਡਰ ਪਸੰਦ ਕਰ ਰਹੇ ਹਾਂ ਪੰਜਾਬੀ। ਹੁਣ ਵੀ ਸਾਰਾ ਕੁਛ ਉਹੀ ਹੈ, ਸਬਵਰਜਨ ਦੀ ਜਿਹੜੀ ਸਾਡੀਆਂ ਜੜ੍ਹਾਂ 'ਚ ਸਰਵਰਜਨ ਬਹਿ ਗਿਆ, ਔਰ ਸਬਵਰਜਨ ਨੇ ਹੀ ਸਾਡੀ ਨਵੀਂ ਪੀੜ੍ਹੀ ਨੂੰ ਸਿੰਜਿਆ, ਸਬਵਰਜਨ ਨੇ ਹੀ ਸਾਡੀ ਨਵੀਂ ਪੀੜ੍ਹੀ 'ਤੇ ਫੁੱਲ ਅਤੇ ਫਲ ਲਾਏ ਨੇ। ਅਸੀਂ ਉਹੀ ਵੱਢਦੇ, ਉਹੀ ਖਾਣਾ ਪਸੰਦ ਕਰ ਰਹੇ ਹਾਂ, ਅਤੇ ਅੱਜ ਜੋ 60ਵਾਂ ਦੇ ਦਹਾਕਿਆਂ 'ਚ ਸਾਡਾ ਬੀਜਿਆ ਗਿਆ, ਅੱਜ ਅਸੀਂ ਚੰਗੀ ਤਰ੍ਹਾਂ ਵੱਢ ਰਹੇ ਹਾਂ ਅਤੇ ਉਸ ਤੋਂ ਮੁਕਤ ਨਹੀਂ ਹੋ ਸਕੇ। ਅੱਜ ਦੀ ਵੀਡੀਓ ਤੁਹਾਨੂੰ ਮੁਕਤ ਹੋਣ ਵਾਲੇ ਪਾਸੇ ਦਿਸ਼ਾ ਅਤੇ ਦਸ਼ਾ ਦੇ ਰਹੀ ਹੈ ਜੀ ਸਰਦਾਰ ਇੰਦਰਜੀਤ ਸਿੰਘ ਜੀ। ਫਿਰ ਜੀ ਲੇਬਰ ਰਿਲੇਸ਼ਨਸ਼ਿਪ, ਕਿਸਾਨ ਤੇ ਸੀਰੀ ਦਾ ਇੱਕ ਬਹੁਤ ਵਧੀਆ ਰਿਸ਼ਤਾ ਸੀਗਾ, ਦੋਹੇ ਇੱਕ ਦੂਜੇ ਬਿਨਾਂ ਤੁਰ ਨਹੀਂ ਸੀ ਸਕਦੇ, ਇੱਥੋਂ ਤੱਕ ਕਿ ਪੰਜਾਬ ਦੇ ਨਾਮਵਰ ਸ਼ਾਇਰ ਨੇ ਆਪਣੇ ਸੰਤ ਰਾਮਦਾਸੀ, ਬਿਲਕੁਲ ਜੀ, ਉਹਨਾਂ ਨੇ ਤਾਂ ਇਹਦੇ ਉੱਤੇ ਇੱਕ ਬਹੁਤ ਵਧੀਆ ਕਵਿਤਾ ਵੀ ਲਿਖੀ ਹੋਈ ਆ। ਉਸ ਰਿਲੇਸ਼ਨਸ਼ਿਪ ਨੂੰ ਇਹਨਾਂ ਕਾਮਰੇਡਾਂ ਨੇ ਤੋੜਤਾ, ਵਰਕਰਾਂ ਨੂੰ, ਮਜ਼ਦੂਰਾਂ ਨੂੰ ਉਂਗਲਾਂ ਲਾ ਲਾ ਕੇ ਕਿ ਸਾਰਾ ਕੁਛ ਤਾਂ ਕਿਸਾਨ ਖਾ ਰਿਹਾ, ਜੱਟ ਖਾ ਗਿਆ ਤੁਹਾਨੂੰ, ਫਾਰਮਰ ਖਾ ਗਿਆ, ਫਾਰਮਰਾਂ ਨੂੰ ਸਰਮਾਏਦਾਰ ਬਣਾਤਾ, ਉਹਨਾਂ ਨੂੰ ਗਰੀਬ ਮਜ਼ਦੂਰ ਬਣਾ ਕੇ ਦੂਜੇ ਪਾਸੇ ਖੜਿਆ ਕਰਤਾ ਤੇ ਉਹਨਾਂ ਦੇ ਵਿੱਚ ਆਪਸ 'ਚ ਟਕਰਾ ਕਰਤਾ। ਇੱਕ ਇੰਨਾ ਵਧੀਆ ਸਿਸਟਮ ਜਿਹੜਾ ਕਿ ਪਿੰਡ ਲੈਵਲ ਦੇ ਉੱਤੇ, ਸ਼ਹਿਰ ਲੈਵਲ ਦੇ ਉੱਤੇ ਇਸਟੈਬਲਿਸ਼ ਸੀ, ਉਸ ਨੂੰ ਬਿਲਕੁਲ ਡਿਸਟਰੋਏ ਕਰਕੇ ਰੱਖਤਾ। ਇਹਨਾਂ ਨੇ ਲਫਾ 'ਚ ਦਿੱਤਾ ਕਿਸਾਨਾਂ ਲਈ ਵੀ, ਉਦਯੋਗਪਤੀਆਂ ਲਈ ਵੀ, ਜਿਹੜਾ ਰੁਜ਼ਗਾਰ ਜਿੱਥੇ ਪੈਦਾ ਹੁੰਦਾ ਸੀ ਉਹਨਾਂ ਲਈ ਵੀ, ਬੁਰਜੂਆ ਲੋਕ, ਬੁਰਜੂਆਈ ਲੋਕ, ਬਿਲਕੁਲ। ਔਰ ਵਰਕਰਾਂ ਨੂੰ ਕਹਿਤਾ ਪ੍ਰੋਲੇਤਾਰੀਆ, ਹਾਂ, ਹਾਲਾਂਕਿ ਬੁਰਜੂਆਈ ਦਾ ਮਤਲਬ, ਚਲੋ ਮੈਂ ਤੁਹਾਨੂੰ ਇੱਥੇ ਇੱਕ ਹੋਰ ਦੱਸਦਾ ਜਾਵਾਂ, ਜਿਹੜੀਆਂ ਯੂਰਪੀਅਨ ਦੇਸ਼ ਨੇ, ਯੂਰਪੀਅਨ ਦੇਸ਼ ਦੇ ਵਿੱਚ ਬਰੋ, ਵਰਗ, ਬੁਰਜ, ਇਹ ਸ਼ਹਿਰ ਦਾ ਨਾਮ ਹੁੰਦਾ, ਬਿਲਕੁਲ, ਸੇਂਟ ਪੀਟਰਸਬਰਗ, ਪੀਟਰ ਦਾ ਸ਼ਹਿਰ, ਹਿਲਸ ਬਰੋ, ਹਿਲਸ ਦਾ ਸ਼ਹਿਰ। ਔਰ ਜੇ ਤੁਸੀਂ ਦੇਖੋਗੇ ਸਾਡੇ ਪੰਜਾਬ ਦੇ ਵਿੱਚ ਵੀ
ਬੁਰਜ ਜਵਾਹਰ ਸਿੰਘ ਵਾਲਾ, ਬਿਲਕੁਲ ਜਵਾਹਰ ਸਿੰਘ ਵਾਲੇ ਦਾ ਨਗਰ, ਔਰ ਇਹਨਾਂ ਬਿਲਕੁਲ ਨੇ ਉਸੇ ਚੀਜ਼ ਨੂੰ ਬੁਰਜਵਾਈ ਬਣਾ ਕੇ ਬਣਾਤਾ ਕਿ ਇਹ ਤਾਂ ਇੱਕ ਕੈਪੀਟਲਿਸਟ ਜੀ, ਇਹ ਸਰਮਾਏਦਾਰਾਂ ਸਰਮਾਏਦਾਰਾਂ ਵਾਸਤੇ ਬਿਲਕੁਲ ਉਹਨੂੰ ਬਣਾ ਲਿਆ। ਲੋਹਗੜ੍ਹ ਰਾਜਧਾਨੀ ਦੇ 52 ਬੁਰਜ ਸੀ ਜੀ, ਬਾਬਾ ਬੰਦਾ ਸਿੰਘ ਬਹਾਦਰ ਦੇ। ਬਿਲਕੁਲ ਬਿਲਕੁਲ ਜੀ, ਉਸ ਰਿਲੇਸ਼ਨਸ਼ਿਪ ਨੂੰ ਇੰਨਾ ਤੋੜਤਾ, ਅੱਜ ਪਿੰਡਾਂ ਦੇ ਵਿੱਚ ਜਿਹੜਾ ਜ਼ਿਮੀਂਦਾਰ ਤੇ ਜਿਹੜੇ ਫਾਰਮ ਵਰਕਰ ਦਾ ਰਿਲੇਸ਼ਨਸ਼ਿਪ ਸੀਗਾ, ਇੱਕ ਭਾਈ ਬੰਦਾ ਵਾਲਾ, ਚਾਚੇ ਤਾਇਆ ਵਾਲਾ ਇੱਕ ਇੱਜ਼ਤ ਹੁੰਦੀ ਸੀ, ਉਹ ਸਾਰੀ ਖਤਮ ਕਰਕੇ ਰੱਖਤੀ। ਇਹਨਾਂ ਨੇ ਇਸ ਲਫ਼ਜ਼ ਨਾਲ ਧਰਮ ਤੇ ਐਸਾ ਅਟੈਕ ਕੀਤਾ, ਅਸੀਂ ਅਰਦਾਸ ਸੀ ਚ ਅੱਜ ਵੀ ਕਹਿੰਦੇ ਆ ਝੰਡੇ ਬੁੰਗੇ, ਕਹਿੰਦੇ ਆ ਨਾ ਚੌਂਕੀਆਂ ਸਦਾ ਬੁਲੰਦ ਰਹਿਣ, ਚੜ੍ਹਦੀ ਕਲਾਈ ਚ ਰਹਿਣ। ਇਹ ਸਾਰੇ ਉਸੇ ਨਾਲ ਸੰਬੰਧਿਤ ਸੀ ਜਿਸ ਤੋਂ ਤੁਹਾਨੂੰ ਤੋੜ ਕੇ, ਤੁਹਾਡੀ ਜੜ੍ਹ ਤੋਂ ਹੀ ਤੁਹਾਨੂੰ ਪਿਉਂਦੀ ਬਣਾ ਦਿੱਤਾ ਸਵਰਜਨ ਦਾ। ਜੀ ਸਰਦਾਰ ਸਾਹਿਬ, ਫਿਰ ਇਹਨਾਂ ਨੇ ਤੁਹਾਡੀ ਆਰਥਿਕਤਾ ਦੇ ਉੱਤੇ ਹਮਲਾ ਕੀਤਾ। ਸ਼ੁਰੂ ਦੇ ਵਿੱਚ ਜਿਹੜਾ ਸੀਰੀ ਤੇ ਜੱਟ ਦਾ ਰਿਲੇਸ਼ਨ ਹੁੰਦਾ ਸੀ, ਉਹ ਹੁੰਦਾ ਸੀ ਸੀਰ ਦੇ ਉੱਤੇ ਕਿ ਆਪਾਂ ਮਿਲ ਕੇ ਇਸ ਖੇਤ ਦੇ ਵਿੱਚ ਕੁਛ ਬੀਜਦੇ ਹਾਂ, ਉਹ ਜਿਹੜਾ ਕੁਛ ਨਿਕਲੂਗਾ ਇੰਨਾ ਕਿਸਾਨ ਦਾ, ਇੰਨਾ ਜਿਹੜਾ ਸੀਰੀ ਹੁੰਦਾ ਸੀ ਉਹਦਾ, ਉਹ ਉਹ ਜ਼ਿਮੀਂਦਾਰ ਦਾ। ਮਿਲ ਕੇ ਕੰਮ ਕਰਦੇ ਸੀ। ਇੱਕ ਉਹਨਾਂ ਦੀ ਇਹ ਹੁੰਦਾ ਸੀ ਕਿ ਇਹ ਚੀਜ਼ ਮੇਰੀ ਆ, ਆਪਣੇ ਲਈ ਕੰਮ ਕਰਦੇ ਸੀ। ਬਿਲਕੁਲ ਇਹਨਾਂ ਨੇ ਉਸ ਨੂੰ ਦਿਹਾੜੀਦਾਰ ਬਣਾ ਕੇ ਪੈਸੇ ਦੇ ਉੱਤੇ ਲਾਤਾ। ਪਹਿਲਾਂ ਸਾਂਝੇਦਾਰੀ ਸੀ, ਸਾਂਝੇਦਾਰੀ ਤੋਂ ਖਤਮ ਕਰਕੇ ਦਿਹਾੜੀਦਾਰ ਇਹਨਾਂ ਲੋਕਾਂ ਨੇ ਬਣਾਇਆ ਇਹਨਾਂ ਨੇ ਬਣਾਤਾ। ਉਹ ਸ਼ੁਰੂ ਜੀ। ਦੇ ਵਿੱਚ ਜਦੋਂ ਪੈਸਾ ਆਇਆ ਉਹਨਾਂ ਨੂੰ ਚੰਗਾ ਲੱਗਿਆ, ਕਿਉਂਕਿ ਬਿਲਕੁਲ ਰੋਜ਼ ਉਹਨਾਂ ਨੂੰ ਪੈਸੇ ਮਿਲ ਜਾਂਦੇ ਸੀ। ਪਰ ਹੌਲੀ ਹੌਲੀ ਇਨਫਲੇਸ਼ਨ ਵਧੀ, ਜਦੋਂ ਇਨਫਲੇਸ਼ਨ ਵਧੀ ਫਿਰ ਉਸਦਾ ਅਸਰ ਹੁਣ ਉਹਨਾਂ ਨੂੰ ਦੇਖਣ ਨੂੰ ਮਿਲਿਆ ਕਿ ਅਲਟੀਮੇਟਲੀ ਇਹ ਇੱਕ ਲਾਲਚ ਸੀ, ਇੱਕ ਗਰੀਡ ਦਿਖਾਈ ਗਈ ਸੀਗੀ ਕਿ ਆ ਤੁਹਾਨੂੰ ਦੇਖੋ ਪੈਸੇ ਮਿਲਣ ਲਾਤੇ ਅਸੀਂ, ਪਰ ਅਲਟੀਮੇਟਲੀ ਉਸਦਾ ਨੁਕਸਾਨ ਕੀ ਹੋਇਆ, ਨਾ ਕੇਵਲ ਤੁਹਾਡੀਆਂ ਸਾਂਝੇਦਾਰੀਆਂ, ਤੁਹਾਡੇ ਰਿਸ਼ਤੇ ਨਾਤੇ ਖਤਮ ਹੋ ਗਏ, ਪਰ ਇਨਫਲੇਸ਼ਨ ਕਰਕੇ ਤੁਹਾਡੀਆਂ ਤਨਖਾਹਾਂ ਦੇ ਉੱਤੇ ਵੀ ਉਸਦਾ ਬੜਾ ਅਸਰ ਪੈ ਗਿਆ। ਉਨੇ ਪੈਸੇ ਦੀ ਤੁਹਾਡੀ ਦਿਹਾੜੀ ਨਹੀਂ ਹੁੰਦੀ ਜਿੰਨੇ ਪੈਸੇ ਤੁਹਾਨੂੰ ਜ਼ਿੰਦਗੀ ਜਿਉਣ ਵਾਸਤੇ ਰੋਜ਼ ਚਾਹੀਦੇ ਹੁੰਦੇ ਨੇ। ਪਰ ਸਭ ਤੋਂ ਵੱਡੀ ਗੱਲ ਜਿਹੜੀ ਖਤਮ ਕੀਤੀ ਜੀ, ਤੁਸੀਂ ਸਾਂਝੇਦਾਰ ਸੀ, ਬਿਲਕੁਲ ਮਤਲਬ ਮਲਕੀਅਤ ਵਿੱਚ ਵੀ ਸਾਂਝੇਦਾਰ ਸੀ। ਉਪਜ ਹੀ ਸਾਂਝੇਦਾਰੀ ਦਾ ਮਤਲਬ ਇਹੀ ਹੈ, ਤੁਸੀਂ ਇਹੀ ਆ ਆਪਣੇ ਜੀ। ਆਪ ਨੂੰ ਸਮਝਦੇ ਸੀ ਔਰ ਉਹ ਤੁਹਾਨੂੰ ਮਾਣ ਸਤਿਕਾਰ ਵੀ ਮਿਲਦਾ ਸੀ, ਉਹ ਸਾਰਾ ਕੁਛ ਹੀ ਡਿਸਟਰੋਏ ਕਰ ਦਿੱਤਾ ਜੀ। ਡਿਸਟਰੋਏ ਕਰਤਾ। ਫਿਰ ਇਹਨਾਂ ਨੇ ਲੇਬਰ ਟ੍ਰੇਡ ਯੂਨੀਅਨਾਂ ਬਣਾਤੀਆਂ, ਬਿਲਕੁਲ ਉਹਨਾਂ ਦੇ ਨਾਲ ਹੋਰ ਜਿਹੜਾ ਇੰਪਲਾਈ ਇੰਪਲਾਇਰ ਰਿਲੇਸ਼ਨਸ਼ਿਪ ਸੀ ਉਹ ਖਤਮ ਕਰਤਾ। ਹੜਤਾਲਾਂ ਕਰੋ, ਸਟ੍ਰਾਈਕਾਂ ਕਰੋ, ਐਜੀਟੇਸ਼ਨਾਂ ਕਰੋ। ਐਜੀਟੇਸ਼ਨ ਸਟ੍ਰਾਈਕ ਸਿਰਫ ਤੇ ਸਿਰਫ ਐਨਾਰਕੀ ਪੈਦਾ ਕਰਦੀ ਆ। ਤੁਸੀਂ ਜਦੋਂ ਵੀ ਕਿਤੇ ਵੀ ਧਰਨਾ ਲਾਓਗੇ, ਐਜੀਟੇਸ਼ਨ ਕਰੋਗੇ, ਉਹ ਸਕੂਲਾਂ ਦੇ ਵਿੱਚ ਆਪਾਂ ਹੁੰਦੀਆਂ ਦੇਖੀਆਂ ਨੇ, ਕਾਲਜਾਂ 'ਚ ਹੁੰਦੀਆਂ ਦੇਖੀਆਂ ਨੇ, ਕਿਸੇ ਚੰਗੇ ਦੇਸ਼, ਜਿਹੜੇ ਦੇਸ਼ਾਂ ਨੇ ਤਰੱਕੀ ਕੀਤੀ ਆ, ਜਿਹੜਾ ਸਮਾਜ ਅੱਗੇ ਵਧਿਆ, ਉਹਨਾਂ ਦੇਸ਼ਾਂ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਹੁੰਦਾ। ਜਿਨ੍ਹਾਂ ਨੂੰ ਡਿਸਟਰੋਏ ਕਰਨਾ ਹੁੰਦਾ ਇਹੋ ਜਿਹੀਆਂ ਚੀਜ਼ਾਂ ਉਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਦੇਖਦੇ ਹੋ, ਉਹਨਾਂ ਦੇਸ਼ਾਂ ਦੇ ਵਿੱਚ ਲਿਆਂਦੀਆਂ ਜਾਂਦੀਆਂ ਨੇ। ਔਰ ਇਸ ਨੂੰ ਲਿਆਉਣ ਵਾਲੇ ਕੌਣ ਸੀ? ਸੋਵੀਅਤ ਯੂਨੀਅਨ ਦੇ ਕਾਮਰੇਸਟ ਜਾਂ ਕਾਮਨਿਸਟ, ਜਿਹੜੇ ਕੌਮ ਨਸ਼ਟ ਸੀ, ਉਹਨਾਂ ਨੇ ਤੁਹਾਡਾ ਸਾਰਾ ਕੁਛ ਨਸ਼ਟ ਕਰਕੇ ਤੁਹਾਨੂੰ ਇਹੋ ਜਿਹਾ ਕੁਛ ਐਨਾਰਕੀ ਚ ਪਾਤਾ। ਮੋਰਚੇ ਲਾ ਲਓ, ਧਰਨੇ ਲਾ ਲਓ, ਐਜੀਟੇਸ਼ਨਾਂ ਕਰੋ, ਸਟ੍ਰਾਈਕਾਂ ਕਰੋ।
ਉਹਦੇ ਵਿੱਚੋਂ ਇਹਨਾਂ ਚੀਜ਼ਾਂ ਦੇ ਵਿੱਚੋਂ ਕਦੇ ਵੀ ਕੋਈ ਚੀਜ਼ ਪੋਜ਼ਿਟਿਵ ਨਹੀਂ ਨਿਕਲਦੀ, ਡਿਸਟਰੈਕਸ਼ਨ ਨਿਕਲਦੀ ਹੈ, ਡਿਸਟਰੋਏ ਹੁੰਦੀਆਂ ਨੇ ਚੀਜ਼ਾਂ, ਔਰ ਉਹ ਡਿਸਟਰੈਕਸ਼ਨ ਅੱਜ ਤੁਸੀਂ ਪੰਜਾਬ ਦੀ ਪੰਥ ਦੀ ਦੇਖ ਰਹੇ ਹੋ। ਸੋ ਇਹ ਆਹ ਜਿਹੜਾ ਸਾਰਾ ਕੁਛ ਸੀ ਡੀਮੋਰਲਾਈਜ਼ ਦਾ, ਇਸ ਨੂੰ 15 ਤੋਂ 20 ਸਾਲ ਲੱਗ ਜਾਂਦੇ ਨੇ। ਜਦੋਂ ਅਸੀਂ ਦੇਖਦੇ ਹਾਂ ਤਾਂ ਤਕਰੀਬਨ 90 ਦੇ ਦਹਾਕੇ ਤੱਕ ਆਉਂਦੇ ਆਉਂਦੇ ਇਹ ਇਹਨਾਂ ਨੇ ਲੋਕਾਂ ਨੂੰ ਡੀਮੋਰਲਾਈਜ਼ ਕਰਤਾ ਸੀ। ਬਿਲਕੁਲ ਜੀ। ਉਸ ਤੋਂ ਅਗਲਾ ਪ੍ਰੋਸੈਸ ਹੁੰਦਾ ਹੈਗਾ ਜੀ ਡੀਸਟੇਬਲਾਈਜ਼ ਕਰਨਾ। ਜਦੋਂ ਇਹਨਾਂ ਨੇ ਦੇਖ ਲਿਆ ਕਿ ਹੁਣ ਬੰਦਾ ਡੀਮੋਰਲਾਈਜ਼ ਤਾਂ ਹੋ ਚੁੱਕਿਆ, ਇਹ ਹੁਣ ਸਾਡੇ ਬਸ ਦਾ ਹੈਗਾ, ਉਸ ਤੋਂ ਬਾਅਦ ਹੁੰਦਾ ਕਿ ਉਸਨੂੰ ਡੀਸਟੇਬਲਾਈਜ਼ ਕਰ ਦਿਓ, ਉਸ ਨੂੰ ਅਸਥਿਰ ਕਰ ਦਿਓ, ਬਿਲਕੁਲ ਉਸਨੂੰ ਹਿਲਾ ਦਿਓ, ਉਹਦੀਆਂ ਜੜ੍ਹਾਂ ਹਿਲਾ ਦਿਓ। ਬਿਲਕੁਲ। ਇਹ ਜਿਹੜਾ ਡੀਸਟੇਬਲਾਈਜ਼ੇਸ਼ਨ ਦਾ ਪ੍ਰੋਸੈਸ ਹੈਗਾ, ਇਸ ਨੂੰ 2 ਤੋਂ ਲੈ ਕੇ 5 ਸਾਲ ਲੱਗਦੇ ਨੇ। ਇੱਥੇ ਮੈਂ ਥੋੜ੍ਹਾ ਜਿਹਾ ਲਿਖਣਾ ਭੁੱਲ ਗਿਆ, ਲਿਖ ਦੇਣਾ ਚਾਹੀਦਾ ਸੀਗਾ, ਪਰ ਮੈਂ ਤੁਹਾਨੂੰ ਫਿਰ ਵੀ ਦੱਸ ਰਿਹਾ ਕਿ 2 ਤੋਂ 5 ਸਾਲ ਲੱਗਦੇ ਨੇ। ਪੰਜਾਬੀਆਂ ਨੇ ਹੰਡਾਇਆ ਜੀ, ਇੱਥੇ 8 ਸਾਲ ਲੱਗ ਗਏ, ਫਾਈਟ ਫਾਈਟ ਫਾਈਟ, ਲੜਾਈ ਕਰੀ ਜਾਓ ਕਰੀ ਜਾਓ ਕਰੀ ਜਾਓ, ਤੇ ਸਭ ਕੁਛ ਡੀਸਟੈਬਲਿਸ਼ਮੈਂਟ ਪੈਦਾ ਕਰਕੇ ਸਭ ਕੁਛ ਹੀ ਆਪਣਾ ਖਤਮ ਕਰ ਲਓ ਜੀ। ਸੀ ਸਾਰੇ ਤੁਹਾਡੇ ਰਿਲੇਸ਼ਨ ਡੀਸਟੇਬਲਾਈਜ਼ ਹੋ ਗਏ, ਜਿਹੜੀਆਂ ਤੁਹਾਡੀਆਂ ਰਿਸਪੈਕਟਿਡ ਇੰਸਟੀਟਿਊਸ਼ਨਸ ਸੀਗੀਆਂ, ਆਰਗੇਨਾਈਜੇਸ਼ਨ ਸੀ। ਤੁਸੀਂ ਕਦੇ ਸੋਚਿਆ ਹੋਣਾ ਕਿ ਸਿੱਖ ਜਦੋਂ ਵੀ ਉਹਨਾਂ ਦੇ ਉੱਤੇ ਕੋਈ ਆਣ ਪੈਂਦੀ ਸੀ, ਕੋਈ ਮੁਸੀਬਤ ਆਉਂਦੀ ਸੀ, ਤਾਂ ਅਸੀਂ ਹਮੇਸ਼ਾ ਹੀ ਆਪਣੇ ਗੁਰਦੁਆਰੇ ਵੱਲ, ਗੁਰੂ ਦੇ ਵੱਲ ਜਾਂਦੇ ਸੀ, ਜਾਂ ਸਾਡੀਆਂ ਜਿਹੜੀਆਂ ਪੰਥਕ ਸੰਸਥਾਵਾਂ ਸੀ, ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ, ਉਹ ਉੱਠ ਕੇ ਸਿੱਖਾਂ ਦੇ ਹੱਕ ਦੇ ਵਿੱਚ ਖੜਾਉਂਦੀਆਂ ਸੀ। ਹੁਣ ਤੁਸੀਂ ਮੈਨੂੰ ਦੱਸੋ, ਪਿਛਲੇ 25 ਸਾਲਾਂ ਦੇ ਵਿੱਚ ਕਿਤੇ ਸ਼੍ਰੋਮਣੀ ਅਕਾਲੀ ਦਲ ਉਹ ਅਕਾਲੀ ਦਲ ਰਹਿ ਗਿਆ, ਕਿਤੇ ਸ਼੍ਰੋਮਣੀ ਕਮੇਟੀ ਉਹ ਕਮੇਟੀ ਰਹਿ ਗਈ, ਕਿਤੇ ਵੀ ਨਹੀਂ। ਸਾਰਾ ਕੁਛ ਟੁੱਟ ਭੱਜ ਗਿਆ, ਇੱਕ ਫੋਕੀ ਜੀ ਸੰਸਥਾ ਬਣਾਤੀ, ਜਿਸ ਦੇ ਬੰਦੇ, ਜਿਸ ਦੇ ਲੀਡਰ ਨੂੰ ਨਾ ਤਾਂ ਪੰਥ ਨਾਲ ਕੋਈ ਲਗਾਓ ਆ, ਨਾ ਹੀ ਉਹ ਪੰਥਕ ਆ, ਨਾ ਹੀ ਉਸਨੂੰ ਕੋਈ ਸਿੱਖ ਧਰਮ ਦੀ ਸਮਝ ਆ। ਬਿਲਕੁਲ। ਮਤਲਬ ਅੱਜ ਜੇ ਕੋਈ ਸਿੱਖੀ ਦੀ ਗੱਲ ਕਰੇ ਵੀ ਤਾਂ ਕਰੇ ਕਿਵੇਂ? ਜਦੋਂ ਕਿਸਾਨ ਮਸਲਾ ਉੱਭਰਿਆ, ਕਿਸਾਨਾਂ ਦੇ ਖਿਲਾਫ 3 ਬਿੱਲ ਆਏ, ਤਾਂ ਸਭ ਤੋਂ ਪਹਿਲਾਂ ਹੱਥ ਖੜੇ ਕਰਨ ਵਾਲੇ ਅਕਾਲੀ ਸੀ ਕਿ ਅਸੀਂ ਤਾਂ ਕੁਛ ਨਹੀਂ ਕਰ ਸਕਦੇ, ਸਾਡੇ ਕੋਲੇ ਤਾਂ ਕੁਛ ਨਹੀਂ। ਬਿਲਕੁਲ। ਜਦੋਂ ਤੁਸੀਂ ਇਸ ਲੈਵਲ ਦੇ ਉੱਤੇ ਡਿਸਰਿਸਪੈਕਟ ਕਰਦੇ ਹੋ, ਤੁਹਾਡੀਆਂ ਆਰਗੇਨਾਈਜੇਸ਼ਨਾਂ ਜਿਹੜੀਆਂ ਤੁਹਾਡੀਆਂ ਇੰਸਟੀਟਿਊਸ਼ਨਸ ਨੇ ਆਲਰੇਡੀ ਉਹਨਾਂ ਦੀ ਰਿਸਪੈਕਟ ਜਾਂਦੀ ਲੱਗੀ, ਫਿਰ ਉਸ ਤੋਂ ਬਾਅਦ ਅਗਲਾ ਸਿਸਟਮ ਇਹ ਸ਼ੁਰੂ ਕਰ ਦਿੰਦੇ ਨੇ, ਮਾਰਕਸਿਸਟ ਲੈਨਿਨਿਜ਼ਮ ਮਾਇਓਇਜ਼ਮ ਨੂੰ ਇੰਟਰੋਡਿਊਸ ਕਰ ਦਿੰਦੇ ਨੇ ਨਾਲ ਹੀ। ਉਹ ਪੰਜਾਬ 'ਚ ਵੀ ਹੋਇਆ ਜਦੋਂ ਡੀਸਟੇਬਲਾਈਜੇਸ਼ਨ ਚੱਲ ਰਹੀ ਸੀ, ਨਾਲੇ ਦੇ ਨਾਲ ਹੀ ਮਾਰਕਸਿਜ਼ਮ ਲਿਆਂਦਾ ਗਿਆ ਕਿ ਆਹ ਦੇਖੋ ਜੀ ਇਹ ਸਿਸਟਮ ਜਿਹੜਾ ਚੱਲੂਗਾ। ਡੀਸਟੇਬਲਾਈਜੇਸ਼ਨ ਹੀ ਸੀ ਜਿਹਦੇ ਨਾਲ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਬਿਲਕੁਲ ਡਿਟੇਰੀਓਰੇਟ ਕਰਤਾ। ਬਿਲਕੁਲ। ਲਿਬਰਲਾਈਜ਼ ਸਿਸਟਮ ਦੇ ਥਰੂ ਜਦੋਂ ਔਰਤਾਂ ਘਰੋਂ ਬਾਹਰ ਗਈਆਂ ਤਾਂ ਐਕਸਟਰਾ ਮੈਰੀਟਲ ਜਿਹੜੇ ਰਿਲੇਸ਼ਨ ਸੀ ਉਹ ਬਣੇ, ਬੰਦਿਆਂ ਦੇ ਵੀ ਬਣੇ, ਔਰਤਾਂ ਦੇ ਵੀ ਬਣੇ, ਤੇ ਘਰ ਦੇ ਵਿੱਚ ਲੜਾਈਆਂ ਵਧੀਆਂ। ਲਿਵ ਇਨ ਰਿਲੇਸ਼ਨਸ਼ਿਪ ਸਾਰੀਆਂ ਚੀਜ਼ਾਂ ਇੱਥੇ ਸ਼ੁਰੂ ਹੋ ਗਈ ਜੀ। ਲਿਵ ਇਨ ਰਿਲੇਸ਼ਨਸ਼ਿਪ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਲਿਵ ਇਨ ਰਿਲੇਸ਼ਨਸ਼ਿਪ ਵੀ ਕੋਈ ਚੀਜ਼ ਹੁੰਦੀ ਆ, ਕਦੇ ਇਹ ਚੀਜ਼ਾਂ ਨਾਂ ਨਹੀਂ ਸੀ ਸੁਣਿਆ। ਇੱਕ ਚੀਜ਼ ਹੋਰ ਜਿਹੜਾ ਦੱਸ ਦਿਆਂ, ਸੰਵਰਜਨ ਹੈ ਤਿੰਨ ਤੇਰੀ ਪੰਜਾਬ ਵਿੱਚ ਵੀ ਚੱਲ ਰਿਹਾ, ਯੂਰੀ ਬੈਸ਼ਨੋਵ ਨੇ ਬਿਲਕੁਲ ਸਪਸ਼ਟ ਦੱਸਿਆ। ਇਹ ਤਿੰਨ ਨਾਂ ਤੁਹਾਡੇ ਸਾਹਮਣੇ ਸਲਾਈਡ ਤੇ ਲਿਖੇ ਨੇ, ਮਾਰਕਸ ਦੇ, ਲੈਨਿਨ ਦੇ, ਮਾਓ ਦੇ, ਇਹੀ ਤਿੰਨ ਟਾਈਪ ਦੀਆਂ ਸੰਸਥਾਵਾਂ ਬਿਲਕੁਲ ਐਕਟਿਵ ਨੇ ਜੀ ਪੰਜਾਬ ਦੇ ਵਿੱਚ। ਹਾਂਜੀ।
ਤੁਹਾਡੇ ਪੜੋਸੀਆਂ ਦੇ ਨਾਲ, ਤੁਹਾਡੇ ਗਵਾਂਢੀਆਂ ਦੇ ਨਾਲ ਰਿਲੇਸ਼ਨਸ਼ਿਪ ਖਤਮ ਹੋ ਗਏ ਹੁਣ, ਜਿਵੇਂ ਪਹਿਲਾਂ ਸਵੇਰੇ ਸ਼ਾਮ ਜਾਂ ਘੱਟੋ ਘੱਟ ਕੰਮ ਤੋਂ ਬਾਅਦ ਆ ਕੇ ਗਵਾਂਢੀ ਬਾਹਰ ਆ ਕੇ ਬੈਠ ਜਾਂਦੇ ਹੁੰਦੇ ਸੀ, ਗੱਲਾਂ ਕਰਦੇ ਹੁੰਦੇ ਸੀ ਆਪਸ ਦੇ ਵਿੱਚ, ਤ੍ਰਿੰਝਣਾਂ ਲੱਗਦੀਆਂ ਸੀ ਔਰਤਾਂ ਜਿਹੜੀਆਂ 4 ਕੁ ਵਜੇ ਤੋਂ ਬਾਅਦ ਗਰਮੀਆਂ ਦੇ ਵਿੱਚ ਬਾਹਰ ਆ ਕੇ ਬੈਠ ਜਾਂਦੀਆਂ ਹੁੰਦੀਆਂ ਸੀ, ਜਾਂ ਧੂਣੀ ਲਾ ਲੈਂਦੀਆਂ ਸੀ ਸਿਆਲ ਦੇ ਦਿਨਾਂ ਦੇ ਵਿੱਚ, ਸੇਕ ਲੈਂਦੀਆਂ ਸੀ, ਉਹਨੂੰ ਆਪਸੀ ਗਵਾਰ ਨਿਕਲ ਜਾਂਦੇ ਸੀ। ਡਿਪਰੈਸ਼ਨ, ਇਹ ਕਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ, ਜਿੰਨੀ ਦੇਰ ਮੈਂ ਪੰਜਾਬ 'ਚ ਰਿਹਾ, ਮੈਂ 1990 ਦੇ ਵਿੱਚ ਆਇਆ ਬਾਹਰ, ਮੈਂ ਡਿਪਰੈਸ਼ਨ ਨਾਂ ਦਾ ਸ਼ਬਦ ਕਦੇ ਸੁਣਿਆ ਵੀ ਨਹੀਂ ਸੀ। ਇਹ ਅਮਰੀਕਾ 'ਚ ਆ ਕੇ ਸੁਣਨ ਨੂੰ ਮਿਲਿਆ ਸੀ ਮੈਨੂੰ। ਹੁਣ ਤਕਰੀਬਨ ਹਰੇਕ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਆ। ਬਿਲਕੁਲ, ਇਹ ਕਿੱਥੋਂ ਆਇਆ? ਇਹੀ ਡੀਮੋਰਲਾਈਜ਼ ਕਰਕੇ, ਡੀਸਟੇਬਲਾਈਜ਼ ਕਰਤੇ, ਪਰਿਵਾਰ ਤੋੜਤੇ, ਪਰਿਵਾਰਾਂ ਦੇ ਵਿੱਚ ਕੋਈ ਇੱਕ ਦੂਜੇ ਦਾ ਸਹਾਰਾ ਨਹੀਂ ਬਣ ਸਕਦਾ, ਤੇ ਜਦੋਂ ਸਹਾਰਾ ਨਹੀਂ ਬਣ ਸਕਦਾ, ਬੰਦਾ ਮਾਨਸਿਕ ਤੌਰ ਤੇ ਕਮਜ਼ੋਰ ਹੁੰਦਾ, ਜਦੋਂ ਮਾਨਸਿਕ ਤੌਰ ਤੇ ਕਮਜ਼ੋਰ ਹੁੰਦਾ ਫਿਰ ਉਹ ਡਿਪਰੈਸ਼ਨ 'ਚ ਜਾਂਦਾ। ਬਿਲਕੁਲ, ਜਿਹੜੇ ਹਿਊਮਨ ਨੇ ਉਹਨਾਂ ਨੂੰ ਰੈਡੀਕਲਾਈਜ਼ ਕਰ ਦਿਓ, ਇੰਨਾ ਜ਼ਿਆਦਾ ਰੈਡੀਕਲਾਈਜ਼, ਤੂੰ ਮੁਸਲਮਾਨ, ਤੂੰ ਹਿੰਦੂ, ਤੂੰ ਸਿੱਖ, ਆਪ ਪਿੱਛੇ ਰਹਿ ਕੇ ਇੱਕ ਪਾਸੇ ਤਾਂ ਕਹਿ ਰਹੇ ਨੇ, ਆਪਣੇ ਆਪ ਨੂੰ ਰੱਖ ਰਹੇ ਨੇ ਕਿ ਦੇਖੋ ਜੀ ਅਸੀਂ ਤਾਂ ਕਿੰਨੇ ਹਿਊਮਨਟੇਰੀਅਨ ਲੋਕ ਹਾਂ, ਅਸੀਂ ਤਾਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦੇ, ਪਰ ਦੂਜੇ ਪਾਸੇ ਰੈਡੀਕਲਾਈਜ਼ ਕਰਕੇ ਤੁਹਾਨੂੰ ਦੱਸ ਰਹੇ ਨੇ ਕਿ ਤੁਹਾਡੇ ਜਿਹੜੇ ਇਹ ਧਰਮ ਨੇ ਬੜੇ ਮਾੜੇ ਨੇ। ਪਰ ਅਸਲ ਦੇ ਵਿੱਚ ਰੈਡੀਕਲਾਈਜ਼ ਕਰ ਕੌਣ ਰਿਹਾ? ਕਾਮਨਿਸਟ। ਬਿਲਕੁਲ, ਪਿੱਛੇ ਬੈਠੇ ਜਿਹੜੀਆਂ ਤੁਹਾਡੀਆਂ ਸੰਸਥਾਵਾਂ ਦੇ ਵਿੱਚ ਬੈਠੇ ਨੇ, ਪਾਰਟੀਆਂ ਦੇ ਵਿੱਚ ਬੈਠੇ ਨੇ, ਪਤਾ ਨਹੀਂ ਕਿੱਥੇ ਕਿੱਥੇ ਉਹ ਘੁਸਪੈਠ ਕਰ ਚੁੱਕੇ ਨੇ, ਉੱਥੋਂ ਉਹ ਆਪਣੀ ਇਹ ਗੇਮ ਚਲਾਉਂਦੇ ਨੇ। ਮਕਸਦ ਕੀ ਆ? ਸਿਰਫ ਲੜਾਈ, 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 ਨੋ ਕੰਪਰੋਮਾਈਜ਼, ਨੋ ਨਥਿੰਗ, ਜਸਟ ਲੜਾਈ ਰੱਖੋ, ਸਮਾਜ ਦੇ ਵਿੱਚ ਅੱਗ ਲਾਈ ਰੱਖੋ। ਬਿਲਕੁਲ, ਡੀਸਟੇਬਲਾਈਜੇਸ਼ਨ ਦਾ ਅਗਲਾ ਜਿਹੜਾ ਹੈਗਾ ਜੀ, ਜਿੰਨੇ ਵੀ ਨਾਰਮਲ ਜਾਂ ਟ੍ਰੈਡੀਸ਼ਨਲੀ ਐਕਸੈਪਟਡ ਰਿਲੇਸ਼ਨਸ਼ਿਪ ਨੇ ਉਹਨਾਂ ਨੂੰ ਡੀਸਟੇਬਲਾਈਜ਼ ਕਰ ਦਿਓ। ਟੀਚਰ ਤੇ ਸਟੂਡੈਂਟ ਦੇ ਵਿੱਚ ਕਿੰਨਾ ਵਧੀਆ ਰਿਸ਼ਤਾ ਹੁੰਦਾ ਸੀ, ਔਰ ਜਿਹੜੇ ਪੇਰੈਂਟਸ ਵੀ ਹੁੰਦੇ ਸੀ, ਉਹ ਜੇ ਟੀਚਰ ਮਾਰਦਾ ਵੀ ਸੀ ਤਾਂ ਉਹ ਇਹ ਕਹਿੰਦੇ ਹੁੰਦੇ ਸੀ ਕਿ ਟੀਚਰ ਸਹੀ ਆ, ਤੂੰ ਗਲਤ ਆ। ਬਿਲਕੁਲ, ਟੀਚਰ ਦੇ ਨਾਲ ਮਤਲਬ ਅੱਖ ਚੱਕ ਪਾ ਕੇ ਨਹੀਂ ਸੀ ਦੇਖ ਸਕਦੇ ਹੁੰਦੇ। ਅੱਜ ਕੱਲ੍ਹ ਤਾਂ ਇੱਥੋਂ ਤੱਕ ਵੀ ਸੁਣਨ ਦੇ ਵਿੱਚ ਮਿਲ ਗਿਆ ਕਿ ਜਿਹੜੇ ਓਪੋਜਿਟ ਸੈਕਸ ਦੇ ਟੀਚਰ ਨੇ ਉਹਨਾਂ ਦੇ ਸਟੂਡੈਂਟਾਂ ਦੇ ਨਾਲ ਰਿਲੇਸ਼ਨ ਬਣੇ ਹੋਏ ਨੇ। ਬਿਲਕੁਲ ਜੀ, ਬਿਲਕੁਲ, ਪਹਿਲਾਂ ਮੰਨਿਆ ਜਾਂਦਾ ਸੀ ਜੇ ਤੈਨੂੰ ਚਪੇੜ ਪਈ ਹੈ ਤੇ ਅੱਜ ਤੇਰੀ ਜ਼ਿੰਦਗੀ ਸੁਧਾਰਨ ਵਾਸਤੇ ਪਈ ਹੈ, ਬਿਲਕੁਲ, ਤੇ ਅੱਜ ਆ ਕਿਹਾ ਜਾਂਦਾ ਕਿ ਜੇ ਤੈਨੂੰ ਚਪੇੜ ਮਾਰੀ ਹੈ ਤੇ ਤੇਰੇ ਤੇ ਟੈਰਰ ਕੀਤਾ ਗਿਆ ਹੈ। ਹਾਂ ਜੀ, ਉਹਦੇ ਉਹਨੂੰ ਪੜਤਾੜਨਾ ਦਿੱਤੀ ਗਈ ਹੈ, ਟੀਚਰ ਦੇ ਨਾਲ ਗੱਲ ਹੀ ਨਹੀਂ ਕੀਤੀ ਜਾਂਦੀ, ਸਿੱਧਾ ਹੀ ਥਾਣੇ 'ਚ ਰਿਪੋਰਟਾਂ ਲਿਖਾਈਆਂ ਜਾਂਦੀਆਂ ਨੇ, ਕੋਰਟ ਕੇਸਾਂ ਤੱਕ ਹੋ ਜਾਂਦੇ ਨੇ। ਔਰ ਤੇ ਅੱਜ ਮਾਂ ਪਿਓ ਤੇ ਵੀ ਇਹੀ ਲਾਗੂ ਹੋ ਗਿਆ ਜੀ, ਹੁਣ ਮਾਂ ਪਿਓ ਵੀ ਬੱਚੇ ਨੂੰ ਸੁਧਾਰ ਨਹੀਂ ਸਕਦੇ। ਸਿਸਟਮ ਦੇਖੋ, ਜਦੋਂ ਸੁਧਾਰਨ ਦਾ ਮੌਕਾ ਸੀ, ਇਹ ਆਪਾਂ ਗੱਲ ਬਾਅਦ 'ਚ ਅਖੀਰ ਦੇ ਵਿੱਚ ਇਹਨਾਂ ਚੀਜ਼ਾਂ ਤੇ ਵਿਚਾਰ ਕਰਾਂਗੇ। ਜੀ, ਜਦੋਂ ਤੁਹਾਨੂੰ ਉਹ ਡੀਮੋਰਲਾਈਜ਼ ਕਰ ਰਹੇ ਸੀ ਉਦੋਂ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ, ਸਾਨੂੰ ਇਹ ਲੱਗ ਰਿਹਾ ਸੀ ਕਿ ਤਾਂ ਬੜੇ ਚੰਗੀਆਂ ਚੀਜ਼ਾਂ ਹੋ ਰਹੀਆਂ ਨੇ, ਬਿਲਕੁਲ, ਪਰ ਉਹ ਤੁਹਾਨੂੰ ਲਿਆ ਗਲਤ ਪਾਸੇ ਵੱਲ ਰਹੀਆਂ ਸੀ। ਜੀ, ਚਲੋ ਅਗਲੀ ਅਗਲੀ ਤੇ ਆਉਂਦੇ ਹਾਂ ਜੀ ਆਪਾਂ।
ਉਹੀ ਚੀਜ਼ ਮੈਂ ਪਹਿਲਾਂ ਵੀ ਦੱਸੀ ਆ ਕਿ ਤੁਹਾਡੇ ਰਿਲੇਸ਼ਨਸ਼ਿਪ ਇੰਪਲਾਈ ਇੰਪਲਾਇਰ ਰਿਲੇਸ਼ਨਸ਼ਿਪ ਖਤਮ ਕਰਤੇ, ਸਟ੍ਰਾਈਕਸ ਫਾਰਮਰਾਂ ਦੇ ਨਾਲ ਤੁਹਾਡੀਆਂ ਜਿਹੜੀਆਂ ਨੇ ਫਾਰਮਰ ਦੇ ਅਤੇ ਫਾਰਮਰ ਵਰਕਰ ਦੇ ਵਿੱਚ ਇਹਨਾਂ ਨੇ ਪੰਗੇ ਖੜ੍ਹੇ ਕਰਤੇ, ਲਾਅ ਐਂਡ ਆਰਡਰ ਨੂੰ ਹਰ ਚੀਜ਼ ਨੂੰ ਲਾਅ ਐਂਡ ਆਰਡਰ ਨਾਲ ਜੋੜਤਾ, ਮਾੜੀ ਮੋਟੀ ਗੱਲਾਂ ਜਿਹੜੀਆਂ ਕਿ ਬਿਲਕੁਲ ਆਪਾਂ ਇੱਕ ਦੂਜੇ ਨਾਲ ਬੈਠ ਕੇ ਹੱਲ ਕਰ ਸਕਦੇ ਹਾਂ, ਉਹਨਾਂ 'ਤੇ ਵੀ ਕੋਰਟ ਕੇਸ, ਉਹਨਾਂ ਦੇ ਉੱਤੇ ਵੀ FIR ਦਰਜ ਕਰਾਓ, ਸਾਰਾ ਕੁਛ ਨਹਿਸ਼, ਮਤਲਬ ਤੁਹਾਡੀ ਕਮਿਊਨੀਕੇਸ਼ਨ ਇੱਕ ਦੂਜੇ ਨਾਲ ਗੱਲ ਕਰਨ ਦੀ ਜਿਹੜੀ ਪਾਵਰ ਸੀਗੀ, ਜਾਂ ਜਿਹੜੀ ਤੁਸੀਂ ਇੱਕ ਬੜੇ ਛੋਟੇ ਛੋਟੇ ਜਿਹੇ ਮਸਲੇ ਜਿਹੜੇ ਕਿ ਇਰਰੈਲੀਵੈਂਟ ਮਸਲੇ ਨੇ ਉਹ ਹੱਲ ਕੀਤੇ ਜਾ ਸਕਦੇ ਸੀ, ਉਹ ਵੀ ਕੋਰਟ ਕੇਸਾਂ ਦੇ ਵਿੱਚ ਉਲਝਾ ਤੇ ਇਹਨਾਂ ਲੋਕਾਂ ਨੇ। ਮਤਲਬ ਤੁਹਾਨੂੰ ਇਹ ਦੱਸਿਆ ਕਿ ਤੁਸੀਂ ਹੋਰ ਕੁਛ ਚੀਜ਼ ਸੋਲਵ ਕਰ ਹੀ ਨਹੀਂ ਸਕਦੇ, ਤੁਹਾਡੇ 'ਚ ਕੈਪੈਸਿਟੀ ਹੈ ਨਹੀਂ ਵੀ ਸੋਲਵ ਕਰਨ ਦੀ। ਜੀ ਸੋ ਇਹਦੇ ਨਾਲ ਸੋਸਾਇਟੀ ਜਿਹੜੀ ਆ ਵੱਧ ਤੋਂ ਵੱਧ ਕੀ ਹੋ ਗਿਆ ਕਿ ਇੱਕ ਦੂਜੇ 'ਤੇ ਬੇਭਰੋਸਗੀ ਵੱਧ ਗਈ, ਇੰਡੀਵਿਜੁਅਲਿਜ਼ਮ ਆ ਗਿਆ, ਮੇਰਾ ਹੀ ਕੰਮ ਆ, ਮਤਲਬ ਹਰ ਚੀਜ਼ ਆਪਣੇ ਆਪ 'ਤੇ ਸੋਚਣੀ, ਸਮਾਜ ਬਾਰੇ ਹੋਰ ਲੋਕਾਂ ਬਾਰੇ ਸੋਚਣਾ ਬੰਦ ਕਰ ਦੇਣਾ, ਇਹ ਚੀਜ਼ ਗਰੁੱਪਾਂ ਦੇ ਵਿੱਚ ਬਦਲ ਗਈ ਅਤੇ ਹੌਲੀ ਹੌਲੀ ਪੂਰੇ ਸਮਾਜ ਦੇ ਵਿੱਚ ਘਰ ਕਰ ਗਈ ਕਿ ਸਿਰਫ ਆਪਣਾ ਫਾਇਦਾ ਸੋਚੋ, ਹੋਰ ਕਿਸੇ ਦਾ ਨਹੀਂ। ਇੱਕ ਇੱਕ ਸਮਾਂ ਸੀ ਜਦੋਂ ਕਿ ਗੈਰ ਸਿੱਖ ਵੀ ਜਿਹੜਾ ਕਹਿੰਦਾ ਹੁੰਦਾ ਸੀ ਵੀ ਜੇ ਉੱਥੇ ਕਿਤੇ ਕੋਈ ਸਿੱਖ ਖੜਾ ਤਾਂ ਮੈਂ ਸੇਫ ਹਾਂ, ਸਿੱਖ ਮੇਰੀ ਹੈਲਪ 'ਤੇ ਆਊਗਾ, ਉਹ ਚੀਜ਼ਾਂ ਖਤਮ ਕਰ ਦਿੱਤੀਆਂ ਗਈਆਂ, ਤੁਹਾਨੂੰ ਇੰਨਾ ਇੰਡੀਵਿਜੁਅਲਿਸਟਿਕ ਬਣਾ ਦਿੱਤਾ ਗਿਆ, ਕੋਈ ਬੰਦਾ ਕਿਸੇ ਮਸਲੇ ਦੇ ਵਿੱਚ ਆਉਂਦਾ ਹੀ ਨਹੀਂ ਹੈ। ਜੀ ਉਸ ਤੋਂ ਬਾਅਦ ਆ ਜੀ ਕ੍ਰਾਈਸਿਸ, ਤੀਜੀ ਸਟੇਜ ਆ ਇਹ ਕ੍ਰਾਈਸਿਸ, ਜਦੋਂ ਡੀਸਟੇਬਲਾਈਜ਼ ਹੋ ਗਿਆ, ਹੁਣ ਤੁਸੀਂ ਮਤਲਬ ਤੁਹਾਡਾ ਕੋਈ ਵੀ ਕੁਛ ਨਹੀਂ ਰਹਿ ਗਿਆ, ਤੁਸੀਂ ਡੀਮੋਰਲਾਈਜ਼ ਕਰਤੇ, ਡੀਸਟੇਬਲਾਈਜ਼ ਕਰਤੇ, ਤੁਹਾਡੀ ਸੋਸਾਇਟੀ ਜਿਹੜੀ ਆ ਇੱਕ ਦੂਜੇ 'ਤੇ ਕੁਛ ਵੀ ਟਰੱਸਟ ਨਹੀਂ ਰਹਿ ਗਿਆ, ਅਤੇ ਉਸ ਤੋਂ ਬਾਅਦ ਸਿੰਪਲ ਆ ਫਾਰਮੂਲਾ ਹੈਗਾ ਕਿ ਉਸ ਸਮੇਂ ਸੋਸਾਇਟੀ ਦੇ ਵਿੱਚ ਕ੍ਰਾਈਸਿਸ ਪੈਦਾ ਕਰ ਦਿਓ, ਸੰਕਟ ਪੈਦਾ ਕਰ ਦਿਓ, ਹੁਣ ਉਹ ਸੰਕਟ ਹੱਲ ਕਰਨ ਦੇ ਕਾਬਲ ਨਹੀਂ ਰਹਿੰਦੇ ਜੀ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਅਸੀਂ ਜਾਈਏ ਕਿੱਥੇ, ਨਾ ਉਹਨਾਂ ਕੋਲ ਆਪਣੀਆਂ ਆਰਗੇਨਾਈਜੇਸ਼ਨਾਂ ਨੇ, ਨਾ ਉਹਨਾਂ ਕੋਲ ਆਪਣੇ ਲੀਡਰ ਨੇ, ਨਾ ਉਹਨਾਂ ਕੋਲ ਕੋਈ ਸੰਸਥਾਵਾਂ ਨੇ, ਨਾ ਹੀ ਉਹਨਾਂ ਨੂੰ ਕਿਤੋਂ ਸੇਧ ਮਿਲ ਰਹੀ ਆ। ਉਹ ਫਿਰ ਕੀ ਕਰਨਗੇ, ਇੱਕ ਦੂਜੇ ਨਾਲ ਲੜਾਈ ਕਰਨਗੇ, ਆਪਸ ਦੇ ਵਿੱਚ ਲੜਨਗੇ, ਸਮਾਜਿਕ ਤੌਰ ਦੇ ਉੱਤੇ ਲੜਨਗੇ, ਸਿਵਲ ਵਾਰਾਂ ਹੋਣਗੀਆਂ, ਔਰ ਇਹ ਅੱਜ ਦੀ ਸਿਚੁਏਸ਼ਨ ਅਸੀਂ ਉੱਥੇ ਪਹੁੰਚ ਚੁੱਕੇ ਹਾਂ। ਅੱਜ ਦਾ ਜੇ ਮੈਂ ਸਿੱਖ ਪੰਥ ਦੀ ਗੱਲ ਕਰਾਂ, ਜਿਹੜੇ ਇਹ ਚਾਰ ਪ੍ਰੋਸੈਸ ਉਹਨਾਂ ਨੇ ਦੱਸੇ ਨੇ, ਅੱਜ ਅਸੀਂ ਕ੍ਰਾਈਸਿਸ ਸਟੇਜ ਦੇ ਉੱਤੇ ਹਾਂ, ਅਸੀਂ ਡੀਮੋਰਲਾਈਜ਼ ਹੋ ਚੁੱਕੇ ਹਾਂ, ਅਸੀਂ ਡੀਸਟੇਬਲਾਈਜ਼ ਵੀ ਹੋ ਚੁੱਕੇ ਹਾਂ, ਅੱਜ ਸਾਡੀ ਹਾਲਤ ਕ੍ਰਾਈਸਿਸ ਵਾਲੀ ਆ, ਅਸੀਂ ਸੰਕਟ ਦੇ ਵਿੱਚ ਹਾਂ, ਔਰ ਜਦੋਂ ਤੁਸੀਂ ਪੰਜਾਬ ਦੇ ਵਿੱਚ ਵੀ ਬਾਹਰ ਵੀ ਗੱਲ ਕਰਦੇ ਹੋ ਤਾਂ ਆਮ ਤੌਰ 'ਤੇ ਨਿਰਾਸ਼ ਤਾਂ ਮਿਲਦੀ ਆ ਕਿ ਸਿੱਖਾਂ ਦਾ ਕੁਛ ਨਹੀਂ ਬਣਨਾ, ਸਾਡਾ ਕਿਹੜਾ ਕੋਈ ਹੈ ਨਹੀਂ, ਨਾ ਸਾਡਾ ਕੋਈ ਲੀਡਰ ਆ, ਨਾ ਸਾਡੀ ਕੋਈ ਆਰਗੇਨਾਈਜੇਸ਼ਨ ਆ, ਸਾਡਾ ਕੀ ਆ, ਅਸੀਂ ਤਾਂ ਢਾਈ ਟੋਟਰੂ ਹਾਂ ਜੀ, ਜਿੱਧਰ ਨੂੰ ਕਹਿ ਦਿਆਂਗੇ ਉੱਧਰ ਨੂੰ ਤੁਰ ਜਾਵਾਂਗੇ। ਇੰਨੀ ਜ਼ਿਆਦਾ ਨਿਰਾਸ਼ਤਾ ਜਿਹੜੀ ਆ, ਇੰਨਾ ਜ਼ਿਆਦਾ ਸੰਕਟ ਕੌਮ ਦੇ ਉੱਤੇ ਆ ਚੁੱਕਿਆ, ਬਿਲਕੁਲ ਜੀ, ਅੱਜ ਕੌਮ ਨੂੰ ਇੱਥੋਂ ਸਮਝਣ ਦੀ ਲੋੜ ਆ। ਪਾਪੂਲੇਸ਼ਨ ਆ ਜਿਹੜੇ ਆਮ ਲੋਕ ਨੇ, ਤੁਸੀਂ ਦੇਖਿਆ ਹੋਣਾ ਜੀ, 100 ਸਾਖੀ ਚਲਾਤੀ ਜੀ, ਫਲਾਨਾ ਚਲਾਤਾ ਜੀ, ਉਹ ਇਹੀ ਕਹਿੰਦੇ ਨੇ ਕਿ ਕੋਈ ਹੁਣ ਕੋਈ ਬੰਦਾ ਬਾਹਰ ਉੱਪਰੋਂ ਆਊਗਾ, ਗੁਰੂ ਖੁਦ ਆਪ ਹੀ ਆ ਕੇ ਸਾਨੂੰ ਬਚਾਊਗਾ ਤਾਂ ਬਚਾਊਗਾ, ਅਸੀਂ ਤਾਂ ਨਹੀਂ ਬਚਾ ਸਕਦੇ ਆਪਣੇ ਆਪ ਨੂੰ, ਜਦੋਂ ਕਿ ਗੁਰੂ ਨੇ ਕੀ ਕਿਹਾ, ਖਾਲਸਾ ਮੇਰਾ ਰੂਪ ਹੈ ਖਾਸ, ਗੁਰੂ ਨੇ ਤਾਂ ਖਾਲਸੇ ਨੂੰ ਆਪਣਾ ਵਰਗਾ ਬਣਾ ਕੇ ਭੇਜਿਆ ਸੀ, ਆਪਣੇ ਵਰਗਾ ਬਣਾ ਕੇ ਇੱਥੋਂ ਛੱਡ ਕੇ ਗਏ ਸੀ, ਤੇ ਅੱਜ ਉਹ ਕੀ ਆਸ ਰੱਖ ਰਹੇ ਨੇ, ਕੋਈ ਮਸੀਹਾ, ਕੋਈ ਦੁਬਾਰਾ ਗੁਰੂ ਫੇਰ ਆਊਗਾ। ਕਈ ਜਿਹੜੇ ਦੂਜੇ ਧਰਮ ਨੇ ਜਿਵੇਂ ਹਿੰਦੂ ਧਰਮ ਦੇ ਵਿੱਚ ਕਹਿੰਦੇ ਨੇ ਕਿ ਕਾਲਕੀ ਭਗਵਾਨ ਆਉਣਗੇ, ਸੋ ਸਾਡੇ ਵਾਲੇ ਸਿੱਖ ਵੀ ਇਹੀ ਆਸ ਲਾਈ ਬੈਠੇ ਨੇ ਕਿ ਕਾਲਕੀ ਭਗਵਾਨ ਆ ਕੇ ਸਾਡਾ ਵੀ ਕੋਈ
ਪਾਰ ਉਤਾਰਾ ਕਰਨਗੇ। ਕੋਈ ਭਗਵਾਨ ਨਹੀਂ ਆਉਂਦੇ ਹੁੰਦੇ ਜਦੋਂ ਤੁਹਾਨੂੰ ਇੱਕ ਸਿਸਟਮ ਦੇ ਕੇ ਤੁਹਾਨੂੰ ਮਾਨਸਿਕ ਤੌਰ ਤੇ ਇੰਨਾ ਸਟੇਬਲ ਕਰਕੇ ਛੱਡ ਕੇ ਗਏ ਸੀ ਕਿ ਤੁਸੀਂ ਆਪਣੇ ਰਾਜ ਸਥਾਪਿਤ ਕਰ ਲਏ ਸੀ। ਇੱਥੋਂ ਤੱਕ ਨਹੀਂ ਕਿ ਇੱਕ ਨਹੀਂ ਦੋ ਵਾਰ ਰਾਜ ਸਥਾਪਿਤ ਕੀਤੇ ਨੇ, ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ, ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ, ਉਸ ਤੋਂ ਬਿਨਾਂ ਵੀ 5 ਤੋਂ ਲੈ ਕੇ 7 ਰਿਆਸਤਾਂ ਦੇ ਵੀ ਤੁਸੀਂ ਰਾਜੇ ਰਹੇ। ਅੱਜ ਬੇਵੱਸ ਬੇਥਾਕਾਂ ਸੰਕਟ ਨਜ਼ਰ ਆ ਰਿਹਾ, ਪਰ ਸੰਕਟ ਦਾ ਹੱਲ ਕਿਤੋਂ ਨਜ਼ਰ ਨਹੀਂ ਆ ਰਿਹਾ। ਇੰਨੇ ਕੁ ਅਸੀਂ ਡੀਮੋਰਲਾਈਜ਼ ਹੋ ਚੁੱਕੇ ਹਾਂ। ਹੁਣ ਅੱਜ ਦੀ ਸਾਡੀ ਜਿਹੜੀ ਡੇ, ਅੱਜ ਅਸੀਂ ਜਿੱਥੇ ਖੜੇ ਹਾਂ, ਤੁਸੀਂ ਮੈਨੂੰ ਕਰੈਕਟ ਕਰ ਦਿਓ, ਮੇਰੀ ਜਿਹੜੀ ਇਸ ਸਾਰੇ ਸਿਸਟਮ ਦੇ ਵਿੱਚ ਦੇਖਣ ਦਾ ਨਜ਼ਰੀਆ ਹੈ ਕਿ ਅੱਜ ਸਿੱਖ ਪੰਥ ਕ੍ਰਾਈਸਿਸ ਦੇ ਵਿੱਚ ਆ। ਬਿਲਕੁਲ, ਸੋ ਜਦੋਂ ਤੁਸੀਂ ਕ੍ਰਾਈਸਿਸ ਦੇ ਵਿੱਚ ਹੁੰਦੇ ਹੋ, ਉਹਦੇ ਉਸਦੇ ਦੋ ਹੀ ਪੱਖ ਹੁੰਦੇ ਨੇ, ਸਿਵਲ ਵਾਰ ਤੇ ਇਨਵੇਜ਼ਨ। ਬਿਲਕੁਲ, ਜਾਂ ਤਾਂ ਕੋਈ ਬਾਹਰੋਂ ਆ ਕੇ ਧਿਰ ਤੁਹਾਡੇ ਅੰਦਰ ਇਨਵੇਟ ਕਰੂਗੀ, ਤੁਹਾਨੂੰ ਹਿਲਾ ਦੂਗੀ, ਜਿਹੜੀ ਕਿ ਆਲਰੇਡੀ ਜੇ ਆਪਾਂ ਨੂੰ ਪੰਥਕ ਤੌਰ ਤੇ ਦੇਖੀਏ ਤਾਂ ਕਾਮਰੇਡ ਤੇ ਕਾਮਰੇਡਾਂ ਨੇ ਆ ਕੇ ਤੁਹਾਨੂੰ ਕਮਜ਼ੋਰ ਕੀਤਾ, ਡੀਮੋਰਲਾਈਜ਼ ਕੀਤਾ, ਡੀਸਟੇਬਲਾਈਜ਼ ਕੀਤਾ, ਤੇ ਆਰਐਸਐਸ ਹੁਣ ਉਸਦਾ ਫਾਇਦਾ ਉਠਾ ਕੇ ਤੁਹਾਡੇ ਅੰਦਰ ਤੁਹਾਡੇ ਇਨਵੇਟ ਕਰ ਰਹੀ ਹੈ ਤੁਹਾਨੂੰ। ਦੂਜੀ ਜਿਹੜੀ ਸਾਡੀਆਂ ਫਰਕ ਪੈ ਗਏ, ਕਿਉਂਕਿ ਇੰਨੇ ਗਰੁੱਪ ਇਕੱਠੇ ਕਰਤੇ। ਇੱਕ ਸਮਾਂ ਹੁੰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਦਲ ਹੁੰਦਾ ਸੀ ਤੇ ਇੱਕ SGPC ਹੁੰਦੀ ਸੀ, ਜਿਹੜੇ ਕਿ ਦੋਹੇ ਆਪਸ 'ਚ ਰਲ ਕੇ ਚੱਲਦੇ ਸੀ, ਵੱਡੀਆਂ ਸੰਸਥਾਵਾਂ ਸੀ। ਹੁਣ ਟੁਕੜੇ ਟੁਕੜੇ ਦਲ ਬਣਾਤੇ ਨੇ, ਕਿੰਨੇ ਅਕਾਲੀ ਦਲ ਬਣ ਗਏ ਨੇ, ਕਿੰਨੇ ਤਾਂ ਪੰਜਾਬ ਦੇ ਵਿੱਚ ਡੇਰੇ ਕ੍ਰੀਏਟ ਕਰ ਦਿੱਤੇ ਗਏ ਨੇ। ਉਹ ਡੇਰੇ ਸਿਰਫ ਤੇ ਸਿਰਫ ਮਾਰਕਸਿਜ਼ਮ ਸਿਸਟਮ ਨੂੰ ਹੀ ਚਲਾ ਰਹੇ ਨੇ, ਜਾਂ ਉਹ ਆਰਐਸਐਸ ਦੇ ਬੰਦੇ ਨਾਲ ਕੰਮ ਕਰ ਰਹੇ ਨੇ, ਜਾਂ ਉਹਨਾਂ ਦੇ ਨਾਲ ਜਿਹੜੀ ਕੈਮਿਊਨਿਜ਼ਮ ਆ ਵਿਚਾਰਧਾਰਾ, ਲਿਬਰਲ ਵਿਚਾਰਧਾਰਾ, ਨਾਸਤਕ ਵਿਚਾਰਧਾਰਾ ਕੰਮ ਕਰ ਰਹੀ ਆ। ਇਹੀ ਦੋ ਸਿਸਟਮ ਰਹਿ ਗਏ। ਜਿਹੜਾ ਗੁਰੂ ਸਾਹਿਬ ਦਾ ਬੈਲੈਂਸ ਅਪਰੋਚ ਸੀਗੀ, ਵਿਚਾਲੇ ਰਹਿ ਕੇ ਚੱਲਣਾ, ਨਾ ਖੱਬੇ ਨਾ ਸੱਜੇ, ਬਿਲਕੁਲ ਵਿਚਾਲੇ ਰਹਿ ਕੇ ਬੈਲੈਂਸ ਰੱਖ ਕੇ ਚੱਲਣਾ, ਉਹ ਖਤਮ। ਜਾਂ ਤਾਂ ਸਿੱਖਾਂ ਦੀਆਂ ਸੰਸਥਾਵਾਂ ਖੱਬੇ ਪਾਸੇ ਨੇ ਤੇ ਜਾਂ ਸੱਜੇ ਪਾਸੇ ਹੋਈਆਂ ਹੋਈਆਂ ਨੇ। ਤੇ ਅੱਜ ਹਾਲਾਤ ਇਹ ਆ ਕਿ ਸਿਵਲ ਵਾਰ ਜਿਹੋ ਜਿਹੀ ਸਿਚੁਏਸ਼ਨ ਹੋਈ ਪਈ ਆ, ਆਪਸ ਦੇ ਵਿੱਚ ਕਤਲ ਹੋ ਰਹੇ ਨੇ। ਹਾਲੇ ਇੱਕ ਮੈਨੂੰ ਲੱਗਦਾ ਤੁਹਾਡੇ ਕੱਲ ਹੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਇੱਕ ਕਿਸੇ ਸੰਤ ਨੂੰ ਕਾਰ ਸੇਵਾ ਵਾਲੇ ਬਾਬੇ ਦਾ ਕਤਲ ਹੋਇਆ, ਜਿਹੜਾ ਕਿ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਨੇ ਜੀ। ਕੀ ਤੁਹਾਡੇ ਡਿਫਰੈਂਸ ਆਫ ਓਪੀਨੀਅਨ ਹੋ ਸਕਦੇ ਨੇ, ਤੁਹਾਡੇ ਕਿਸੇ ਗੱਲ ਤੋਂ ਮਤਭੇਦ ਹੋ ਸਕਦੇ ਨੇ, ਪਰ ਕੀ ਕਿਸੇ ਬੰਦੇ ਦਾ ਕਤਲ ਕਰ ਦੇਣਾ ਇਹੀ ਆ? ਕੀ ਉਸ ਬਾਬੇ ਦੇ ਪੈਰੋਕਾਰ ਨਹੀਂ ਹੁਣ ਜਾ ਕੇ ਬਦਲਾ ਲੈਣ ਜਾਣਗੇ, ਉਹ ਕਿਸੇ ਹੋਰ ਗਰੁੱਪ ਦੇ ਬੰਦੇ ਨੂੰ ਮਾਰਨਗੇ? ਇਹੀ ਸਿਵਲ ਵਾਰ ਆ, ਇਸ ਨੂੰ ਸਮਝਣ ਦੀ ਲੋੜ ਆ। ਅੱਜ ਅਸੀਂ ਕ੍ਰਾਈਸਿਸ ਦੇ ਵਿੱਚ ਆ, ਹਲੇ ਅਸੀਂ ਬਿਲਕੁਲ ਪੂਰੀ ਤਰ੍ਹਾਂ ਖਤਮ ਨਹੀਂ ਹੋਏ, ਕ੍ਰਾਈਸਿਸ ਚੱਲ ਰਿਹਾ, ਪਰ ਇਸ ਤੋਂ ਬਚਿਆ ਵੀ ਜਾ ਸਕਦਾ। ਤੋ ਫਾਈਨਲ ਸਟੇਜ ਹੈਗੀ ਆ ਜੀ ਨਾਰਮਲਾਈਜੇਸ਼ਨ ਜੀ। ਨਾਰਮਲਾਈਜੇਸ਼ਨ ਇਹ ਹੈ ਕਿ ਜਦੋਂ ਸਾਰਾ ਕੁਛ ਉਹਨਾਂ ਨੇ ਕਰਤਾ, ਉਹਨਾਂ ਨੇ ਤੁਹਾਨੂੰ ਡੀਮੋਰਲਾਈਜ਼ ਕਰਤਾ, ਡੀਮੋਰਲਾਈਜ਼ ਕਰਨ ਤੋਂ ਬਾਅਦ ਤੁਹਾਨੂੰ ਡੀਸਟੇਬਲਾਈਜ਼ ਕਰਤਾ, ਡੀਸਟੇਬਲਾਈਜ਼ ਕਰਨ ਤੋਂ ਬਾਅਦ ਤੁਹਾਨੂੰ ਕ੍ਰਾਈਸਿਸ ਦੇ ਵਿੱਚ ਸੰਕਟ 'ਚ ਪਾਤਾ, ਹੁਣ ਉਹ ਫਿਰ ਤੁਹਾਨੂੰ ਆਪਣਾ ਏਜੰਡਾ ਦੱਸਦੇ ਨੇ ਕਿ ਤੁਹਾਡੇ ਪੱਲੇ ਕੁਛ ਨਹੀਂ, ਤੁਸੀਂ ਕਿਸੇ ਕੰਮ ਦੇ ਨਹੀਂ ਹੈਗੇ, ਤੁਹਾਡੇ ਕੋਲ ਨਾ ਸਿਸਟਮ ਆ, ਨਾ ਸਮਾਜ ਆ, ਨਾ ਤੁਹਾਡੇ ਕੋਲ ਕੋਈ ਸਿੱਖ ਪੜ੍ਹਨ ਨੂੰ ਆ, ਨਾ ਤੁਹਾਡੀ ਕੋਈ ਸੰਸਥਾ, ਨਾ ਤੁਹਾਡਾ ਕੋਈ ਲੀਡਰ ਆ, ਆਓ ਤੁਹਾਨੂੰ ਹੁਣ ਅਸੀਂ ਦੱਸਦੇ ਹਾਂ ਕੀ ਕੀ ਕਰਨਾ। ਫਿਰ ਉਹ ਆਪਣਾ ਏਜੰਡਾ ਤੁਹਾਨੂੰ ਟੀਚ ਕਰਦੇ ਨੇ, ਫਿਰ ਉਹ ਆਪਣਾ ਕੈਮਿਊਨਿਜ਼ਮ ਕੈਮਰਾ ਦਾ ਸਿਸਟਮ ਤੁਹਾਡੇ ਅੰਦਰ ਲਿਆਂਦਾ ਜਾਂਦਾ,
ਤੁਹਾਡੇ ਜਿਹੜੇ ਆ ਸਿਧਾਂਤ ਸੀ, ਤੁਹਾਡੀਆਂ ਪਰੰਪਰਾਵਾਂ ਸੀ ਜਿਹੜੀਆਂ ਸਦੀਆਂ ਤੋਂ ਚੱਲਦੀਆਂ ਆ ਰਹੀਆਂ ਸੀ, ਉਹਨਾਂ ਨੂੰ ਉਹ ਰਿਪਲੇਸ ਕਰਕੇ ਆਪਣੇ ਕਾਨੂੰਨ, ਆਪਣੀਆਂ ਪਾਲਿਸੀਜ਼, ਆਪਣੀਆਂ ਪ੍ਰੈਕਟਿਸਿਜ਼ ਲੈ ਕੇ ਆਉਂਦੇ ਨੇ। ਜਿਵੇਂ ਕਿ ਹੁਣੇ ਆਪਾਂ ਨੇ ਗੱਲ ਕੀਤੀ ਹੈ ਕਿ ਲਿਵ ਇਨ ਰਿਲੇਸ਼ਨਸ਼ਿਪ, ਕਦੇ ਸੋਚਿਆ ਸੀ ਲਿਵ ਇਨ ਰਿਲੇਸ਼ਨਸ਼ਿਪ ਵੀ ਹੁੰਦਾ ਕੀ ਚੀਜ਼ ਆ? ਬਿਲਕੁਲ ਐਕਸਟਰਾ ਨਹੀਂ। ਮੈਰਿਟਲ ਅਫੇਅਰਸ ਇਸ ਹੱਦ ਤੱਕ ਵਧੇ ਹੋਏ ਨੇ ਕਿ ਹੁਣ ਉਹ ਓਪਨਲੀ ਐਡਮਿਟ ਕਰ ਰਹੇ ਨੇ ਕਿ ਹਾਂ ਸਾਡੇ ਤਾਂ ਐਕਸਟਰਾ ਮੈਰਿਟਲ ਅਫੇਅਰਸ ਹੈਗੇ ਨੇ। ਫਿਰ ਉਵੇਂ ਹੀ ਪੋਲਿਟਿਕਸ ਵਿੱਚ ਆਉਂਦਾ, ਉਵੇਂ ਹੀ ਰਾਜਨੀ ਆਪਣਾ ਧਰਮ ਵਿੱਚ ਵੀ ਆਉਂਦਾ, ਸਮਾਜ ਵਿੱਚ ਵੀ ਆਉਂਦਾ। ਪੈਰਾਸ਼ੂਟ ਰਾਹੀਂ ਲੀਡਰ ਆਉਂਦੇ ਨੇ, ਤੁਹਾਡੇ ਬਣਾ ਦਿੱਤੇ ਜਾਂਦੇ ਨੇ, ਪ੍ਰੋਪੇਗੰਡਾ ਇੰਨਾ ਵਾਸਟ ਕਰ ਦਿੱਤਾ ਜਾਂਦਾ, ਤੁਸੀਂ ਕਦੇ ਸੋਚਦੇ ਹੀ ਨਹੀਂ ਕਿ ਇੰਨੇ ਪ੍ਰੋਪੇਗੰਡੇ ਦਾ ਪੈਸਾ ਇੰਨਾ ਕੋਲ ਕਿੱਥੋਂ ਆ ਗਿਆ, ਜਾਂ ਕਿਵੇਂ ਇਸਟੈਬਲਿਸ਼ ਹੋ ਗਏ, ਚਾਹੇ ਉਹ ਦੇਸ਼ ਵਿੱਚ ਹੋਏ, ਚਾਹੇ ਉਹ ਪ੍ਰਦੇਸ਼ ਵਿੱਚ ਹੋਏ। ਇਹ ਸਾਰਾ ਕੁਛ ਸਿੱਖ ਸਮਾਜ 'ਤੇ ਹੂਬ ਹੂ ਚੱਲ ਰਿਹਾ। ਇਹ ਵੀਡੀਓ ਬਣਾਉਣ ਦਾ ਸਾਡਾ ਹੀ ਮਕਸਦ ਹੈ ਜੀ। ਅੱਗੇ ਬਿਲਕੁਲ ਜੀ, ਕੰਸੋਲੀਡੇਟ ਮਤਲਬ ਆਪਣੀ ਪਾਵਰ ਉਹ ਕੰਸੋਲੀਡੇਟ ਕਰਨਾ ਸ਼ੁਰੂ ਕਰ ਦਿੰਦੇ ਨੇ, ਹੁਣ ਉਹ ਤੁਹਾਡੇ ਉੱਤੇ ਕਾਬਜ਼ ਹੋ ਚੁੱਕੇ ਨੇ, ਹੁਣ ਤੁਹਾਡੇ ਬਿਲਕੁਲ ਇਸ ਪ੍ਰੋਸੈਸ ਦੇ ਵਿੱਚ ਉਹਨਾਂ ਦਾ ਕੰਟਰੋਲ ਆ ਜਿਹੜਾ ਤੁਹਾਡੇ ਉੱਤੇ ਵੱਧ ਜਾਂਦਾ, ਤੋਂ ਆਪਣਾ ਏਜੰਡਾ ਉਹ ਲਾਗੂ ਕਰ ਦਿੰਦੇ ਨੇ ਤੁਹਾਡੇ ਉੱਤੇ। ਆਪਣੇ ਜਿਹੜੇ ਤੁਹਾਡੇ ਆਈਕੋਨ ਸੀ, ਤੁਹਾਡੇ ਮੋਨੂਮੈਂਟ ਸੀ, ਤੁਹਾਡੀਆਂ ਇਤਿਹਾਸਿਕ ਬਿਲਡਿੰਗਾਂ ਸੀ, ਉਹ ਢਾਹ-ਢੇਰੀ ਕਰਨੀਆਂ ਸ਼ੁਰੂ ਕਰ ਦਿੰਦੇ ਨੇ, ਤੁਹਾਡਾ ਲਿਟਰੇਚਰ ਖਤਮ ਕੀਤਾ ਜਾ ਖਤਮ ਕਰਨਾ ਸ਼ੁਰੂ ਕਰ ਦਿੰਦੇ ਨੇ। ਇਹ ਹੋ ਰਿਹਾ ਹੁਣ ਸਾਡੇ ਨਾਲ। ਬਿਲਕੁਲ ਸੋ ਇਸ ਪ੍ਰੋਸੈਸ ਦੇ ਵਿੱਚ ਜਦੋਂ ਇਹ ਪ੍ਰੋਸੈਸ ਖਤਮ ਹੋ ਗਿਆ, ਇਸ ਦਾ ਮਤਲਬ ਆ ਕਿ ਤੁਹਾਡੀ ਅਸਿਮੀਲੇਸ਼ਨ ਹੋ ਗਈ, ਹੁਣ ਤੁਹਾਡਾ ਜਿਹੜਾ ਹੈ ਪੁਰਾਣਾ ਸਿਸਟਮ, ਜਿਹੜਾ ਕਿ ਜਿਹਨਾਂ ਦੇ ਉੱਤੇ ਤੁਸੀਂ ਮਾਣ ਕਰਦੇ ਆਏ ਹੋ, ਜਿਹੜਾ ਸਦੀਆਂ ਤੋਂ ਤੁਹਾਡੇ ਨਾਲ ਚੱਲ ਤੁਸੀਂ ਜਿਉਂਦੇ ਆ ਰਹੇ ਹੋ, ਤੁਹਾਡੇ ਸਾਡੇ ਐਨਸੈਸਟਰ, ਸਾਡੇ ਬਜ਼ੁਰਗ ਜਿਸ ਦੇ ਉੱਤੇ ਮਾਣ ਕਰਦੇ ਸੀ, ਜਿਹਦੇ ਉੱਤੇ ਅਸੀਂ ਮਾਣ ਕਰਦੇ ਸੀ, ਹੁਣ ਉਸ ਦਾ ਖਾਤਮਾ, ਹੁਣ ਉਹਨਾਂ ਦੇ ਸਿਸਟਮ ਨੂੰ ਅਸੀਂ ਪ੍ਰੇਜ਼ ਕਰਨ ਲੱਗ ਜਾਂਦੇ ਹਾਂ। ਔਰ ਇਹ ਗੱਲਾਂ ਪੰਜਾਬ ਦੇ ਵਿੱਚ ਅਕਸਰ ਹੋਈਆਂ ਨੇ ਕਿ ਕੈਮਿਊਨਿਜ਼ਮ ਤਾਂ ਬੜੀ ਵਧੀਆ ਚੀਜ਼ ਹੈ ਜੀ, ਚੀਨ ਨੇ ਆਹ ਕਰਤਾ ਜੀ, ਰੂਸ ਨੇ ਆਹ ਕਰਤਾ ਜੀ। ਅਸਲ ਦੇ ਵਿੱਚ ਜਾ ਕੇ ਦੇਖੋ ਉਹਨਾਂ ਦੇਸ਼ਾਂ ਦੇ ਲੋਕਾਂ ਦੇ ਹਾਲਾਤ ਕੀ ਨੇ। ਸਾਡਾ ਬਿਲਕੁਲ ਸਿਸਟਮ ਉਹਨਾਂ ਨਾਲੋਂ 100 ਗੁਣੇ ਚੰਗਾ ਸੀ ਤੇ ਚੰਗਾ ਹੈ। ਅੱਜ ਵੀ ਸਮਾਂ ਹੈ ਕਿ ਉਸ ਗੰਦ ਚੋਂ ਨਿਕਲ ਕੇ ਵਾਪਸ ਆਪਣੇ ਪਿਛੋਕੜ ਨਾਲ ਜੁੜੀਏ। ਸੋ ਜੀ ਨਾਰਮਲਾਈਜੇਸ਼ਨ ਦੇ ਵਿੱਚ ਇਹੀ ਹੁੰਦਾ ਕਿ ਇਸ ਨੂੰ ਜਿਹੜਾ ਨਾਰਮਲਾਈਜ਼, ਜਿਹੜਾ ਡੀਸਟੇਬਲਾਈਜ਼ ਪ੍ਰੋਸੈਸ ਸੀ, ਇਹ ਉਲਟਾ ਬਿਲਕੁਲ ਉਸਦੇ ਬਿਲਕੁਲ ਨਾਰ ਡੀਸਟੇਬਲਾਈਜ਼ ਦੇ ਵਿੱਚ ਤੁਹਾਨੂੰ ਡੀਸਟੇਬਲਾਈਜ਼ ਕੀਤਾ ਜਾਂਦਾ, ਉਰੇ ਉਹ ਤੁਹਾਨੂੰ ਨਾਰਮਲਾਈਜ਼ ਕਰ ਰਹੇ ਨੇ। ਪਰ ਨਾਰਮਲਾਈਜ਼ ਕਰ ਕਿਵੇਂ ਰਹੇ ਨੇ? ਆਪਦਾ ਸਿਸਟਮ ਤੁਹਾਡੇ ਤੇ ਥੋਪ ਕੇ, ਬਿਲਕੁਲ ਔਰ ਉਹ ਤੁਸੀਂ ਐਕਸੈਪਟ ਕਰ ਰਹੇ ਹੋ। ਬਿਲਕੁਲ ਇਸ ਨੂੰ ਕਹਿੰਦੇ ਨੇ, ਇਸ ਨੂੰ ਜੇ ਆਪਾਂ ਕਹੀਏ ਕਿ ਸਟੇਬਲਾਈਜ਼ਿੰਗ ਦਾ ਸਿਸਟਮ, ਸਟੇਬਲਾਈਜ਼ਿੰਗ ਦਾ ਸਮਾਜ ਬਾਏ ਫੋਰਸ, ਕਿਉਂਕਿ ਉਹਨਾਂ ਨੇ ਹੁਣ ਤੁਹਾਡੇ ਤੇ ਆਪਣੀ ਫੋਰਸ ਦੇ ਥਰੂ ਤੁਹਾਡੇ ਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਬਿਲਕੁਲ ਜਿਹੜੇ ਤੁਹਾਡੇ ਅੰਦਰ ਉਹਨਾਂ ਨੇ ਸਲੀਪਰ ਸੈੱਲ ਬੈਠੇ ਸੀ, ਉਹਨਾਂ ਦੇ ਐਕਟਿਵਿਸਟ ਬੈਠੇ ਸੀ। ਫਿਰ ਅੱਛਾ, ਇਸ ਦਾ ਇੱਕ ਹੋਰ ਚੀਜ਼ ਹੁੰਦੀ ਆ, ਜਦੋਂ ਇਹ ਸਾਰਾ ਕੁਛ ਹੋ ਜਾਂਦਾ ਨਾ, ਜਦੋਂ ਸਾਰਾ ਕੁਛ ਇਹ ਚੀਜ਼ਾਂ ਹੋ ਜਾਂਦੀਆਂ ਨੇ, ਨਾਰਮਲਾਈਜ਼ ਹੋ ਗਿਆ, ਤਾਂ ਜਿਹੜੇ ਤੁਹਾਡੇ ਸਮਾਜ ਦੇ ਬੰਦੇ ਉਹਨਾਂ ਦੀ ਸਪੋਰਟ ਕਰ ਰਹੇ ਸੀ, ਉਹ ਤੁਹਾਡੇ ਅੰਦਰ ਸਲੀਪਰ ਸੈੱਲ ਸੀ, ਐਕਟਿਵਿਸਟ ਸੀ, ਸੋਸ਼ਲ ਵਰਕਰ ਸੀ, ਲਿਬਰਲ ਸੀ, ਹੋਮੋਸੈਕਸੁਅਲ ਸੀ, ਪ੍ਰੋਫੈਸਰ ਸੀ, ਮਾਰਕਸਿਸਟ ਸੀ, ਲੈਨਿਨਿਸਟ ਸੀ, ਤੁਹਾਡੇ ਸਾਰੇ ਲੀਡਰ ਸੀ, ਉਹਨਾਂ ਨੂੰ ਉਹ ਐਲੀਮੀਨੇਟ ਕਰ ਦਿੰਦੇ ਨੇ। ਅੱਛਾ, ਮੇਰੀ ਸਕਰੀਨ ਤੁਹਾਨੂੰ ਦਿਖੀ ਰਹੀ ਹੈ, ਰਾਈਟ? ਹਾਂਜੀ, ਦਿਖ ਰਹੀ ਹੈ ਜੀ। ਹਾਂਜੀ, ਸੋ ਇਹ ਜਿਹੜਾ ਪ੍ਰੋਸੈਸ ਹੈਗਾ, ਇਹ ਜਿਹੜਾ ਨਾਰਮਲਾਈਜ਼ੇਸ਼ਨ ਹੈਗੀ ਆ, ਇਹ ਡੀਸਟੇਬਲਾਈਜ਼ੇਸ਼ਨ ਦੇ ਬਿਲਕੁਲ ਉਲਟਾ, ਕਿਉਂਕਿ ਹੁਣ ਇਹ ਜਿਹੜਾ ਡੀਸਟੇਬਲਾਈਜ਼ ਕੀਤਾ ਸੀ ਉਸਨੂੰ ਨਾਰਮਲਾਈਜ਼ ਕਰਨ ਦੇ ਵਾਲੇ ਪਾਸੇ ਤੁਰਪੇ ਨੇ। ਪਰ ਨਾਰਮਲਾਈਜ਼ ਕਰ ਕਿਵੇਂ ਰਹੇ ਨੇ? ਆਪਣੇ ਤਰੀਕੇ ਦੇ ਨਾਲ,
ਆਪਣਾ ਏਜੰਡਾ ਲਾਗੂ ਕਰਕੇ। ਔਰ ਇਸ ਦੇ ਵਿੱਚ ਇੱਕ ਸਭ ਤੋਂ ਵੱਡੀ ਖੂਬੀ ਹੁੰਦੀ ਹੈ ਕਿ ਇਸ ਪ੍ਰੋਸੈਸ ਦੇ ਦੌਰਾਨ ਜਿਹੜੇ ਬੰਦੇ ਤੁਹਾਡੇ ਸਮਾਜ ਦੇ, ਯਾਨੀ ਜਿਹੜਾ ਇਫੈਕਟਿਡ ਸਮਾਜ ਆ ਜਿਸ ਦੇ ਉੱਤੇ ਸਵਰਜਨ ਕੀਤਾ ਗਿਆ, ਉਹ ਬੰਦੇ ਜਿਹੜੇ ਉਹਨਾਂ ਨੇ ਵਰਤੇ ਸੀ, ਚਾਹੇ ਉਹ ਲੀਡਰ ਸੀਗੇ, ਐਕਟਿਵਿਸਟ ਸੀਗੇ, ਵਰਕਰ ਸੀਗੇ, ਲਿਬਰਲ ਸੀ, ਪ੍ਰੋਫੈਸਰ ਸੀ, ਕਾਮਰੇਡ ਸੀ, ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਜਾਂਦਾ। ਕਈ ਵਾਰੀ ਉਹਨਾਂ ਨੂੰ ਮਾਰ ਵੀ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਸਾਈਡ ਲਾਈਨ ਤੇ ਕਰਕੇ ਬਿਠਾ ਦਿੱਤਾ ਜਾਂਦਾ, ਕਿਉਂਕਿ ਦੇਅਰ ਜੋਬ ਇਜ਼ ਡਨ, ਉਹਨਾਂ ਦੀ ਹੁਣ ਹੋਰ ਕੋਈ ਲੋੜ ਨਹੀਂ ਰਹਿ ਗਈ। ਇਹ ਚੀਜ਼ ਵੀ ਸਮਝ ਲਓ ਕਿ ਯੂਜ਼ ਐਂਡ ਥਰੋ ਦੀ ਪਾਲਿਸੀ ਲਾਗੂ ਹੁੰਦੀ ਹੈ ਇੱਥੇ। ਇਹ ਕਾਮਰਿਸਟ ਕਾਮਰੇਡਾਂ ਦਾ ਅਸੂਲ ਆ। ਕਿੰਨੇ ਇਹੋ ਜਿਹੇ ਦੇਸ਼ ਨੇ ਜਿੱਥੇ ਇਨਕਲਾਬ ਉਹਨਾਂ ਨੇ ਲਿਆਂਦਾ ਤੇ ਬਾਅਦ ਦੇ ਵਿੱਚ ਜਿਹੜਾ ਇਨਕਲਾਬ ਲਿਆਉਣ ਵਾਲਾ ਬੰਦਾ ਸੀ ਉਹੀ ਮਾਰਿਆ ਗਿਆ। ਸ਼ੇਖ ਮਜੀਬੁਰ ਰਹਿਮਾਨ ਬੰਗਲਾਦੇਸ਼ ਦੇ ਵਿੱਚ ਜਿਹੜਾ ਲੈਨਨ ਸੀ ਉਸ ਦਾ ਖਾਤਮਾ ਕਰਤਾ ਸੀ, ਲੈਨਨ ਦਾ ਸਾਥੀ ਸੀਗਾ ਟਰੋਸਕੀ, ਲਿਓਨ ਟਰੋਸਕੀ, ਉਸ ਦਾ ਖਾਤਮਾ ਕਰਤਾ ਸੀ। ਇਸ ਢੰਗ ਦੇ ਨਾਲ ਹੋਰ ਬੜੇ ਲੀਡਰ ਨੇ, ਜਿਊਰੀ ਬੈਜਮੈਨੋਵ ਇਹ ਦੱਸਦੇ ਨੇ ਕਿ ਉਹਨਾਂ ਕੋਲ ਲਿਸਟ ਸੀਗੀ ਆਈ, ਕਹਿੰਦਾ ਮੈਂ ਦੇਖ ਕੇ ਹੈਰਾਨ ਰਹਿ ਗਿਆ ਸੀ ਕਿ ਉਹ ਬੰਦੇ ਜਿਹੜੇ ਰੂਸ ਦੇ ਪੱਕੇ ਮਿੱਤਰ ਸੀ ਉਹਨਾਂ ਦਾ ਲਿਸਟ ਦੇ ਵਿੱਚ ਅਨਾਊਂਸ ਸੀ ਕਿ ਇਹ ਬੰਦੇ ਖਤਮ ਕਰ ਦੇਣੇ ਚਾਹੀਦੇ ਨੇ। ਸੋ ਇਹ ਨੋਰਮਲਾਈਜੇਸ਼ਨ ਪ੍ਰੋਸੈਸ ਤੋਂ ਬਾਅਦ ਬੇਸਿਕਲੀ ਹੈ ਕਿ ਪੁਰਾਣਾ ਸਾਰਾ ਸਿਸਟਮ ਖਤਮ ਤੇ ਉਹਨਾਂ ਨੇ ਨਵਾਂ ਕਮਿਊਨਿਜ਼ਮ ਵਾਲਾ ਸਿਸਟਮ, ਲੈਫਟ ਲਿਬਰਲ ਸਿਸਟਮ ਜਿਹੜਾ ਕਿ ਉਹ ਤੁਹਾਡੇ 'ਚ ਥੋਪਣਾ ਚਾਹੁੰਦੇ ਸੀ, ਥੋਪ ਕੇ ਤੁਹਾਡਾ ਸਮਾਜਿਕ ਸਰੋਕਾਰ ਖਤਮ, ਹੁਣ ਤੁਸੀਂ ਉਹਨਾਂ ਦੇ ਸਿਸਟਮ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਉਂਗੇ। ਸੋ ਬੈਜਮਾਨੋਵ ਨੇ ਕੁਛ ਗੱਲਾਂ, ਵੈਸੇ ਨੋਰਮਲ ਜਿਹੀਆਂ ਗੱਲਾਂ ਉਹਨੇ ਕੀਤੀਆਂ ਨੇ ਕਿ ਇਹ ਡੇਲੀ ਹੋ ਰਿਹਾ। ਜੇ ਤੁਹਾਨੂੰ ਐਂ ਲੱਗਦਾ ਨਾ ਕਿ ਵੀ ਅਸੀਂ ਤਾਂ ਕਦੇ ਦੇਖਿਆ ਨਹੀਂ, ਜੇ ਤੁਸੀਂ ਕੰਟੀਨਿਊਸਲੀ ਅਖਬਾਰਾਂ ਟੀਵੀ ਨੂੰ ਵਾਚ ਕਰੋ ਤਾਂ ਤੁਹਾਡਾ ਸਿਸਟਮ ਰੈਗੂਲਰਲੀ ਡੇ ਬਾਈ ਡੇ ਚੇਂਜ ਹੋ ਰਿਹਾ ਹੁੰਦਾ, ਪਰ ਤੁਹਾਨੂੰ ਪਤਾ ਨਹੀਂ ਲੱਗਦਾ। ਇਹੀ ਖੂਬੀ ਹੈ ਇਸ ਚੀਜ਼ ਦੀ ਕਿ ਬਿਨਾਂ ਗੋਲੀ ਚਲਾਏ ਦੁਸ਼ਮਣ ਨੂੰ ਖਤਮ ਕਰ ਦੇਣਾ, ਔਰ ਖਤਮ ਵੀ ਇਸ ਢੰਗ ਨਾਲ ਕਰ ਦੇਣਾ ਕਿ ਮੁੜ ਕੇ ਫਿਰ ਉਹ ਦੁਸ਼ਮਣ ਖੜਾ ਹੀ ਨਾ ਹੋਵੇ। ਤੇ ਅਖੀਰ ਦੇ ਵਿੱਚ ਜੂਰੀ ਬੈਜਮੈਨੋਵ ਨੇ ਬੜਾ ਸੋਹਣਾ ਕੰਕਲੂਡ ਕੀਤਾ। ਉਹਨੇ ਕਿਹਾ ਕਿ ਬੈਜਮੈਨੋਵ ਕੰਕਲੂਡ, ਉਹ ਕਹਿੰਦਾ ਕਿ ਟਾਈਮ ਬੰਬ ਜਿਹੜਾ ਟਿੱਕ ਕਰ ਰਿਹਾ, ਸੈਕਿੰਡ ਬਾਏ ਸੈਕਿੰਡ ਟਾਈਮ ਬੰਬ ਜਿਹੜਾ ਚੱਲ ਰਿਹਾ, ਟਾਈਮ ਜਿਹੜਾ ਹੈ ਡਿਜ਼ਾਸਟਰ ਦਾ ਟਾਈਮ ਨੇੜੇ ਆ ਰਿਹਾ। ਮੇਰੇ ਉਹ ਆਪਦੀ ਗੱਲ ਕਰ ਰਿਹਾ ਕਿ ਕਹਿੰਦਾ ਕਿ ਅਨਲਾਈਕ ਮੀ, ਉਹਦੇ ਮੁਤਾਬਕ ਉਹ ਕਮਿਊਨਿਸਟਾਂ ਤੋਂ ਡਰ ਕੇ ਅਮਰੀਕਾ ਸੈਟਲ ਹੋ ਗਿਆ ਸੀ, ਪਰ ਉਹ ਅਮਰੀਕਨ ਲੋਕਾਂ ਨੂੰ ਕਹਿ ਰਿਹਾ ਜਾਂ ਉਹ ਸਾਡੇ ਸਿੱਖਾਂ ਤੇ ਵੀ ਲਾਗੂ ਹੋ ਰਿਹਾ ਕਿ ਸਿੱਖੀ ਤੋਂ ਭੱਜ ਕੇ ਤੁਹਾਡੇ ਵਾਸਤੇ ਹੋਰ ਕੋਈ ਜਗ੍ਹਾ ਨਹੀਂ ਹੈਗੀ। ਫਿਰ ਜੇ ਤੁਸੀਂ ਆਪਣਾ ਪੰਥ ਆਪਣਾ ਧਰਮ ਖਤਮ ਕਰ ਲਿਆ, ਪੰਜਾਬ ਵੀ ਤੁਹਾਡੇ ਹੱਥੇ ਜਾਊਗਾ ਤੇ ਫਿਰ ਤੁਸੀਂ ਘਰੋਂ ਬੇਘਰ ਹੋਵੋਗੇ। ਸੋ ਤੁਹਾਡੇ ਕੋਲੇ ਕਿਤੇ ਵੀ ਭੱਜਣ ਲਈ ਵੀ ਜਗ੍ਹਾ ਨਹੀਂ ਹੈਗੀ। ਇੱਕੋ ਇੱਕ ਟਾਈਮ ਆ ਕਿ ਆਪਣੇ ਆਪ ਨੂੰ ਹੁਣੇ ਤੋਂ ਸੁਧਾਰੋ ਤੇ ਜੋ ਕੁਛ ਵੀ ਇਹ ਗਾਰਬੇਜ ਕਾਮਰੇਡ ਕਮਿਊਨਿਸਟ ਜਿਹੜੇ ਨੇ ਤੁਹਾਡੇ ਉੱਤੇ ਥੋਪਿਆ ਹੋਇਆ, ਇਸ ਨੂੰ ਲਾ ਕੇ ਮੁੜ ਕੇ ਆਪਣੇ ਸਿਧਾਂਤ ਨਾਲ, ਆਪਣੀ ਸੱਭਿਅਤਾ ਨਾਲ, ਆਪਣੇ ਕਲਚਰ ਨਾਲ, ਆਪਣੇ ਲੋਕਾਂ ਨਾਲ, ਆਪਣੀ ਮਿੱਟੀ ਨਾਲ ਦੁਬਾਰਾ ਜੁੜੋ। ਥੈਂਕ ਯੂ ਵੈਰੀ ਮੱਚ ਭਾਜੀ। ਬਿਲਕੁਲ ਸਿੱਧਾ ਸੰਦੇਸ਼ ਹੈ ਜੀ ਸਰਦਾਰ ਇੰਦਰਜੀਤ ਸਿੰਘ ਜੀ ਦਾ। ਤੁਸੀਂ ਸਕਰੀਨ ਸ਼ੇਅਰ ਬੰਦ ਕਰ ਦਿਓ ਜੀ। ਸਰਦਾਰ ਇੰਦਰਜੀਤ ਸਿੰਘ ਜੀ ਦਾ ਬਿਲਕੁਲ ਸਿੱਧਾ ਸੰਦੇਸ਼ ਹੈ ਕਿ ਆਓ, ਜੇ ਤੁਸੀਂ ਬਚਣਾ ਹੈ
ਆਪਣੇ ਆਪ ਨੂੰ ਬਚਾਉਣਾ, ਆਪਣੀ ਨਸਲ ਨੂੰ ਬਚਾਉਣਾ, ਆਪਣੀ ਕੌਮ ਨੂੰ ਬਚਾਉਣਾ, ਆਪਣੀ ਦੇਸ਼ ਦੀ ਮਿੱਟੀ ਨੂੰ ਬਚਾਉਣਾ ਅਤੇ ਆਪਣੇ ਮੂਲ ਨਾਲ ਜੁੜੋ। ਮੂਲ ਕੀ ਹੈ? ਨਾਨਕਸ਼ਾਹੀ, ਨਾਨਕਸ਼ਾਹੀ ਪ੍ਰਣਾਲੀ ਨਾਲ ਜੁੜੋ, ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਪਰਚਮ ਲਹਿਰਾ ਕੇ ਤੁਹਾਨੂੰ ਸੋਵਰਨਿਟੀ ਦਿੱਤੀ ਸੀ, ਤੁਹਾਡੀ ਕਰੰਸੀ ਜਾਰੀ ਕੀਤੀ ਸੀ, ਜਿਹੜੀ ਉਹ ਕਰੰਸੀ ਵੀ ਉਸ ਵੇਲੇ ਪੌਂਡ ਦੇ ਮੁਕਾਬਲੇ ਵਿੱਚ ਕਈ ਗੁਣਾ ਵੱਧ ਸੀ, ਔਰ ਜਿਹੜੀ ਸਿਵਿਲਾਈਜੇਸ਼ਨ ਸੀ ਉਹ ਤੁਹਾਡੀ ਸਿਵਿਲਾਈਜੇਸ਼ਨ ਵੀ ਹੜੱਪਾ ਮੋਹਨਜੋਦੜੋ ਦੀ ਸਿਵਿਲਾਈਜੇਸ਼ਨ ਨਾਲ ਜੁੜੀ ਹੋਈ ਸੀ। ਉਸ ਮਹਾਨਤਾ ਨੂੰ ਸਮਝੋ ਅਤੇ ਨਾਨਕ ਦੀ ਪ੍ਰਣਾਲੀ ਨਾਲ ਜੁੜੋ। ਇਹ ਸਿੱਧਾ ਜਿਹਾ ਸੰਦੇਸ਼ ਜਾਂਦਾ ਜੇ ਸਮੁੱਚੀ ਵੀਡੀਓ ਦਾ, ਤਾਂ ਹੀ ਬਚ ਸਕੋਗੇ, ਕਿਉਂਕਿ ਤੁਸੀਂ ਨਿਘਰੇ ਹੋ। ਮੇਰਾ ਕੋਈ ਦੇਸ਼ ਨਹੀਂ ਵਾਲੀ ਭਾਵਨਾ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਜਿੱਥੇ ਮਰਜ਼ੀ ਭੱਜ ਜਾਓ ਉੱਥੇ ਵੀ ਤੁਸੀਂ ਬੇਕਰੇ ਹੀ ਰਹੋਗੇ। ਜੀ ਸਰਦਾਰ ਇੰਦਰਜੀਤ ਸਿੰਘ ਜੀ, ਆਖਰੀ ਸ਼ਬਦਾਂ ਵਿੱਚ ਤੁਸੀਂ ਵੀਡੀਓ ਨੂੰ ਕਿਵੇਂ ਸਮਾਪਤ ਕਰਨਾ ਚਾਹੋਗੇ? ਮੈਂ ਇਸ ਤਰੀਕੇ ਨਾਲ ਹੀ ਇਸ ਨੂੰ ਸਮਾਪਤ ਕਰਨਾ ਚਾਹਾਂਗਾ ਕਿ ਸਾਡੇ ਕੋਲ ਇੱਕੋ ਇੱਕ ਤਰੀਕਾ ਹੈ ਮੁੜ ਕੇ, ਜਿਵੇਂ ਤੁਸੀਂ ਕਿਹਾ, ਨਾਨਕਸ਼ਾਹੀ ਪ੍ਰਣਾਲੀ ਨਾਲ ਜੋੜਨ ਦਾ, ਉਹ ਇੱਕ ਤਰੀਕਾ ਹੈ। ਦੂਜਾ, ਮੈਂ ਬੁੱਧ ਦੇ ਕੋਟ ਇੱਥੇ ਜ਼ਰੂਰ ਕਹਿਣਾ ਚਾਹਾਂਗਾ ਕਿ ਬੁੱਧ ਕਿਸੇ ਪਿੰਡ ਗਿਆ, ਉੱਥੇ ਬੜੀ ਖੁਸ਼ੀ ਮਨਾਈ ਗਈ ਬੁੱਧ ਦੇ ਆਉਣ ਦੀ। ਬਹੁਤ ਕੁਛ ਉਹਨਾਂ ਨੇ ਖਾਣੇ ਪਕਵਾਨ ਬਣਾਏ, ਖਾਧੇ, ਬੁੱਧ ਨੇ ਉੱਥੋਂ ਕੁਛ ਨਹੀਂ ਲਿਆ। ਫਿਰ ਉਹ ਅਗਲੇ ਪਿੰਡ ਗਿਆ, ਅਗਲੇ ਪਿੰਡ ਲੋਕਾਂ ਨੇ ਉਸਨੂੰ ਬਹੁਤ ਗਾਲਾਂ ਕੱਢੀਆਂ, ਬਹੁਤ ਦੱਬ ਕੇ ਗਾਲਾਂ ਕੱਢੀਆਂ, ਉਹ ਵੀ ਉੱਥੇ ਬੈਠਾ ਉਹਨਾਂ ਦੀਆਂ ਗਾਲਾਂ ਸੁਣਦਾ ਰਿਹਾ, ਤੇ ਅਖੀਰ ਦੇ ਵਿੱਚ ਲੋਕਾਂ ਨੂੰ ਕਹਿੰਦਾ ਵੀ ਜੇ ਤੁਹਾਡਾ ਹੁਣ ਦਿਲ ਭਰ ਗਿਆ ਹੋਵੇ, ਰਾਤ ਵੀ ਢਲ ਰਹੀ ਆ, ਦਿਨ ਢਲ ਰਿਹਾ, ਰਾਤ ਹੋ ਰਹੀ ਆ, ਵੀ ਮੈਂ ਜਾਵਾਂ। ਉੱਥੇ ਦੇ ਲੋਕ ਕਹਿੰਦੇ ਵੀ ਤੂੰ ਕਿਹੋ ਜਿਹਾ ਅਜੀਬੋ ਗਰੀਬ ਬੰਦਾ, ਵੀ ਅਸੀਂ ਤੈਨੂੰ ਇੰਨਾ ਕੁਛ ਮਾੜਾ ਚੰਗਾ ਕਿਹਾ, ਪਰ ਤੇਰੇ ਕੰਨ ਤੇ ਜੂੰ ਸਰਕੀ ਨਾ ਸਰਕੀ ਇੱਕੋ ਬਰਾਬਰ ਆ, ਤੂੰ ਚੁੱਪ ਕਰਕੇ ਸੁਣੀ ਗਿਆ। ਬੁੱਧ ਕਹਿੰਦਾ ਵੀ ਪਹਿਲਾਂ ਮੇਰੀ ਪ੍ਰੇਜ਼ ਬੜੀ ਹੋਈ ਪਿਛਲੇ ਪਿੰਡ ਦੇ ਵਿੱਚ, ਉਹਨਾਂ ਨੇ ਬੜੇ ਚੰਗੇ ਖਾਣੇ ਖੂਣੇ ਵੀ ਬਣਾਏ, ਮੈਂ ਨਾ ਉੱਥੇ ਕੁਛ ਖਾਧਾ ਨਾ ਉਹਨਾਂ ਦੀ ਪ੍ਰੇਜ਼ ਲਈ, ਉਹਨਾਂ ਦੀ ਸੀ ਉਹਨਾਂ ਨੂੰ ਦੇਤੀ। ਤੁਸੀਂ ਮੈਨੂੰ ਗਾਲਾਂ ਕੱਢੀਆਂ, ਤੁਸੀਂ ਮੈਨੂੰ ਮਾੜਾ ਚੰਗਾ ਕਹਿ ਰਹੇ ਹੋ, ਇਹ ਵੀ ਤੁਹਾਡੀਆਂ ਨੇ, ਮੈਂ ਤੁਹਾਨੂੰ ਦੇ ਚੁੱਕਿਆ ਦੇ ਚੱਲਿਆ, ਮੈਂ ਇੱਥੋਂ ਕੁਛ ਨਹੀਂ ਲੈ ਕੇ ਜਾਣਾ। ਇਹੀ ਚੀਜ਼ ਸਾਨੂੰ ਅਪਣਾਉਣੀ ਪਊਗੀ ਕਿ ਅਸੀਂ ਜਿਹੜੇ ਵੀ ਬੰਦੇ ਆ ਕੇ ਗਾਰਵਾਈ ਤੁਹਾਡੇ 'ਤੇ ਲੱਦ ਰਹੇ ਨੇ, ਤੁਹਾਡੇ ਚੁਟਕਲੇ ਬਣਾ ਰਹੇ ਨੇ, ਤੁਹਾਨੂੰ ਇੱਕ ਨਵੀਂ ਆਈਡੀਆਲੋਜੀ ਦੇਣਾ ਚਾਹੁੰਦੇ ਨੇ, ਉਹਨਾਂ ਦੀ ਨਾ ਸੁਣੋ। ਇਹ ਆਈਡੀਆਲੋਜੀ ਬੇਕਾਰ ਨੇ। ਜਿਹੜੇ ਬੰਦੇ ਇਸ ਆਈਡੀਆਲੋਜੀ 'ਚ ਰਹੇ ਨੇ, ਜੋਰੀ ਬ੍ਰੈਜਨਵ ਵਰਗੇ ਇਮਾਨਦਾਰ ਕਾਮਰੇਡ, ਉਹ ਹੱਥ ਖੜੇ ਕਰਕੇ ਰੂਸ ਤੋਂ ਭੱਜ ਕੇ ਅਮਰੀਕਾ ਜਾ ਕੇ ਸੈਟਲ ਹੋਏ ਨੇ, ਔਰ ਉਹ ਵਾਰ ਵਾਰ ਕਹਿੰਦਾ ਮਰ ਗਿਆ, ਉਹ ਇਹੀ ਕਹਿੰਦਾ ਰਿਹਾ ਕਿ ਬੜਾ ਗੰਦਾ ਸਿਸਟਮ ਆ ਇਹ। ਉਹ ਇੱਥੋਂ ਤੱਕ ਵੀ ਉਹਨੇ ਕਿਹਾ ਕਿ ਵੀ ਆਰ ਬੰਚ ਆਫ ਮਰਡਰਰਸ, ਉਹਨੇ ਆਪਣੇ ਆਪ ਨੂੰ, ਆਪਣੇ ਦੇਸ਼ ਨੂੰ ਇੱਥੋਂ ਤੱਕ ਕਿਹਾ। ਸੋ ਇਸ ਤੋਂ ਛੁਟਕਾਰਾ ਪਾਉਣ ਦਾ ਇੱਕੋ ਤਰੀਕਾ ਹੈਗਾ ਕਿ ਆਪਣੀ ਪ੍ਰਣਾਲੀ ਨਾਲ ਜੁੜੋ ਅਤੇ ਇਹਨਾਂ ਵੱਲ ਧਿਆਨ ਨਾ ਦਿਓ। ਪਰ ਅਸੀਂ ਜੇ ਅਸੀਂ ਦੇਖਦੇ ਹਾਂ ਤਾਂ ਸਿੱਖ ਕੌਮ ਦੀ ਹਾਲੇ ਤੱਕ ਸਾਰੀਆਂ ਸੰਸਥਾਵਾਂ, ਐਜੂਕੇਸ਼ਨਲ, ਧਾਰਮਿਕ, ਰਾਜਨੀਤਿਕ, ਸਮਾਜਿਕ, ਵਿੱਦਿਅਕ, ਸਾਰੀਆਂ ਹੀ ਇਸੇ ਨਾਲ ਹੀ ਘਿਰੀਆਂ ਹੋਈਆਂ ਨੇ ਅਤੇ ਅਸੀਂ ਉਹਨਾਂ ਨੂੰ ਹੀ ਆਪਣੇ ਮਹਾਨ ਚਿੰਤਕ, ਇਤਿਹਾਸਕਾਰ, ਬੌਧਿਕ ਪ੍ਰੇਰਣਾ ਦੇ ਸਰੋਤ, ਫਿਲਾਸਫਰ ਬਣਾ ਚੁੱਕੇ ਹਾਂ ਅਤੇ ਸਾਡੇ ਆਗੂ ਉਹਨਾਂ ਦੇ ਗੁਲਾਮ ਚੱਲ ਰਹੇ ਨੇ। ਜਦ ਤੱਕ ਇਹਨਾਂ ਤੋਂ ਮੁਕਤ ਨਹੀਂ ਹੋਵੋਗੇ ਉਦੋਂ ਤੱਕ ਸਵਰਜਨ ਤੋਂ ਬਚ ਨਹੀਂ ਸਕੋਗੇ, ਉਦੋਂ ਤੱਕ ਤੁਸੀਂ ਖਤਮ ਹੋ ਜਾਓਗੇ। ਬੇਸ਼ੱਕ ਨੀਤੀ ਚੱਲਦੀ ਰਹੇਗੀ ਤੇ ਤੁਹਾਡੀ ਨਸਲ ਵੀ ਖਤਮ ਕਰਾ ਦੇਣਗੇ। ਨਸਲ ਦਾ ਭਾਵ ਹੈਗੀ ਹੈ ਕਿ ਜਿਹੜੀ ਤੁਹਾਡੀ ਹੋਂਦ ਹੈ ਉਹ ਖਤਮ ਹੋ ਜਾਏਗੀ। ਹੋ ਸਕਦਾ
ਇਨਸਾਨ ਸਾਫ ਸੂਰਤ ਇੱਥੇ ਘੁੰਮਦਾ ਫਿਰਦਾ ਤੁਹਾਨੂੰ ਦਿਖਣ, ਜਿਹਨਾਂ ਨੂੰ ਤੁਸੀਂ ਸਿੱਖ ਕਹਿ ਲਓ, ਪਰ ਉਹਨਾਂ ਦੀ ਸਿੱਖੀ ਵਾਲੀ ਕੋਈ ਹੋਣਦੀ ਨਾ ਹੋਏ। ਇਹਨੂੰ ਕਹਿੰਦੇ ਜੇ ਹੋਂਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਇੰਦਰਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵਾਰ ਵਾਰ ਸ਼ੁਕਰੀਆ ਕਰਨ ਨੂੰ ਜੀ ਕਰਦਾ ਕਿ ਇੰਨੀ ਤੁਸੀਂ ਲੰਬੀ ਰਿਸਰਚ ਕੀਤੀ ਅਤੇ ਸਾਨੂੰ ਇੰਨੀ ਵੱਡੀ ਜਾਣਕਾਰੀ ਦਿੱਤੀ। ਇਸ ਲਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਅਤੇ ਆਓ ਸਾਂਝੇ ਤੌਰ 'ਤੇ ਹੁਣ ਦਰਸ਼ਕਾਂ ਤੋਂ ਇਜਾਜ਼ਤ ਲਈਏ। ਦਰਸ਼ਕੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।